ਗਿਆਨ ਧਿਆਨ ਵਿੱਚ ਆਈ ਗੁਰਮੁਖ ਆਖੀ ਗੁਰਮੁਖ ਜਾਤੀ ਸੁਰਤੀ ਕਰਮ ਧਿਆਈ ਅੰਮ੍ਰਿਤ ਬਾਣੀ ਤਤ ਵਖਾਣੀ ਗਿਆਨ ਧਿਆਨ ਵਿੱਚ ਆਈ ਗੁਰਮੁਖ ਆਖੀ ਗੁਰਮੁਖ ਜਾਤੀ ਗੁਰਮੁਖ ਆਖੀ ਗੁਰਮੁਖ ਜਾਤੀ ਸੁਰਤੀ ਕਰਮ ਤੇ ਆਈ ਡੰਡੋਤ ਬੰਦਨ ਅਨਿਕ ਵਾਰ ਸਰਬ ਕਲਾ ਸਮਰਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਪਰਮ ਸਨਮਾਨ ਯੋਗ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਹੀ ਪਹਿਲੇ ਪ੍ਰਕਾਸ਼ ਦਿਵਸ ਨੂੰ ਸਮਰਪਿਤ ਅੰਮ੍ਰਿਤ ਗੁਰਬਾਣੀ ਦਾ ਕੀਰਤਨ ਆਪ ਜੀ ਸਰਵਣ ਕਰ ਰਹੇ ਸੀ। ਕੀਰਤਨ ਸਰਵਣ ਕਰਾ ਰਹੇ ਸਨ। ਸਤਿਗੁਰੂ ਦੇ ਇਸ ਪਾਵਨ ਪਵਿੱਤਰ ਦਰਬਾਰ ਦੇ ਹਜ਼ੂਰੀ ਕੀਰਤਨੀਏ ਕੀਰਤਨ ਦੀ ਸਮਾਪਤੀ ਸਤਿਗੁਰਾਂ ਦੇ ਇਸ ਅੰਮ੍ਰਿਤ ਬਚਨ ਨਾਲ ਕੀਤੀ ਗਈ। ਨਾਰਾਇਣ ਨਰਪਤ ਨਮਸਕਾਰ ਹੈ ਐਸੇ ਗੁਰ ਕੋ ਬਲ ਬਲ ਜਾਈਏ ਆਪ ਮੁਕਤ ਮੋਹਿਤਾ ਹੈ। ਇਹ ਆਪ ਜੀ ਨੇ ਸ਼ਬਦ ਸਰਵਣ ਕੀਤਾ। ਆਓ ਸਾਧ ਸੰਗਤ ਆਪ ਜਿਤਨੇ ਹਜ਼ੂਰ ਦੇ ਦਰਬਾਰ ਵਿੱਚ ਉਪਸਥਿਤ ਹੋ ਔਰ ਜਿਤਨੀ ਸੰਗਤ ਦੂਰ ਦੁਰਾਡੇ ਆਪਣੇ ਘਰਾਂ ਵਿੱਚ ਬੈਠੇ ਸਤਿਗੁਰੂ ਦੇ ਇਸ ਦਰਬਾਰ ਦੀ ਹਾਜ਼ਰੀ ਭਰ ਰਹੇ ਹੋ ਅਸੀਸ ਬਖਸ਼ੋ ਤਾਂ ਜੋ ਆਪ ਜੀ ਦੀ ਪ੍ਰੇਮ ਭਾਵਨਾ ਨਾਲ ਦਾਸ ਸੇਵਾ ਕਰ ਸਕੇ। ਗੁਰੂ ਬਖਸ਼ੀ ਫਤਿਹ ਸਵੀਕਾਰ ਕਰੋ ਔਰ ਉਚਾਰਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੱਖ ਸਵੇਰੇ ਸ਼ਾਮ ਗੁਰੂ ਚਰਨਾਂ ਵਿੱਚ ਅਰਦਾਸ ਕਰਦਾ ਹੈ ਔਰ ਜਦੋਂ ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਦਾ ਹੈ ਉਸ ਤੋਂ ਪਹਿਲਾਂ ਕੋਈ ਵੀ ਮੰਗ ਮੰਗਣ ਤੋਂ ਪਹਿਲਾਂ ਆਪਣੇ ਗੁਰੂ ਸਾਹਿਬਾਨ ਦਾ ਗੁਰੂ ਘਰ ਦੀ ਸੰਸਥਾ ਪੰਜ ਪਿਆਰੇ ਮੈਂ ਸ਼ਬਦ ਸੰਸਥਾ ਵਰਤਿਆ ਹੈ ਗੁਰੂ ਕੇ ਚਾਰ ਸਾਹਿਬਜ਼ਾਦੇ ਚਾਲੀਆਂ ਮੁਕਤਿਆਂ ਨੂੰ ਸ਼ਹੀਦਾਂ ਮੁਰੀਦਾਂ ਜਪੀਆਂ ਤਪੀਆਂ ਬੰਦਗੀ ਕਰਨ ਵਾਲਿਆਂ ਨੂੰ
ਤਖਤਾਂ ਔਰ ਸਮੁੱਚੇ ਗੁਰਦੁਆਰਿਆਂ ਨੂੰ ਆਪਣੇ ਧਿਆਨ ਵਿੱਚ ਲੈ ਕੇ ਆਉਂਦਾ ਹੈ। ਇਹ ਅਸਲ 'ਚ ਅਰਦਾਸ ਵਿੱਚ ਮੰਗਲ ਹੈ ਸ਼ਬਦ ਵਰਤਾਂ। ਜਦੋਂ ਅਸੀਂ ਪਹਿਲਾ ਪਦਾ ਪੜ੍ਹਨੇ ਹਾਂ ਉਸ ਵਿੱਚ 10 ਗੁਰੂ ਸਾਹਿਬਾਨਾਂ ਦੇ ਜ਼ਿਕਰ ਤੋਂ ਬਾਅਦ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਧਿਆਨ ਧਰਿਆ ਜਾਂਦਾ ਹੈ। ਜਿਵੇਂ ਆਪ ਪਾਠ ਕਰਦੇ ਹੋ 10ਵਾਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਕਈ ਸੱਜਣ ਆਸਥਾ ਸੰਯੁਕਤ 10ਵੇਂ ਕਹਿ ਦਿੰਦੇ ਆ, ਕਿਉਂਕਿ 10ਵਾਂ ਸ਼ਬਦ ਉਪਰਾ ਜਿਹਾ ਕਈ ਵਾਰੀ ਲੱਗਦਾ ਉਹਨਾਂ ਨੂੰ, ਪਰ ਮਰਿਆਦਾ ਵਿੱਚ ਇਹ ਲਿਖਿਆ 10ਵਾਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈਂ ਹੋਏ ਸਹਾ ਹੈ। ਉਸ ਤੋਂ ਅੱਗੇ ਅਸੀਂ ਸ਼ਬਦ ਪੜ੍ਹਦੇ ਹਾਂ ਕਿ 10ਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਬੇਨਤੀ ਜਿਹੜੀ ਅੱਜ ਆਪ ਦੇ ਸਨਮੁਖ ਕਰਕੇ ਜਾਣੀ ਹੈ, ਇੱਥੇ ਸ਼ਬਦ ਦਰਸ਼ਨ ਦੀਦਾਰ ਨਹੀਂ, ਇੱਥੇ ਸ਼ਬਦ ਜੋ ਦਰਜ ਕੀਤੇ ਗਏ ਉਹ ਪਾਠ ਦੀਦਾਰ ਨੇ। ਭਾਵੇਂ ਸੁਭੈਕਨ ਅਸੀਂ ਬੋਲ ਜਾਂਦੇ ਹਾਂ ਕਈ ਥਾਵਾਂ ਤੇ ਕਿ 10ਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਦੀਦਾਰ ਦਾ, ਅਸਲ 'ਚ ਉੱਥੇ ਦਰਸ਼ਨ ਦੀਦਾਰ ਲਫ਼ਜ਼ ਹੈ ਨੇ। ਜੇ ਅਸੀਂ ਇਹ ਪਾਠ ਕਰਾਂਗੇ, ਦਰਸ਼ਨ ਸ਼ਬਦ ਸੰਸਕ੍ਰਿਤ ਦਾ ਹੈ, ਦੀਦਾਰ ਸ਼ਬਦ ਫਾਰਸੀ ਦਾ ਹੈ, ਤੇ ਦੋਨਾਂ ਦਾ ਅਰਥ ਇੱਕੋ ਹੀ ਹੋਵੇਗਾ। ਦਰਸ਼ਨ ਦਾ ਸੰਬੰਧ ਵੀ ਦੀਦਿਆ ਨਾਲ ਹੈ, ਦੇਖਣ ਦੀ ਕਿਰਿਆ, ਤੇ ਦੀਦਾਰ ਦਾ ਸੰਬੰਧ ਵੀ ਸਾਡੇ ਨੇਤਰਾਂ ਨਾਲ ਹੈ। ਉੱਥੇ ਸਾਡੇ ਪੂਰਵਜਾਂ ਨੇ, ਸਾਡੇ ਬਜ਼ੁਰਗਾਂ ਨੇ ਜਦੋਂ ਅਰਦਾਸ ਵਿੱਚ ਇਹ ਸਤਰ ਪਾਈ ਤੇ ਉਹਨਾਂ ਇੰਨੀ ਬਰੀਕੀ ਵੀ ਸਾਨੂੰ ਸਮਝਾ ਦਿੱਤਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਇਹਦਾ ਕਾਰਨ ਕੀ? ਇੱਕ ਆਪਾਂ ਆਉਂਦੇ ਹਾਂ ਹਜ਼ੂਰ ਦੀ ਪਰਿਕਰਮਾ ਕੀਤੀ, ਬਾਹਰੋਂ ਸਤਿਗੁਰੂ ਦਾ ਹੁਕਮ ਜੋ ਲਿਖਿਆ ਉਹ ਪੜ੍ਹ ਕੇ ਆਏ, ਪਰਿਕਰਮਾ ਕੀਤੀ, ਕੀਰਤਨ ਪਾਠ ਸੁਣਿਆ, ਆਪਾਂ ਚਲੇ ਗਏ। ਪਿਆਰਿਓ, ਠੀਕ ਹੈ, ਇਹ ਵੀ ਇੱਕ ਦੀਦਾਰ ਹੈ, ਪਰ ਉਹਨਾਂ ਬਕਾਇਦਾ ਲਿਖਿਆ ਵੀ ਗੁਰੂ ਗ੍ਰੰਥ ਸਾਹਿਬ ਦੇ ਦੀਦਾਰ ਕੇਵਲ ਗੁਰੂ ਗ੍ਰੰਥ ਸਾਹਿਬ ਦਾ ਪਾਠ ਹੈ। ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰੇਗਾ ਉਹ ਹੀ ਗੁਰੂ ਗ੍ਰੰਥ ਸਾਹਿਬ ਦੀ ਦੀਦਾਰ ਕਰੇਗਾ। ਫਿਰ ਬੇਨਤੀ, ਇਹ ਸੁਣੋ, ਬੜਾ ਬੜਾ ਰਮਜਮਈ ਸ਼ਬਦ ਪਾ ਦਿੱਤਾ ਉਹਨਾਂ, ਦਰਸ਼ਨ ਦੀਦਾਰ ਸ਼ਬਦ ਨਹੀਂ ਲਿਖਿਆ, ਉਹਨਾਂ ਨੇ ਸ਼ਬਦ ਲਿਖਿਆ ਪਾਠ ਦੀਦਾਰ, ਦੀਦਾਰ ਪਾਠ ਨਹੀਂ ਲਿਖਿਆ। ਫਿਰ ਸੁਣੋ, ਉੱਥੇ ਪਾਠ ਦੀਦਾਰ ਹੈ, ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰੇਗਾ ਉਹ ਹੀ ਗੁਰੂ ਗ੍ਰੰਥ ਸਾਹਿਬ ਦਾ ਦੀਦਾਰ ਕਰੇਗਾ। ਅੱਖਾਂ ਕਰਕੇ ਅਸੀਂ ਸਾਰਿਆਂ ਨੇ ਸਤਵੈਕਚਰ ਇਸ ਨੂੰ ਦੇਖਿਆ, ਪਰ ਅਸਲੀ ਦੀਦਾਰ ਉਸ ਬੰਦੇ ਨੂੰ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰੇਗਾ ਜਾਂ ਪਾਠ ਸੁਣੇਗਾ। ਚਲੋ ਮੈਂ ਸ਼ਬਦ ਸੁਣੇ ਕਹਿ ਦਿੱਤਾ, ਉੱਥੇ ਪਾਠ ਦੀਦਾਰ ਸੁਣਿਆ ਵੀ ਜਾ ਸਕਦਾ ਹੈ। ਥੋੜਾ ਜਿਹਾ ਜਿਹੜੀ ਬੇਨਤੀ ਕਰਨੀ ਚਾਹੁੰਦਾ, ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਾਂਗੇ ਫਿਰ ਸਾਨੂੰ ਦੋ ਤਰੀਕਿਆਂ ਨਾਲ ਗੁਰੂ ਦੇ ਦਰਸ਼ਨ ਹੋਣਗੇ। ਇੱਕ ਤਾਂ ਬਾਹਰਮੁਖੀ ਨੇਤਰਾਂ ਨਾਲ ਸਾਨੂੰ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਢਾਂਚਾ ਹੈ ਇਹਦੇ ਦੀਦਾਰ ਹੋਣਗੇ, ਦੂਸਰਾ ਸੱਚ ਇਹ ਵੀ ਸ਼ਬਦ ਨੂੰ ਅੰਦਰੋਂ ਕਮਾ ਕੇ ਉਸ ਅਦ੍ਰਿਸ਼ਟ ਪਰਮ ਸਤਾ ਦੇ ਸਾਨੂੰ ਦੀਦਾਰ ਹੋਣਗੇ। ਪਹਿਲੀ ਬੇਨਤੀ ਕਰਾਂਗਾ ਜੀ, ਪਾਠ ਦੀਦਾਰ। ਗੁਰੂ ਘਰ ਦੇ ਅੰਦਰ ਉਹਨੇ ਭਾਈ ਸਾਹਿਬ ਸ਼ਬਦ ਪੜ੍ਹ ਰਹੇ ਸਨ ਤੇ ਗੁਰਦੇਵ ਦੀ ਇੱਕ ਤੁਕ ਉਹਨਾਂ ਨੇ ਪੜ੍ਹੀ, ਮੈਨੂੰ ਤਾਂ ਉੱਥੇ ਯਾਦ ਆ ਗਿਆ, ਉੱਥੇ ਸਤਿਗੁਰੂ ਨੇ ਦੋਨੋਂ ਸ਼ਬਦ ਵਰਤੇ ਨੇ, ਇੱਕ ਪੜ੍ਹਨਾ ਤੇ ਦੂਜਾ ਸੁਣਨਾ। ਅਸੀਂ ਪਾਠ ਕਰਨੇ ਆ, ਆਇਓ ਸੁਣਨ, ਪੜ੍ਹਨ ਕੋ ਬਾਣੀ, ਇਹ ਪਾਠ ਦੀਦਾਰ ਹੈ ਜੀ। ਇੱਥੇ ਸ਼ਬਦ ਇਕੱਲਾ ਪੜ੍ਹਨਾ ਨਹੀਂ ਗਿਆ, ਇੱਥੇ ਗੁਰਦੇਵ ਨੇ ਨਾਲ ਸ਼ਬਦ ਸੁਣਨ ਦਾ ਜ਼ਿਕਰ ਕੀਤਾ। ਜੇ ਤੂੰ ਪਾਠ ਕਰ ਨਹੀਂ ਸਕਦਾ ਤੇ ਗੁਰੂ ਗ੍ਰੰਥ ਸਾਹਿਬ ਦੇ ਪਾਠ ਨੂੰ ਸੁਣ ਲੈ, ਜੇ ਸੁਣ ਲਏਗਾ ਇਹ ਵੀ ਗੁਰੂ ਕੇ ਦੀਦਾਰ ਹੋਣ। ਥੋੜਾ ਜਿਹਾ ਇੱਕ ਆਰੰਭ ਚ ਇੱਕ ਹੋਰ ਅਰਜ਼ ਕਰਦੇ ਹਾਂ, ਆਵਾਂਗਾ ਸਤਿਗੁਰੂ ਦੇ ਪਾਠ ਬਾਰੇ ਹੀ। ਦੇਖੋ, ਸਾਡੇ ਸਰੀਰ ਦੇ ਅੰਦਰ 5 ਜਿਹੜੇ ਨੇ ਉਹ ਕਰਮ ਇੰਦਰੇ ਨੇ ਤੇ 5 ਗਿਆਨ ਇੰਦਰੇ ਨੇ। 5 ਗਿਆਨ ਇੰਦਰੀਆਂ ਦਾ ਮਤਲਬ ਹੈ ਕਿ ਸਾਡੇ ਬੋਡੀ ਦੇ ਸਰੀਰ ਦੇ ਢਾਂਚੇ ਦਾ ਉਹ ਹਿੱਸਾ ਜਿਹਦੇ ਰਾਹੀਂ ਸਾਨੂੰ ਬਾਹਰ ਦਾ ਗਿਆਨ ਸਾਡੇ ਅੰਦਰ ਜਾਏਗਾ, ਅਸੀਂ ਉਸ ਲਈ ਸ਼ਬਦ ਗਿਆਨ ਇੰਦਰੀ ਵਰਤਨੇ।
ਇਸ ਵਿੱਚ ਜਿਹੜੇ ਪੰਜ ਗਿਆਨ ਇੰਦਰੇ ਨੇ ਸਾਡੀਆਂ ਅੱਖਾਂ ਇਹ ਕਰਮ ਇੰਦਰਾ ਨਹੀਂ ਇਹ ਗਿਆਨ ਇੰਦਰਾ ਨੇ ਸਾਡੇ ਕੰਨ ਇਹ ਕਰਮ ਇੰਦਰਾ ਨਹੀਂ ਇਹ ਵੀ ਗਿਆਨ ਇੰਦਰਾ ਨੇ ਸਾਡੀ ਜ਼ਬਾਨ ਇਹ ਗਿਆਨ ਇੰਦਰਾ ਹੈ ਪਰ ਸਾਡਾ ਮੂੰਹ ਜਿਹੜਾ ਇਹ ਕਰਮ ਇੰਦਰਾ ਇਹ ਦੋਨੋਂ ਇਕੱਠੇ ਨੇ ਜਦੋਂ ਕਰਮ ਇੰਦਰੇ ਦੀ ਗੱਲ ਕਰਾਂਗੇ ਤੇ ਮੂੰਹ ਜਿਹੜਾ ਉਹ ਕਰਮ ਇੰਦਰੇ ਵਿੱਚ ਆਵੇਗਾ ਜੇਬਾ ਜਿਹੜੀ ਉਹ ਗਿਆਨ ਇੰਦਰੇ ਵਿੱਚ ਆਵੇਗੀ ਤੇ ਚੌਥਾ ਸਾਡੀ ਨਾਸਕਾ ਇਹ ਵੀ ਕਰਮ ਇੰਦਰਾ ਨਹੀਂ ਇਹ ਵੀ ਗਿਆਨ ਇੰਦਰਾ ਹੈ ਤੇ ਪੰਜਵੀਂ ਸਾਡੇ ਪੈਰ ਦੇ ਅੰਗੂਠੇ ਤੋਂ ਲੈ ਕੇ ਪੂਰੇ ਸਰੀਰ ਨੂੰ ਜਿਸ ਚਮੜੀ ਨੇ ਢੱਕਿਆ ਹੋਇਆ ਇਸ ਚਮੜੀ ਨੂੰ ਵੀ ਗਿਆਨ ਇੰਦਰਾ ਕਿਹਾ ਗਿਆ ਹੈ ਥੋੜਾ ਜਿਹਾ ਇਹਨੂੰ ਫਿਰ ਦੁਹਰਾ ਦੇਣਾ ਮੈਂ ਇਹ ਪੰਜ ਗਿਆਨ ਇੰਦਰੇ ਨੇ ਜਿਨ੍ਹਾਂ ਰਾਹੀਂ ਸਾਨੂੰ ਬਾਹਰ ਦਾ ਗਿਆਨ ਅੰਦਰ ਨੂੰ ਪ੍ਰਵੇਸ਼ ਕਰਦਾ ਹੈ ਪਹਿਲਾ ਅਰਜ਼ ਕੀਤੀ ਅੱਖਾਂ ਦੂਸਰੇ ਕੰਨ ਤੀਸਰੀ ਨਾਸਕਾ ਤੇ ਚੌਥੀ ਸਾਡੀ ਜ਼ਬਾਨ ਕਹਿ ਲਓ ਜੇਵਾ ਕਹਿ ਲਓ ਰਸਨਾ ਕਹਿ ਲਓ ਤੇ ਪੰਜਵਾਂ ਸਾਡੀ ਸਕਿਨ ਚਮੜੀ ਤੁਚਾ ਜਿਹਨੂੰ ਆਪਾਂ ਕਹਿੰਦੇ ਇਹ ਗਿਆਨ ਇੰਦਰਾ ਹੈ ਇੱਕ ਵਾਰ ਦਾਸ ਨੇ ਬੇਨਤੀ ਕੀਤੀ ਗੁਰਮੁਖੋ ਸੱਚ ਇਹ ਵੇ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚਾਰ ਗਿਆਨ ਇੰਦਰਿਆਂ ਦੇ ਰਾਹੀਂ ਵੀ ਸਾਡੇ ਵਿੱਚ ਪ੍ਰਵੇਸ਼ ਕਰ ਜਾਂਦੀ ਹੈ ਇਹ ਚਾਰ ਪੰਜਵੇਂ ਦਾ ਜ਼ਿਕਰ ਨਹੀਂ ਮੈਂ ਕੀਤਾ ਨਾਸਕਾ ਦਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਭ ਤੋਂ ਪਹਿਲੀ ਗੱਲ ਕਿ ਸਾਡੀ ਜ਼ਬਾਨ ਰਾਹੀਂ ਸਾਡੇ ਅੰਦਰ ਪ੍ਰਵੇਸ਼ ਕਰੇਗੀ ਦੂਸਰਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਾਡੇ ਕੰਨਾਂ ਰਾਹੀਂ ਸਾਡੇ ਅੰਦਰ ਪ੍ਰਵੇਸ਼ ਕਰੇਗੀ ਜਦੋਂ ਆਪ ਜ਼ਬਾਨ ਤੇ ਕੰਨ ਦੋਨਾਂ ਦੀ ਵਰਤੋਂ ਕਰੋਗੇ ਸੱਚ ਇਹ ਵੇ ਉਦੋਂ ਪੜ੍ਹਨ ਤੇ ਸੁਣਨ ਦੀ ਕਿਰਿਆ ਪੂਰੀ ਹੋ ਜਾਏਗੀ ਪੜ੍ਹਾਂਗੇ ਤਾਂ ਜ਼ਬਾਨ ਬੋਲੇਗੀ ਸੁਣਾਂਗੇ ਤਾਂ ਕੰਨਾਂ ਨੂੰ ਗਿਆਨ ਮਿਲੇਗਾ ਬੇਨਤੀ ਅੱਖਾਂ ਰਾਹੀਂ ਸ਼ਬਦ ਅੰਦਰ ਜਾਏਗਾ ਕੰਨਾਂ ਰਾਹੀਂ ਸ਼ਬਦ ਅੰਦਰ ਜਾਏਗਾ ਜੇਵਾ ਰਾਹੀਂ ਸ਼ਬਦ ਅੰਦਰ ਜਾਏਗਾ ਇੱਥੋਂ ਤੱਕ ਗੁਰਮੁਖੋ ਸਾਡੇ ਸਰੀਰ ਦੀ ਚਮੜੀ ਰਾਹੀਂ ਵੀ ਸ਼ਬਦ ਅੰਦਰ ਚਲਾ ਜਾਏਗਾ ਅੱਲਾ ਕੱਲਾ ਇਹ ਸ਼ਬਦ ਨਹੀਂ ਇਸ ਨਾਲ ਦੂਸਰਾ ਗਿਆਨ ਵੀ ਚਲਾ ਜਾਂਦਾ ਅਗਿਆਨ ਵੀ ਇਹਨਾਂ ਇੰਦਰੀਆਂ ਰਾਹੀਂ ਅੰਦਰ ਚਲਾ ਜਾਂਦਾ ਫਿਰ ਬੇਨਤੀ ਭਾਵੇਂ ਸਾਡੇ ਸਿਆਣੇ ਲੋਕਾਂ ਨੇ ਇਹਨਾਂ ਨੂੰ ਅਗਿਆਨ ਇੰਦਰੇ ਨਹੀਂ ਕਿਹਾ ਇਹਨਾਂ ਨੂੰ ਪੰਜ ਗਿਆਨ ਇੰਦਰੇ ਹੀ ਕਿਹਾ ਪਰ ਅਗਿਆਨਤਾ ਵੀ ਇਹਨਾਂ ਰਾਹੀਂ ਹੀ ਬੰਦੇ ਦੇ ਅੰਦਰ ਚਲੀ ਜਾਂਦੀ ਹੈ ਮੈਂ ਸਿਰਫ ਬਾਣੀ ਰਾਹੀਂ ਬੇਨਤੀ ਕਰਾਂਗਾ ਆਪ ਜਿਤਨੇ ਬੈਠੇ ਹੋ ਆਪ ਵਿੱਚੋਂ ਕਾਫੀ ਸੱਜਣ ਜਿਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਾਫੀ ਜ਼ਬਾਨੀ ਚੇਤੇ ਦੇ ਜ਼ਬਾਨੀ ਯਾਦ ਯਾਦ ਹੈ ਆਪ ਨੇ ਜਿਸ ਗੁਟਕੇ ਤੋਂ ਬਾਣੀ ਪੜ੍ਹੀ ਜਿਸ ਪੋਥੀ ਤੋਂ ਬਾਣੀ ਪੜ੍ਹੀ ਸੱਚ ਇਹ ਵੇ ਭਾਵੇਂ ਆਪ ਨੇ ਕਾਗਜ਼ ਉੱਤੇ ਪੈਨਸਲ ਜਾਂ ਕਲਮ ਨਾਲ ਪੈਨ ਨਾਲ ਲਿਖ ਕੇ ਬਾਣੀ ਪੜ੍ਹੀ ਜਿਸ ਨੂੰ ਅੱਖਾਂ ਨਾਲ ਨੀਜ਼ ਲਾ ਕੇ ਕਈ ਦਿਨ ਲਗਾਤਾਰ ਦੇਖਦੇ ਰਹੇ ਉਹ ਸਾਡੇ ਜ਼ੇਹਨ ਵੀ ਚਲੀ ਗਈ ਅੱਜ ਆਪ ਜਦੋਂ ਵੀ ਜ਼ਬਾਨੀ ਪਾਠ ਕਰੋਗੇ ਸੱਚ ਇਹ ਵੇ ਉਹ ਅੱਖਰ ਤੁਹਾਡੀਆਂ ਅੱਖਾਂ ਵਿੱਚੋਂ ਅੰਦਰ ਗਏ ਹੋਏ ਅੱਖਾਂ ਬੰਦ ਕਰੋਗੇ ਤਾਂ ਵੀ ਗੁਟਕੇ ਦੇ ਅੰਗ ਜਿਹੜੇ ਨੇ ਸਾਡੀਆਂ ਅੱਖਾਂ ਸਾਹਮਣੇ ਆਈ ਜਾਣਗੇ ਕਿਉਂਕਿ ਉਹ ਸਾਡੇ ਅੰਦਰ ਟਿਕ ਜਾਂਦੇ ਨੇ ਫਿਰ ਬੇਨਤੀ ਆਪ ਦੇਖੋ ਕਦੀ ਵੀ ਜਦੋਂ ਪਾਠ ਕਰਦੇ ਹੋ ਜ਼ਬਾਨੀ ਪਾਠ ਕਰੋ ਜਿਹੜਾ ਯਾਦ ਹੈ ਜਿਸ ਗੁਟਕੇ ਰਾਹੀਂ ਜਿਸ ਪੋਥੀ ਰਾਹੀਂ ਆਪ ਜੀ ਨੇ ਪਾਠ ਯਾਦ ਕੀਤਾ ਉਹ ਪਾਠ ਸਾਡੇ ਧੁਰ ਅੰਦਰ ਚਲਾ ਗਿਆ ਭਾਵੇਂ ਉਹ ਗੁਟਕਾ ਪੋਥੀ ਸਾਹਿਬ ਉਹ ਕਾਗਜ਼ ਬਿਰਧ ਹੋ ਗਿਆ ਆਪਨੇ ਜਲ ਪ੍ਰਵਾਹ ਜਾਂ ਸੰਸਕਾਰ ਕਰ ਦਿੱਤਾ ਪਰ ਜਿਹੜਾ ਅੰਦਰ ਅੱਖਰ ਚਲਾ ਗਿਆ ਜਿੰਨੀ ਦੇਰ ਤੱਕ ਇਹ ਸਰੀਰ ਰਹੇਗਾ ਉਸ ਅੱਖਰ ਨੇ ਨਾ ਗੱਲਣਾ ਤੇ ਨਾ ਉਹਨੇ ਸੜਨਾ ਹੈ ਉਹ ਸ਼ਬਦ ਸਾਡੀਆਂ ਅੱਖਾਂ ਰਾਹੀਂ ਅੰਦਰ ਚਲੇ ਗਏ ਅੱਖਾਂ ਰਾਹੀਂ ਬਾਣੀ ਅੰਦਰ ਜਾਂਦੀ ਹੈ ਦੂਸਰੀ ਬੇਨਤੀ ਮੈਂ ਕਰਾਂਗਾ ਕੰਨਾਂ ਰਾਹੀਂ ਸਾਡੇ ਅੰਦਰ ਬਾਣੀ ਜਾਂਦੀ ਕੋਈ ਜ਼ਰੂਰੀ ਨਹੀਂ ਕਿ ਬੰਦੇ ਦੀਆਂ ਅੱਖਾਂ ਹੋਣ ਤੇ ਤਾਂ ਹੀ ਬਾਣੀ ਅੰਦਰ ਜਾਏਗੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਸੁਣ ਤੇ ਬਹੁਤ ਜ਼ੋਰ ਦਿੱਤਾ ਹੈ ਕਈ ਸੱਜਣ ਐਸੇ ਨੇ ਜੀ ਜਿਨ੍ਹਾਂ ਨੂੰ ਗੁਰਮੁਖੀ ਅੱਖਰਾਂ ਦੀ ਬਿਲਕੁਲ ਪਹਿਚਾਣ ਨਹੀਂ ਗੁਰਬਾਣੀ ਦੇ ਸ਼ਬਦ ਅੱਖਰ ਦੀ ਕੋਈ ਸੋਝੀ ਨਹੀਂ ਪਰ ਇੰਨੀ ਇੰਨੀ ਬਾਣੀ ਉਹਨਾਂ ਨੂੰ ਜ਼ਬਾਨੀ ਚੇਤੇ ਵੇ ਜਦੋਂ ਇੱਕ ਸ਼ਲੋਕ ਬੋਲੋ ਉਹ ਕਈ ਸ਼ਲੋਕ ਨਾਲ ਪੜ੍ਹਦੇ ਨੇ ਸੱਚ ਇਹ ਵੇ ਦਾਸ ਨੂੰ ਕਈ ਸੱਜਣ ਐਸੇ ਮਿਲੇ ਜਿਨ੍ਹਾਂ ਨੂੰ ਤੁਸੀਂ ਪੰਜਾਬੀ ਵਿੱਚ ਦੋ ਅੱਖਰ ਜਾਂ ਇੱਕ ਵਾਕ ਲਿਖ ਕੇ ਕਹੋ ਕਿ ਬਾਬਾ ਜੀ ਇਹ ਪੜ੍ਹ ਕੇ ਸੁਣਾਓ ਉਹ ਇੱਕੋ ਗੱਲ ਕਹਿੰਦੇ ਸੀ ਕੋਰੇ ਅਨਪੜ੍ਹ ਸਾਨੂੰ ਅੱਖਰਾਂ ਦੀ ਪਹਿਚਾਣ ਨਹੀਂ ਪਰ ਕੰਨਾਂ ਨਾਲ ਬਾਣੀ ਸੁਣ ਸੁਣ ਕੇ
ਬਾਣੀ ਅੰਦਰ ਇੰਨੀ ਕੁ ਚਲੀ ਗਈ, ਅੱਖਰਾਂ ਦੀ ਪਹਿਚਾਣ ਨਹੀਂ ਪਰ ਬਾਣੀ ਕੰਨਾਂ ਰਾਹੀਂ ਵੀ ਉਹਨਾਂ ਨੂੰ ਯਾਦ ਹੋ ਗਈ ਕਿ ਉਹ ਸੁਣ ਕੇ ਬਾਣੀ ਅੰਦਰ ਚਲੀ ਜਾਂਦੀ ਹੈ। ਤੀਸਰੀ ਬੇਨਤੀ ਮੈਂ ਕਰਾਂਗਾ ਕਿ ਜ਼ਬਾਨ ਰਾਹੀਂ ਸਾਡੇ ਅੰਦਰ ਬਾਣੀ ਜਾਂਦੀ ਹੈ, ਕੰਨਾਂ ਰਾਹੀਂ ਵੀ ਗਈ, ਦੂਸਰਾ ਸ਼ਬਦ ਮੈਂ ਵਰਤਿਆ ਪਹਿਲਾਂ ਅੱਖਾਂ ਰਾਹੀਂ, ਤੀਸਰਾ ਸਾਡੇ ਮੁੱਖ ਰਾਹੀਂ ਬਾਣੀ ਅੰਦਰ ਜਾਂਦੀ ਹੈ। ਉਂਝ ਵੈਸੇ ਜੋ ਕੁਝ ਮੁੱਖ ਤੋਂ ਬੋਲਨੇ ਆ ਸੱਚ ਇਹ ਵੀ ਸਾਡੇ ਅੰਤਰ ਤਲ ਤੇ ਅਸਰ ਜ਼ਰੂਰ ਕਰਦਾ ਹੈ। ਭਾਵੇਂ ਚੰਗਾ ਬੋਲੋ ਭਾਵੇਂ ਮੰਦਾ ਬੋਲੋ, ਸ਼ਬਦ ਭਾਵੇਂ ਬਾਣੀ ਦਾ ਬੋਲੋ ਭਾਵੇਂ ਸ਼ਬਦ ਦੁਨੀਆਂ ਦਾ ਬੋਲੋ, ਜੋ ਕੁਝ ਜ਼ਬਾਨ ਤੋਂ ਬੋਲਾਂਗੇ ਉਹ ਸਾਡੇ ਤਨ ਤੇ ਸਾਡੇ ਮਨ ਤੇ ਦੋਨਾਂ ਤੇ ਅਸਰ ਕਰੇਗਾ। ਜਿਵੇਂ ਅਸੀਂ ਗੁਰਦੇਵ ਦਾ ਬਾਣੀ ਆਸਾਂ ਕੀ ਵਾਰ ਪੜ੍ਹਨੇ ਆ, ਉਸ ਵਿੱਚ ਇੱਕ ਬਚਨ ਆਉਂਦਾ ਹੈ ਜਿਹੜੇ ਸ਼ਬਦ ਕਹਿੰਦੇ ਨੇ ਵੀ ਸ਼ਬਦ ਕੀ ਅਸਰ ਕਰਦਾ। ਮੈਂ ਅੱਗੇ ਅਰਜ਼ ਕਰਨਾ ਸ਼ਬਦ ਦੀ ਤਸੀਰ ਬੜੀ ਗਹਿਰੀ ਹੈ। ਦੇਖੋ ਜੇ ਜ਼ਬਾਨ ਤੋਂ ਫਿੱਕਾ ਬੋਲਾਂਗੇ, ਭੈੜਾ ਬੋਲਾਂਗੇ, ਅਪ ਸ਼ਬਦ ਬੋਲਾਂਗੇ, ਇਹ ਨਹੀਂ ਕਿ ਦੂਜੇ ਬੰਦੇ ਦੇ ਅੰਦਰ ਨੂੰ ਆਪਾਂ ਡਿਸਟਰਬ ਕਰ ਰਹੇ ਹਾਂ, ਤੰਗ ਕਰ ਰਹੇ ਹਾਂ। ਜੇ ਜ਼ਬਾਨ ਤੋਂ ਮੰਦਾ ਬੋਲਾਂਗਾ ਸਭ ਤੋਂ ਪਹਿਲਾਂ ਮੇਰੇ ਸਰੀਰ ਉੱਤੇ ਅਸਰ ਕਰੇਗਾ, ਕਿਉਂਕਿ ਜੋ ਕੁਝ ਜ਼ਬਾਨ ਤੇ ਬੋਲਿਆ ਉਹ ਤਨ ਤੇ ਮਨ ਦੋਨਾਂ ਨੂੰ ਪ੍ਰਭਾਵਿਤ ਕਰਦਾ ਹੈ। ਜੇ ਚੰਗਾ ਬੋਲਾਂਗੇ ਤਾਂ ਵੀ ਕਰੇਗਾ, ਤੇ ਮੈਂ ਸ਼ਬਦ ਵਰਤਿਆ ਜੇ ਮੰਦਾ ਬੋਲਾਂਗੇ ਤਾਂ। ਸਿਆਣੇ ਵਿਦਵਾਨ ਇੱਕ ਗੱਲ ਕਹਿੰਦੇ ਕਿ ਜਦੋਂ ਕੋਈ ਇਨਸਾਨ ਜ਼ਬਾਨ ਤੋਂ ਬੋਲ ਕੇ ਕਿਸੇ ਦੇ ਅੰਦਰ ਨੂੰ ਤਪਾਉਂਦਾ ਹੈ, ਕਿਸੇ ਦੇ ਅੰਦਰ ਨੂੰ ਸਾੜਦਾ ਹੈ, ਕਹਿੰਦੇ ਉਹਦੇ ਲਈ ਸਿਰਫ ਤਰਸ ਹੀ ਖਾਣਾ ਚਾਹੀਦਾ ਹੈ ਜਾਂ ਅਰਦਾਸ ਕਰਨੀ ਚਾਹੀਦੀ ਹੈ, ਕਿਉਂਕਿ ਕਿਸੇ ਨੂੰ ਤਪਾਉਣ ਵਾਲਾ ਉਦੋਂ ਹੀ ਤਪਾ ਸਕਦਾ ਜਦੋਂ ਖੁਦ ਉਹ ਤਪਿਆ ਹੋਵੇਗਾ। ਆਪਣੇ ਅੰਦਰ ਤਪਾਉਣ ਤੋਂ ਬਿਨਾਂ ਦੂਜੇ ਨੂੰ ਤਪਾਇਆ ਨਹੀਂ ਜਾ ਸਕਦਾ। ਮਾਚਿਸ ਦੀ ਤੀਲੀ ਅਸੀਂ ਡੱਬੀ ਚੋਂ ਕੱਢਨੇ ਹਾਂ, ਇੱਕ ਤੀਲੀ ਪੂਰੇ ਸ਼ਹਿਰ ਨੂੰ ਕੀ ਪੂਰੇ ਮੁਲਕ ਨੂੰ ਸੱਚਮੁੱਚ ਸਾੜ ਕੇ ਰਾਹ ਕਰ ਸਕਦੀ ਹੈ, ਪਰ ਗੁਰਮੁਖੋ ਇੱਕ ਤੀਲੀ ਦੂਸਰੇ ਨੂੰ ਅੱਗ ਤਾਂ ਹੀ ਲਾਏਗੀ ਪਹਿਲਾਂ ਆਪਣੇ ਮੂੰਹ ਨੂੰ ਸਾੜੇਗੀ। ਜਿਹੜੀ ਤੀਲੀ ਖੁਦ ਸੜੇਗੀ ਉਹ ਹੀ ਦੂਜੇ ਨੂੰ ਸਾੜੇਗੀ। ਜਿਸ ਬੰਦੇ ਦਾ ਆਪਣਾ ਅੰਦਰ ਸੜਿਆ ਹੋਵੇਗਾ ਯਾਦ ਰੱਖੋ ਉਹਦੀ ਜ਼ਬਾਨ ਹੀ ਦੂਜੇ ਨੂੰ ਸਾੜੇਗੀ, ਕਿਉਂਕਿ ਦੂਜੇ ਨੂੰ ਸਾੜਨ ਤੋਂ ਪਹਿਲਾਂ ਆਪਣੇ ਆਪ ਨੂੰ ਸੜਨਾ ਪੈਂਦਾ ਹੈ। ਓਨੀ ਦੇਰ ਤੱਕ ਦੂਜਾ ਦਾ ਅੰਦਰ ਤਪਦਾ ਹੀ ਨਹੀਂ। ਤੇ ਜਦੋਂ ਕੋਈ ਅੰਮ੍ਰਿਤ ਬੋਲ ਬੋਲਦਾ ਹੈ, ਸ਼ਬਦ ਬੋਲਦਾ ਹੈ, ਕਿਸੇ ਦੇ ਅੰਦਰ ਨੂੰ ਠੰਡ ਤਾਂ ਪਾ ਸਕਦਾ ਜੇ ਆਪਣਾ ਅੰਦਰ ਠੰਡਾ ਹੋਵੇਗਾ। ਜੇ ਆਪਣੇ ਅੰਦਰ ਸ਼ਬਦ ਦਾ ਪ੍ਰਕਾਸ਼ ਹੈ ਦੂਜੇ ਤੇ ਉਹਦਾ ਅਸਰ ਹੋਵੇਗਾ। ਮੈਂ ਫਿਰ ਸ਼ਬਦ ਵਿੱਚ ਰਹਾ ਕਿ ਮੁੱਖ ਰਾਹੀਂ ਵੀ ਸਾਡੇ ਅੰਦਰ ਬਾਣੀ ਜਾਂਦੀ ਹੈ ਜੋ ਅਸੀਂ ਜ਼ਬਾਨ ਤੋਂ ਬੋਲਦੇ, ਪਰ ਫਰਕ ਇਹਨੇ ਕਿ ਅਸੀਂ ਇਹਨੂੰ ਥੋੜਾ ਜਿਹਾ ਬਰੀਕੀ ਨਾਲ ਜੇ ਸਮਝੀਏ। ਕਈ ਵਾਰੀ ਅਸੀਂ ਕਹਿੰਦੇ ਹਾਂ ਸ਼ਬਦ ਪੜ੍ਹ ਦਿੱਤਾ। ਰਾਤ ਵੀ ਦਾਸ ਰਾਮ ਸਰ ਇੱਕ ਬੇਨਤੀ ਕਰਕੇ ਆਇਆ, ਸ਼ਾਇਦ ਆਪਨੇ ਲਾਈਵ ਸੁਣਿਆ ਹੋਵੇ, ਕਿ ਜ਼ਿੰਦਗੀ ਵਿੱਚ ਕਦੀ ਵੀ ਆਪਣੇ ਨੇਮ ਨੂੰ ਨਹੀਂ ਟੁੱਟਣ ਦੇਣਾ। ਜੋ ਆਪ ਜੀ ਨੇਮ ਕਰਦੇ ਹੋ ਬਾਣੀ ਦਾ ਉਹਨੂੰ ਅਰਦਾਸ ਕਰੋ, ਮਨ ਲੱਗੇ ਨਾ ਲੱਗੇ, ਦੁੱਖ ਹੋਵੇ ਸੁੱਖ ਹੋਵੇ, ਮਾਨ ਹੋਵੇ ਅਪਮਾਨ ਹੋਵੇ, ਘਰ ਸੰਤਾਨ ਦਾ ਜਨਮ ਹੋਇਆ ਹੋਵੇ, ਭਾਵੇਂ ਕਿਸੇ ਦੀ ਮੌਤ ਹੋਈ ਹੋਵੇ, ਇੱਕ ਅਰਦਾਸ ਕਰਿਓ ਕਿ ਜ਼ਿੰਦਗੀ ਵਿੱਚ ਕਦੀ ਨੇਮ ਨਾ ਸਾਡਾ ਟੁੱਟੇ। ਜੇ ਨੇਮ ਟੁੱਟ ਜਾਏਗਾ ਪ੍ਰੇਮ ਨਹੀਂ ਰਹਿੰਦਾ। ਨੇਮ ਤੇ ਪ੍ਰੇਮ ਦੋਨੋਂ ਸ਼ਬਦ ਬੜੇ ਨੇੜੇ ਦੇ ਨੇ। ਜਿਨ੍ਹਾਂ ਅੰਦਰ ਨੇਮ ਹੈ ਉਹਨਾਂ ਅੰਦਰ ਹੀ ਪ੍ਰੇਮ ਹੈ, ਜਿਨ੍ਹਾਂ ਅੰਦਰ ਪ੍ਰੇਮ ਹੈ ਉਹ ਹੀ ਨੇਮ ਨਿਭਾਉਂਦੇ ਨੇ। ਦਾਸ ਨੇ ਰਾਤ ਇੱਕ ਉਦਾਹਰਨ ਦਿੱਤੀ ਸੀ, ਕਿਉਂਕਿ ਅੱਜ ਸ਼ਹਿਰ ਦੀਆਂ ਸਟੇਜਾਂ ਤੇ ਅਕਸਰ ਪੜ੍ਹੇ ਲਿਖੇ ਚਰਚਾ ਕਰਦੇ ਆ, ਜੇ ਸ਼ਬਦ ਦੀ ਸਮਝ ਕੋਈ ਨਹੀਂ ਬਾਣੀ ਪੜ੍ਹਨ ਦਾ ਕੋਈ ਫਾਇਦਾ ਨਹੀਂ, ਜੇ ਅਰਥਾਂ ਦਾ ਪਤਾ ਨਹੀਂ ਤੇ ਕਾਸ ਵਾਸਤੇ ਤੋਤਾ ਰੱਟਣ ਬਾਣੀ ਪੜ੍ਹੀ ਜਾਂਦੇ। ਮੈਂ ਬੇਨਤੀ ਕਰਨਾ ਇੰਨੀ ਕਥਾ ਹੁੰਦੀ ਹੈ, ਨੈਗੇਟਿਵ ਨਾ ਲਿਓ। ਸਾਨੂੰ ਸਾਰਿਆਂ ਨੂੰ ਬਾਣੀ ਦੇ ਅਰਥਾਂ ਦਾ ਪਤਾ ਹੈ ਕਿ ਅਰਥਾਂ ਨੂੰ ਜਾਣਨ ਵਾਲੇ ਬ੍ਰਹਮ ਗਿਆਨੀ ਬਣ ਗਏ ਕਿ ਜਿਨ੍ਹਾਂ ਨੇ ਅੱਖਰੀ ਅੱਖਰ ਬੋਧਕ ਤਲ ਤੇ ਅਰਥ ਜਾਣ ਲਏ ਕਿ ਉਹਨਾਂ ਦੇ ਅੰਦਰ ਉਹ ਗਿਆਨ ਦੀ ਜੋਤ ਬਲ ਗਈ ਜਿਹੜੇ ਅੱਖਰਾਂ ਦੀ ਸਮਝ ਉਹਨਾਂ ਨੂੰ ਪੈ ਗਈ, ਅਰਥ ਨਾਮ ਹੀ ਸਮਝ ਪੈਣ। ਗੁਰਮੁਖੋ ਨੂੰ ਅਨਪੜ੍ਹਤਾ ਨਾ ਸਮਝਿਓ, ਬਾਣੀ ਦਾ ਨੇਮ ਕਦੀ ਨਾ ਛੱਡਿਓ, ਕਿਉਂਕਿ ਬਾਣੀ ਆਪਣੇ ਆਪ ਵਿੱਚ ਵਿਆਖਿਆ। ਸ਼੍ਰੀਮਾਨ ਭਾਈ ਵੀਰ ਸਿੰਘ ਦੀ ਆਪਣੀ ਪ੍ਰਸੰਗਲੀਆਂ ਪੁਸਤਕ ਹੈ, ਉਸ ਵਿੱਚ ਰਾਤ ਮੈਂ ਇਹਦਾ ਜ਼ਿਕਰ ਕੀਤਾ ਸੀ ਕਿ ਭਾਈ ਸਾਹਿਬ ਕੋਲ ਇੱਕ ਸੱਜਣ ਆਇਆ, ਉਹਨੇ ਕਿਹਾ ਵੀ ਮੈਂ ਬਾਣੀ ਪੜ੍ਹਦਾ ਸੀ, ਹੁਣ ਮੈਂ ਛੱਡ ਦਿੱਤੀ ਕਿੰਨੇ ਦੇਰ ਦੀ। ਉਹਨਾਂ ਨੇ ਬੜੇ ਪਿਆਰ ਨਾਲ ਪੁੱਛਿਆ, ਕਹਿਣ ਲੱਗੇ
ਇਹ ਕਿਹੜੀ ਖੁਸ਼ੀ ਦੀ ਗੱਲ ਦੱਸਣ ਆਇਆ, ਕਿਉਂ ਛੱਡ ਦਿੱਤੀ? ਕਹਿੰਦਾ ਬਾਣੀ ਚ ਰਸ ਨਹੀਂ ਸੀ ਆ ਰਿਹਾ। ਉਹਨਾਂ ਕਿਹਾ ਪਹਿਲੀ ਗੱਲ ਤੇ ਆਪਣਾ ਸ਼ਬਦ ਦਰੁਸਤ ਕਰ, ਕਦੀ ਇਹ ਸ਼ਬਦ ਨਹੀਂ ਕਹਿਣਾ ਬਾਣੀ ਚੋ ਰਸ ਨਹੀਂ ਆ ਰਿਹਾ, ਇਹਦਾ ਮਤਲਬ ਤੇਰੀ ਪਾਤਰਤਾ ਹੈ ਗੁਰੂ ਵੱਲੋਂ ਹੀ ਘਾਟ ਹੈ, ਆਪਣਾ ਸ਼ਬਦ ਦਰੁਸਤ ਕਰ। ਇਹਨੂੰ ਇਹ ਮਤ ਬੋਲ ਕੇ ਬਾਣੀ ਵਿੱਚੋਂ ਰਸ ਨਹੀਂ ਆ ਰਿਹਾ, ਬਾਣੀ ਤਾਂ ਗੁਰੂ ਆਵਾਜ਼ ਦੇ ਕੇ ਕਹਿੰਦਾ ਹੈ ਕਿ ਹਮਾਰੀ ਪਿਆਰੀ ਅੰਮ੍ਰਿਤ ਧਾਰੀ, ਅੰਮ੍ਰਿਤ ਬਾਣੀ ਹਰ ਹਰ ਤੇਰੀ, ਇਹ ਰਸ ਨਾਲ ਭਰਪੂਰ ਹੈ, ਚੇਤੇ ਰੱਖੀ ਤੇਰਾ ਅੰਦਰ ਪਾਤਰ ਹੀ ਨਹੀਂ ਬਣਿਆ ਰਸ ਲੈਣ ਦਾ, ਰਸ ਤਾਂ ਹੈ ਪਰ ਤੇਰੇ ਅੰਦਰ ਨੂੰ ਹੀ ਵਿਕਾਰਾਂ ਦਾ ਰੋਗ ਲੱਗਾ ਹੋਇਆ। ਅਸੀਂ ਵੀ ਅਕਸਰ ਕਹਿੰਦੇ ਕਿ ਅੱਜ ਬਾਣੀ ਦਾ ਰਸ ਨਹੀਂ ਆਇਆ, ਗੁਰਮੁਖੋ ਕਦੀ ਨਾ ਕਿਹਾ ਜੇ ਇਹ ਇਨਡਾਇਰੈਕਟਲੀ ਗੁਰੂ ਤੇ ਸ਼ੱਕ ਹੋ ਜਾਂਦਾ ਹੈ, ਇਹਦਾ ਮਤਲਬ ਅੱਜ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਫਿੱਕੀ ਪੈ ਗਈ, ਮੈਂ ਤਾਂ ਤਿਆਰ ਸੀ। ਨਹੀਂ, ਆਪਣੇ ਅੰਦਰ ਨੂੰ ਬੁਖਾਰ ਚੜਿਆ ਹੋਵੇ ਤੇ ਰੋਟੀ ਦਾ ਕਸੂਰ ਨਾ ਕੱਢੀਏ, ਜੇ ਤਾਪ ਕਰਕੇ ਮੇਰਾ ਮੂੰਹ ਕੌੜਾ ਹੋ ਗਿਆ ਤੇ ਮਿੱਠੀ ਚੀਜ਼ ਦਾ ਕੋਈ ਕਸੂਰ ਨਹੀਂ, ਮੈਨੂੰ ਵਾਸ਼ਨਾ ਦਾ ਤਾਪ ਚੜਿਆ, ਮੇਰਾ ਮਨ ਭਟਕਦਾ ਹੋਇਆ ਤੇ ਮੈਨੂੰ ਆਪਣਾ ਮਨ ਰਸ ਲੈਣ ਚੱਖਣ ਜੋਗਾ ਨਹੀਂ, ਗੁਰਬਾਣੀ ਚ ਰਸ ਹੈ। ਅਗਲੀ ਬੇਨਤੀ, ਭਾਈ ਸਾਹਿਬ ਨੇ ਇੱਕ ਸ਼ਬਦ ਕਿਹਾ, ਕਹਿੰਦੇ ਨੇ ਮੰਨ ਲਓ ਤੂੰ ਆਪਣਾ ਨੇਮ ਛੱਡ ਦਿੱਤਾ, ਫਿਰ ਕੀ? ਕਹਿੰਦਾ ਬਸ ਛੱਡ ਦਿੱਤਾ। ਉਦੋਂ ਬਿਜਲੀ ਨਵੀਂ ਨਵੀਂ ਆਈ ਸੀ ਜੀ, ਥੋੜਾ ਸਮਾਂ ਹੋਇਆ ਸੀ ਬੜੀ ਘੱਟ ਬਿਜਲੀ ਆਉਣੀ। ਭਾਈ ਸਾਹਿਬ ਨੇ ਇੱਕ ਉਦਾਹਰਨ ਦਿੱਤੀ, ਕਹਿਣ ਲੱਗੇ ਕਿ ਤੁਹਾਡੇ ਘਰ ਚ ਬਿਜਲੀ ਹੈ? ਕਹਿੰਦਾ ਹਾਂ, ਅਸੀਂ ਬਿਜਲੀ ਲਵਾਈ ਹੈ ਜੀ। ਉਹ ਕਹਿੰਦੇ ਹਰ ਵਕਤ ਬਲਬ ਜਗਦੇ ਨੇ, ਲਾਈਟ ਜਗਦੀ ਹਰ ਵਕਤ? ਉਹ ਕਹਿੰਦਾ ਨਹੀਂ ਨਹੀਂ, ਹਰ ਵਕਤ ਨਹੀਂ ਜਗਦੀ, ਜਦੋਂ ਬਿਜਲੀ ਆਏਗੀ ਤਾਂ ਲਾਈਟ ਜਗੇਗੀ। ਪਰ ਕਹਿੰਦੇ ਨੇ ਤੁਸੀਂ ਖੰਭੇ ਤੋਂ ਕਨੈਕਸ਼ਨ ਆਪਣੇ ਘਰ ਨੂੰ ਦਿੱਤਾ ਕੇਬਲ ਰਾਹੀਂ? ਉਹ ਕਹਿੰਦਾ ਬਿਲਕੁਲ, ਸਾਡੇ ਘਰ ਚ ਕੇਬਲ ਆਉਂਦੀ ਏ, ਅਸੀਂ ਖੰਭੇ ਤੋਂ ਤਾਰਾਂ ਤੋਂ ਕਨੈਕਸ਼ਨ ਲਿਆ ਹੈ। ਕਹਿੰਦੇ ਜਦੋਂ 10-12 ਘੰਟੇ ਬਿਜਲੀ ਨਾ ਆਵੇ, ਲਾਈਟ ਨਹੀਂ ਬਲਦੀ, ਕੀ ਤੁਸੀਂ ਖੰਭੇ ਤੋਂ ਚੜ੍ਹ ਕੇ ਕਨੈਕਸ਼ਨ ਤੋੜ ਦਿੰਦੇ ਹੋ? ਬਿਜਲੀ ਤਾਂ ਹੈ ਨਹੀਂ, ਸਿਰਫ ਲੋਹੇ ਦੀਆਂ ਤਾਰਾਂ ਨੇ, ਕੀ ਤੁਸੀਂ ਕਨੈਕਸ਼ਨ ਦੀ ਕੇਬਲ ਦੀ ਤਾਰ ਤੋੜ ਕੇ ਲਪੇਟ ਕੇ ਲੈ ਆਉਂਦੇ ਹੋ? ਕਹਿਣ ਲੱਗਾ ਨਹੀਂ ਨਹੀਂ, ਕਨੈਕਸ਼ਨ ਨਹੀਂ ਤੋੜੀਦਾ। ਭਾਈ ਸਾਹਿਬ ਹੱਸ ਕੇ ਕਹਿੰਦੇ ਕਿਉਂ ਨਹੀਂ ਤੋੜੀਦਾ? ਕਹਿੰਦਾ ਹੁਣ ਨਹੀਂ, 8 ਨਹੀਂ, 10 ਘੰਟੇ ਬਾਅਦ, 24 ਘੰਟੇ ਬਾਅਦ, ਜਦੋਂ ਵੀ ਪਿੱਛੋਂ ਬਿਜਲੀ ਆਏਗੀ, ਜੇ ਕਨੈਕਸ਼ਨ ਜੁੜਿਆ ਰਹੇਗਾ ਤੇ ਬਲਬ ਜ਼ਰੂਰ ਬਲੇਗਾ, ਜੇ ਕਨੈਕਸ਼ਨ ਹੀ ਟੁੱਟ ਗਿਆ ਤੇ ਬਿਜਲੀ ਆਇਆ ਬਲਬ ਕਿੱਥੋਂ ਜਗੇਗਾ? ਭਾਈ ਸਾਹਿਬ ਹੱਸ ਪਏ, ਕਹਿਣ ਲੱਗੇ ਤੇਰੇ ਸਵਾਲ ਦਾ ਉੱਤਰ ਹੀ, ਕਹਿੰਦਾ ਮੈਂ ਸਮਝਿਆ ਨਹੀਂ। ਕਹਿੰਦੇ ਨੇ ਹਰ ਵਕਤ ਬਿਜਲੀ ਨਹੀਂ ਬਲਦੀ, ਪਰ ਕਨੈਕਸ਼ਨ ਕਦੀ ਨਹੀਂ ਟੁੱਟਣ ਦੇਖਦਾ। ਜੇ ਕਨੈਕਸ਼ਨ ਹੀ ਟੁੱਟ ਗਿਆ, ਬਿਜਲੀ ਆਏਗੀ, ਘਰ ਰੋਸ਼ਨੀ ਨਹੀਂ ਹੋਵੇਗੀ, ਕਿਉਂਕਿ ਆਪਾਂ ਖੰਭੇ ਤੋਂ ਟੁੱਟ ਚੁੱਕੇ ਹਾਂ। ਨਾ ਵੀ ਬਿਜਲੀ ਹੋਵੇ, ਕਨੈਕਸ਼ਨ ਕਦੀ ਨਾ ਤੋੜੋ, ਜੇ ਅੰਦਰ ਰਸ ਨਹੀਂ ਚੱਖਣ ਜੋਗਾ ਹੋਇਆ, ਪਰ ਗੁਰਬਾਣੀ ਨਾਲੋਂ ਕਨੈਕਸ਼ਨ ਕਦੀ ਨਾ ਤੋੜਿਓ, ਨੇਮ ਆਪਣਾ ਨਿਭਾਈ ਜਾਇਓ, ਜਦੋਂ ਗੁਰੂ ਪ੍ਰਸਾਦ ਵਰਤੇਗਾ ਅੰਦਰ ਨੂੰ ਰਸ ਆਵੇਗਾ, ਜੇ ਕਨੈਕਸ਼ਨ ਹੀ ਟੁੱਟ ਗਿਆ ਤੇ ਰਸ ਕਿੱਥੋਂ ਮਿਲੇਗਾ? ਗੱਲ ਬੜੀ ਸੋਹਣੀ ਸੀ ਕਿ ਜੇ ਆਪਾਂ ਸੰਬੰਧ ਹੀ ਤੋੜ ਬੈਠੇ। ਮੈਂ ਫਿਰ ਅਰਜ਼ ਕਰਨ ਲੱਗਾ, ਅੱਖਾਂ ਰਾਹੀਂ ਸ਼ਬਦ ਸਾਡੇ ਅੰਦਰ ਜਾਂਦਾ ਹੈ। ਕਈ ਵਾਰੀ ਤੁਸੀਂ ਨਿਰੰਤਰ ਪਾਠ ਕਰੋ ਤੇ ਸੱਚ ਇਹ ਵੇ, ਸੁਪਨੇ ਵਿੱਚ ਵੀ ਇੰਜ ਭਾਸਦਾ ਹੈ ਜਿਵੇਂ ਗੁਰੂ ਗ੍ਰੰਥ ਸਾਹਿਬ ਦੇ ਅੰਗਾਂ ਤੋਂ ਆਪਾਂ ਪਾਠ ਮੈਂ ਕਰਦੇ, ਇਹ ਵਾਪਰਦਾ। ਤੇ ਜੇ ਅੱਖਾਂ ਨੇ ਦੇਖਿਆ ਨਾ ਹੋਵੇਗਾ ਤੇ ਸੁਪਨ ਵਿੱਚ ਗਿਆਨ ਉਹ ਕਿੱਥੋਂ ਪੈਦਾ ਹੋਏਗਾ? ਅੱਖਾਂ ਰਹੀ ਸ਼ਬਦ ਅੰਦਰ ਜਾਂਦਾ ਹੈ, ਕੰਨਾਂ ਰਹੀ ਸ਼ਬਦ ਅੰਦਰ ਜਾਂਦਾ ਹੈ। ਤੀਸਰੀ ਮੈਂ ਬੇਨਤੀ ਕੀਤੀ, ਜ਼ਬਾਨ ਰਾਹੀਂ ਸਾਡੇ ਅੰਦਰ ਸ਼ਬਦ ਪ੍ਰਵੇਸ਼ ਕਰਦਾ ਹੈ, ਜੋ ਅਸੀਂ ਬੋਲਦੇ ਹਾਂ ਅੰਦਰ ਜਾਏਗਾ। ਪਰ ਇੱਕ ਗੱਲ ਯਾਦ ਰੱਖਿਓ ਕਿ ਜ਼ਬਾਨ ਇੱਕ ਗਿਆਨ ਇੰਦਰ ਹੈ, ਹੱਥ ਦੀ ਚਮੜੀ ਇਹਨੂੰ ਉਹ ਗਿਆਨ ਨਹੀਂ, ਇਸ ਸਕਿਨ ਨੂੰ ਗਿਆਨ ਹੋ ਰਹੇ ਤੇ ਜ਼ਬਾਨ ਦੀ ਸਕਿਨ ਜਿਹੜੀ ਉਹਨੂੰ ਗਿਆਨ ਹੋ ਰਹੇ ਹੈ, ਦੋਨੇ ਚਮੜੀਆਂ ਨਾ। ਜੇ ਤੁਸੀਂ ਜੀਭ ਦੀ ਗੱਲ ਕਰੋ ਇਹ ਵੀ ਚਮੜੀ, ਹੱਥ ਦੀ ਗੱਲ ਕਰੋ ਇਹਦੇ ਉੱਤੇ ਵੀ ਚਮੜੀ। ਪਰ ਜਿਹੜਾ ਰੱਬ ਨੇ ਜੀਭ ਦੇ ਚੰਮ ਨੂੰ ਗਿਆਨ ਦਿੱਤਾ ਹੈ, ਹੱਥ ਦੇ ਚੰਮ ਨੂੰ ਨਹੀਂ ਦਿੱਤਾ। ਤੁਸੀਂ ਹੱਥ ਉੱਤੇ ਦੇਗ ਲੈਂਦੇ, ਕਦੀ ਮੂੰਹ ਚ ਸਿੱਧੀ ਥੋੜਾ ਪਾਉਂਦੇ ਨੇ ਵਰਤਾਉਣ ਵਾਲਾ, ਸਭ ਤੋਂ ਪਹਿਲਾਂ ਦੇਗ ਨੂੰ ਹੱਥ ਚ ਲੈਂਦੇ ਹੋ, ਸਕਿਨ ਨੂੰ ਸਪਰਸ਼ ਕਰਦੀ ਹੈ ਦੇਗ। ਪਰ ਕਦੀ ਕਿਸੇ ਨੇ ਹੱਥ ਚ ਪਕੜ ਕੇ ਕਿਹਾ ਭਾਈ ਸਾਹਿਬ ਅੱਜ ਮਿੱਠਾ ਬੜਾ ਪਾਇਆ ਜੀ? ਜਦੋਂ ਜ਼ਬਾਨ ਤੇ ਰੱਖਦੇ ਹੋ, ਉਸ ਜ਼ਬਾਨ ਦੀ ਚਮੜੀ ਗਿਆਨ ਦਿੰਦੀ ਹੈ ਕਿ ਅੱਜ ਦੇਗ ਵਿੱਚ ਮਿੱਠਾ ਹੈ।
ਇਸ ਚਮੜੀ ਤੇ ਲੂਣਾ ਸਲੂਣਾ ਕੁਛ ਵੀ ਰੱਖੋ ਕਦੀ ਗਿਆਨ ਨਹੀਂ ਦੇਗੀ ਕਿ ਮਿੱਠਾ ਹੈ ਇਹ ਕੁਸ਼ੈਲਾ ਹੈ ਇਹ ਤੁਰਸ਼ੀ ਹੈ। ਜਦੋਂ ਜੀਭ ਦੀ ਚਮੜੀ ਤੇ ਰੱਖੋਗੇ ਉਦੋਂ ਸੱਚ ਮੁੱਚ ਅੰਦਰ ਨੂੰ ਗਿਆਨ ਹੋਵੇਗਾ। ਜੀਭ ਦਾ ਗਿਆਨ ਵੱਖਰਾ ਹੈ, ਇਸ ਚਮੜੀ ਦਾ ਗਿਆਨ ਵੱਖਰਾ। ਖੈਰ ਦੋਨੋਂ ਗਿਆਨ ਬੇਨਤੀ ਹੈ। ਜਦੋਂ ਅਸੀਂ ਸ਼ਬਦ ਪੜ੍ਹਦੇ ਹਾਂ, ਬਾਣੀ ਪੜ੍ਹਦੇ, ਭਾਵੇਂ ਅਸੀਂ ਰੋਟੀ ਨਾਲ ਤੁਲਨਾ ਦੇਣੇ। ਬਾਬਾ ਜੀ ਨੇ ਕਿਹਾ ਜਦੋਂ ਹਜ਼ੂਰ ਨੇ ਸੰਪੂਰਨ ਕੀਤੀ ਭੀੜ ਤੇ ਸ਼ਬਦ ਕਿਹਾ ਕਿ ਥਾਲ ਵਿੱਚ ਤਿੰਨ ਵਸਤੂ ਪਈਓ, ਸੱਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਭਇਓ, ਜਿਸ ਕਾ ਸਬਸ ਆਧਾਰੋ, ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ, ਇਹ ਵਸਤ ਤਜੀ ਨ ਜਾਈ ਨਿਤ ਨਿਤ ਰੱਖ ਉਰਧਾਰੋ, ਤਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਪਸਾਰੋ। ਬੇਨਤੀ ਜਿਹੜੀ ਕਰਨ ਲੱਗਾ, ਅਸੀਂ ਜ਼ਬਾਨ ਨਾਲ ਜਦੋਂ ਕੋਈ ਚੀਜ਼ ਖਾਂਦੇ ਹਾਂ ਉਹ ਸਾਡੇ ਤੇ ਪੰਜ ਸੱਤ ਘੰਟੇ ਅਸਰ ਕਰੇਗੀ। ਕਈ ਸੱਜਣ ਅੱਠਾਂ ਪੈਰਾਂ ਚ ਇੱਕ ਵਾਰ ਪ੍ਰਸ਼ਾਦਾ ਛਕਦੇ ਆ ਤੇ ਉਹ ਅੱਠ ਪੈਰ ਚੌਵੀ ਘੰਟੇ ਉਹਨਾਂ ਦੇ ਸਰੀਰ ਨੂੰ ਐਨਰਜੀ ਦਿੰਦਾ। ਗੁਰਮੁਖੋ, ਇਹ ਐਨਰਜੀ ਭੋਜਨ ਦੀ ਅੱਠ ਪੈਰ ਬਾਅਦ ਖਤਮ ਹੋ ਜਾਏਗੀ, ਸਰੀਰ ਫਿਰ ਮੰਗੇਗਾ। ਪਰ ਜਿਹੜਾ ਆਪ ਪਾਠ ਕਰਦੇ ਹੋ ਨਾ, ਅੱਜ ਸਾਨੂੰ ਸ਼ਾਇਦ ਪਤਾ ਨਾ ਹੋਵੇ, ਪਰ ਜਿਸ ਵਕਤ ਇਸ ਤਨ ਨੂੰ ਤਿਆਗਣ ਲੱਗਣਾ, ਸੱਚ ਇਹ ਵੀ ਸ਼ਬਦ ਦੀ ਐਨਰਜੀ ਅੰਦਰ ਚਲੀ ਜਾਏ, ਸਰੀਰ ਮੜੀਆਂ ਵੀ ਸੜਦਾ ਹੋਵੇਗਾ ਪਰ ਸ਼ਬਦ ਦੀ ਤਾਕਤ ਸਾਡੀ ਆਤਮਾ ਨੂੰ ਪਰਮਾਤਮਾ ਦੇ ਘਰ ਚ ਲੈ ਜਾਏਗੀ। ਇਹ ਐਨਰਜੀ ਅੱਠ ਪੈਰ ਬਾਅਦ ਮੁੱਕਦੀ ਨਹੀਂ। ਇਹ ਤਾਂ ਸੱਚ ਵੀ ਇੱਕ ਖਿੰਨ ਜਪਿਆ ਹੋਵੇ ਤੇ ਜ਼ਿੰਦਗੀ ਦਾ ਪਾਰ ਉਤਾਰਾ ਕਰ ਦਿੰਦੀ ਹੈ। ਜ਼ਬਾਨ ਰਹੀ ਸਾਡੇ ਅੰਦਰ ਬਾਣੀ ਜਾਂਦੀ ਹੈ। ਤੀਸਰਾ ਚੌਥਾ ਮੈਂ ਸ਼ਬਦ ਵਰਤਾਂਗਾ ਕਿ ਹੱਥਾਂ ਦੇ ਪੋਟਿਆਂ ਨਾਲ ਬਾਣੀ ਅੰਦਰ ਚਲੀ ਜਾਂਦੀ। ਇਹ ਕਿਵੇਂ? ਅੱਖਾਂ ਰਹੀ ਤਾਂ ਮੰਨ ਲਿਆ, ਕੰਨਾਂ ਰਹੀ ਮੰਨ ਲਿਆ, ਜ਼ਬਾਨ ਨਾਲ ਅਸੀਂ ਜਾਣਦੇ। ਗੁਰਮੁਖੋ, ਸਾਡੇ ਘਰ ਚ ਅੱਜ ਵੀ ਉਹ ਕੀਰਤਨੀਏ ਨੇ ਜਿਨ੍ਹਾਂ ਨੇ ਅੱਖਾਂ ਨਾਲ ਅੱਜ ਤੱਕ ਗੁਰੂ ਗ੍ਰੰਥ ਸਾਹਿਬ ਦੇ ਇਸ ਢਾਂਚੇ ਦੇ ਦਰਸ਼ਨ ਨਹੀਂ ਕੀਤੇ। ਉਹਨਾਂ ਨੂੰ ਕੋਈ ਪਤਾ ਨਹੀਂ ਪੈਂਤੀ ਅੱਖਰ ਹੀ ਕੀ ਹੈ। ਉਹਨਾਂ ਨੇ ਕਦੀ ਗੁਰੂ ਗ੍ਰੰਥ ਸਾਹਿਬ ਦੇ ਇਸ ਵਜੂਦ ਦੇ ਦਰਸ਼ਨ ਕੀਤੇ ਨਹੀਂ। ਜਦੋਂ ਅੱਖਾਂ ਦੀ ਜੋਤ ਨਹੀਂ, ਉਹ ਕਿੱਥੋਂ ਦਰਸ਼ਨ ਕਰਨਗੇ? ਪਰ ਮੈਂ ਕਈ ਵਾਰੀ ਸੋਚਣਾ, ਅੱਖਾਂ ਵਾਲਿਆਂ ਨਾਲ ਬਹੁਤ ਚੰਗੇ ਰਹਿ ਗਏ। ਸਾਡੀਆਂ ਅੱਖਾਂ 80-80 ਸਾਲ ਤੱਕ ਦੁਨੀਆਂ ਦੇ ਚਮਾਸ਼ੇ ਦੇਖਦੀਆਂ ਰਹੀਆਂ, ਪਰ ਇਹਨਾਂ ਨੇ ਸ਼ਬਦ ਨੂੰ ਨਾ ਦੇਖਿਆ। ਆ ਸਾਡੇ ਸਾਹਮਣੇ ਮੈਂ ਕਈ ਵਾਰੀ ਉਦਾਹਰਣ ਦਿੰਦਾ, ਭਾਈ ਸਾਹਿਬ ਭਾਈ ਗੁਰਮੇਜ ਸਿੰਘ ਜੀ ਨੇ, ਉਹ ਹਯਾਤੀ ਵਿੱਚ ਨੇ, ਸਰੀਰ ਵਿੱਚ ਨੇ। ਉਹ ਖੁਦ ਕਹਿੰਦੇ ਆ ਕਿ 8 ਸਾਲ ਦੀ ਉਮਰ ਚ ਮੇਰੀਆਂ ਅੱਖਾਂ ਚਲੀਆਂ ਗਈਆਂ। ਮੈਂ ਗੁਰੂ ਗ੍ਰੰਥ ਸਾਹਿਬ ਦੇ ਇਸ ਰੂਪ ਚ ਦਰਸ਼ਨ ਨਹੀਂ ਕੀਤੇ, ਪਰ ਬਰੇਲ ਲਿਪੀ ਰਾਹੀਂ ਉਹਨਾਂ ਪੋਟਿਆਂ ਦੇ ਨਾਲ ਆਪਣੀ ਹੱਥ ਦੀ ਉਂਗਲੀਆਂ ਦੀ ਸਕਿਨ ਨਾਲ, ਚਮੜੀ ਨਾਲ ਉਹਨਾਂ ਨੇ ਛੂ ਛੂ ਕੇ ਪੂਰੇ ਗੁਰੂ ਗ੍ਰੰਥ ਸਾਹਿਬ ਨੂੰ ਆਪਣੇ ਅੰਦਰ ਬਾਣੀ ਨੂੰ ਲੈ ਗਏ। ਉਹਨਾਂ ਪੰਜ ਸਹਿਜ ਪਾਠ ਜਦੋਂ ਦਾਸ ਮਿਲਿਆ ਸੀ ਉਸ ਵਕਤ ਕਿਹਾ, ਪੰਜ ਸਹਿਜ ਪਾਠ ਸਿਰਫ ਉਂਗਲੀਆਂ ਦੇ ਪੋਟਿਆਂ ਨਾਲ ਟੋ ਟੋ ਕੇ ਕੀਤੇ ਤੇ ਇੱਕ ਪੂਰਾ ਗੁਰੂ ਗ੍ਰੰਥ ਸਾਹਿਬ ਉਹਨਾਂ ਲਈ ਤਿਆਰ ਕਰ ਦਿੱਤਾ, ਜਿਨ੍ਹਾਂ ਦੀ ਅੱਖਾਂ ਦੀ ਜੋਤ ਰੱਬ ਨੇ ਸ਼ੁਰੂ ਤੋਂ ਨਹੀਂ ਦਿੱਤੀ। ਪਿਆਰਿਓ, ਕੀ ਪੋਟਿਆਂ ਲਈ ਬਾਣੀ ਅੰਦਰ ਨਹੀਂ ਗਈ? ਕੋਈ ਦੂਰ ਦੀ ਗੱਲ ਨਹੀਂ, ਸਾਡੇ ਸਾਹਮਣੇ ਨੇ ਉਹ। ਹੱਥਾਂ ਦੇ ਪੋਟਿਆਂ ਰਾਹੀਂ ਨਹੀਂ ਸਾਡੇ ਅੰਦਰ ਬਾਣੀ ਚਲੀ ਜਾਂਦੀ ਹੈ। ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨੇ ਹਾਂ, ਆਓ ਥੋੜੀ ਜਿਹੀ ਗੁਰੂ ਗ੍ਰੰਥ ਸਾਹਿਬ ਦੇ ਦੀਦਾਰ ਕਰੀਏ। ਦੀਦਾਰ ਵਿੱਚ ਬਹੁਤ ਵੱਡੀ, ਇਹ ਜਿਹੜਾ ਸ਼ਬਦ ਪਾਠ ਦੀਦਾਰ ਕਹਿ ਦਿੱਤਾ, ਇਹਨੂੰ ਤੁਸੀਂ ਅਸੀਂ ਸਾਰੀ ਜ਼ਿੰਦਗੀ ਦੀ ਕਥਾ ਕਰਦੇ ਰਹੋ, ਸੱਚ ਇਵੇਂ ਦੋ ਸ਼ਬਦਾਂ ਦੀ ਕਥਾ ਕਦੀ ਵੀ ਨਹੀਂ ਮੁੱਕ ਸਕਦੀ। ਪਹਿਲੀ ਗੱਲ, ਆਓ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰੀਏ, ਨਾਲ ਦੀਦਾਰ ਕਰੀਏ। ਸਵੇਰੇ ਮੈਂ ਥੋੜਾ ਜਿਹਾ ਇਸ਼ਾਰਾ ਕੀਤਾ ਸੀ ਮੰਜੀ ਸਾਹਿਬ ਦੀਵਾਨ ਕਾਲ, ਤੁਸੀਂ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਦੇ ਹੋ, ਸਭ ਤੋਂ ਪਹਿਲਾਂ ਪਾਠ ਕਰਦੇ ਹਾਂ, ਸਾਨੂੰ ਗੁਰੂ ਦੀਦਾਰ ਬਖਸ਼ਦਾ ਜਪ ਦੀ ਬਾਣੀ ਦੇ। ਪਾਠ ਕਰਾਂਗੇ, ਸਭ ਤੋਂ ਪਹਿਲਾਂ ਬਾਣੀ ਜਪ ਹੈ। ਚਲੋ ਅਸੀਂ ਸ਼ਬਦ ਸਤਿਕਾਰ ਸਾਹਿਬ ਜੀ ਨਾਲ ਲਾਉਂਦੇ ਹਾਂ ਤੇ ਸਾਹਿਬ ਨਾਲ ਲਾਉਂਦੇ ਹਾਂ, ਪਰ ਉਂਝ ਗੁਰੂ ਅਰਜਨ ਦੇਵ ਜੀ ਨੇ ਇਸ ਨਾਲ ਜਪ ਜੀ ਸਾਹਿਬ ਨਹੀਂ ਲਾਇਆ। ਮਹਾਰਾਜ ਨੇ ਸਿਰਫ ਨਾਮ ਰੱਖਿਆ ਜਪ, ਤੇ ਜਦੋਂ ਤਤਕਰਾ ਮਹਾਰਾਜ ਜੀ ਨੇ ਇੰਡੈਕਸ ਤਿਆਰ ਕੀਤਾ ਤੇ ਇਸ ਬਾਣੀ ਦਾ ਨਾਮ ਰੱਖਿਆ ਜਪ ਨਿਸ਼ਾਨ। ਥੋੜੇ ਜਿਹੇ ਪਾਠ ਦੀਦਾਰ ਕਰਾਂਗੇ ਆਪਾਂ ਕਿ ਜਪ ਨਿਸ਼ਾਨ ਨਾਮ ਰੱਖਿਆ, ਕਿਉਂਕਿ ਸਿੱਖ ਦੀ ਇੱਕ ਆਸਥਾ ਹੈ। ਇਹ ਸ਼ਬਦ
ਭਾਵਨਾ ਨਾਲ ਜਦੋਂ ਬੋਲਦਾ ਹੈ ਭਾਵੇਂ ਉਹ ਚੀਜ਼ ਬਾਹਰ ਮੁਖੀ ਦਿਸਦੀ ਹੈ, ਪਰ ਜਿਹੜੀ ਚੀਜ਼ ਗੁਰੂ ਨਾਲ ਜੁੜ ਜਾਏ ਕੁਦਰਤੀ ਤੌਰ ਤੇ ਸਿੱਖ ਦੀ ਜ਼ਬਾਨ ਵਿੱਚ ਉਹਦੇ ਲਈ ਸਹਿਬ ਸ਼ਬਦ ਜ਼ਰੂਰ ਆਏਗਾ। ਕਦੀ ਵੀ ਤੁਸੀਂ ਦੇਖਿਓ, ਮੈਂ ਤਾਂ ਪਿਛਲੇ ਦਿਨ ਇੱਕ ਬੇਨਤੀ ਕੀਤੀ ਕਿ ਅਸੀਂ ਮੱਥਾ ਟੇਕਣਾ ਗੁਰੂ ਗ੍ਰੰਥ ਸਾਹਿਬ ਨੂੰ, ਇਹ ਤਾਂ ਗੱਲ ਸਿੱਧੀ ਜੀ ਓਪਰੀ ਜੀ ਕੋਈ ਗੂੜ ਗਿਆਨ ਵਾਲੀ ਨਹੀਂ। ਜਿਸ ਰੰਗ ਦਾ ਕੱਪੜਾ ਤੁਸੀਂ ਮਹਾਰਾਜ ਜੀ ਨੂੰ ਉਡਾਇਆ ਹੋਇਆ ਰਮਾਲਾ ਸਾਹਿਬ, ਇਸ ਰੰਗ ਦੇ ਕੱਪੜੇ ਹੋ ਸਕਦਾ ਏਦੋ ਕੀਮਤੀ ਕੱਪੜੇ ਸਾਡੇ ਘਰਾਂ ਚ ਧੀਆਂ ਭੈਣਾਂ ਬੀਬੀਆਂ ਪਾਉਂਦੀਆਂ ਨੇ, ਪਰ ਯਾਦ ਰੱਖਿਓ ਇਸ ਕੱਪੜੇ ਨੂੰ ਜਦੋਂ ਤੁਸੀਂ ਖਰੀਦ ਲੈਂਦੇ ਹੋ, ਹਾਲਾਂ ਚਾੜਿਆ ਨਹੀਂ, ਮਹਾਰਾਜ ਜੀ ਦੇ ਚਰਨਾਂ ਚ ਨਹੀਂ ਲੈ ਕੇ ਆਏ, ਖਰੀਦਣ ਵੇਲੇ ਤੁਹਾਡੇ ਅੰਦਰ ਇੱਕ ਆਸਥਾ ਬਣ ਜਾਂਦੀ ਏ, ਜਿਸ ਅਦਬ ਨਾਲ ਤੁਸੀਂ ਉਸ ਕੱਪੜੇ ਨੂੰ ਆਪਣੇ ਘਰ ਚ ਲੈ ਕੇ ਆਉਂਦੇ ਹੋ, ਉਸ ਅਦਬ ਨਾਲ ਤਨ ਤੇ ਸੂਟ ਪਾਉਣ ਵਾਲਾ ਕੱਪੜਾ ਕਦੀ ਨਹੀਂ ਲੈ ਕੇ ਆਉਂਦੇ। ਕਿਉਂ? ਆਪਾਂ ਕਹਾਂਗੇ ਕੱਪੜੇ ਦੀ ਪੂਜਾ ਹੋ ਗਈ, ਨਹੀਂ, ਉਸ ਵਕਤ ਉਸ ਕੱਪੜੇ ਨਾਲ ਸਾਡੀ ਇੱਕ ਆਸਥਾ ਇਹ ਬਣ ਗਈ ਕਿ ਇਹ ਮ੍ਰਿਤ ਮੰਡਲ ਵਿੱਚ ਮੁਰਦਾ ਸਰੀਰ ਤੇ ਨਹੀਂ ਓਢਿਆ ਜਾਣਾ, ਇਹ ਕੱਪੜਾ ਮੈਂ ਆਪਣੇ ਸਾਹਿਬ ਦੇ ਚਰਨਾਂ ਚ ਲੈ ਕੇ ਜਾਣਾ। ਸੱਚ ਇਹ ਅਸੀਂ ਕੱਪੜੇ ਦਾ ਸਨਮਾਨ ਨਹੀਂ ਕਰਦੇ, ਗੁਰੂ ਗ੍ਰੰਥ ਸਾਹਿਬ ਦਾ ਸਨਮਾਨ ਕਰਦੇ। ਇਸ ਨੁਕਤੇ ਨੂੰ ਇਸੇ ਕਰਕੇ ਸਾਡੇ ਭਰਮ ਪੈਦਾ ਹੋ ਜਾਂਦੇ, ਤੁਸੀਂ ਰੁਮਾਲਾ ਸਾਹਿਬ ਕਹਿੰਦੇ ਹੋ, ਮੈਂ ਤਾਂ ਇੱਕ ਵਾਰ ਕਿਹਾ ਸੀ ਇਹਨੂੰ ਕਰਮ ਕਾਂਡ ਚ ਭਾਵੇਂ ਕੋਈ ਲੈ ਜਾਏ, ਵੀ ਸਿੱਖ ਬੇਰੀਆਂ ਦੇ ਪੁਜਾਰੀ ਹੋ ਗਏ। ਸੁਣੂ ਮਿਲਦਾ ਬਾਬਾ ਬੁੱਢਾ ਸਾਹਿਬ ਦੀ ਬੇਰ, ਦੁੱਖ ਭੰਜਣੀ ਬੇਰ, ਲਾਚੀ ਬੇਰ। ਲਾਚੀ ਬੇਰ ਆਪਾਂ ਤਾਂ ਕਹਿੰਦੇ ਹਾਂ ਕਿਉਂਕਿ ਇਹਨੂੰ ਬੇਰ ਨਿੱਕੇ ਨਿੱਕੇ ਲੱਗਦੇ ਨੇ, ਤੇ ਇਹਨੂੰ ਤਾਂ ਲਾਚੀ ਬੇਰ ਕਿਹਾ ਜਾਂਦਾ ਜਿਹੜੀ ਦਰਸ਼ਨੀ ਡਿਊੜੀ ਦੇ ਅੱਗੇ ਹੈ। ਤੇ ਕਥਾ ਵਾਲਾ ਕਹਿੰਦਾ ਦੇਖੋ ਜੀ ਸਿੱਖ ਰੁੱਖਾਂ ਨੂੰ ਪੂਜਣ ਲੱਗ ਪਏ, ਜੇ ਸਿੱਖ ਬੇਰੀਆਂ ਦਾ ਪੂਜਕ ਹੁੰਦਾ ਅੰਮ੍ਰਿਤਸਰ ਤੋਂ ਲੈ ਕੇ ਲੁਧਿਆਣੇ ਤੱਕ ਪਤਾ ਨੀ ਕਿੰਨੀਆਂ ਕੁ ਬੇਰੀਆਂ ਹੁੰਦੀਆਂ ਨੇ। ਕਦੀ ਤੁਸੀਂ ਗੱਡੀ ਕਰਕੇ ਖੜੀ ਕਰਕੇ ਬੇਰੀ ਦੀ ਪਰਿਕਰਮਾ ਕੀਤੀ? ਉਹ ਗੁਰਮੁਖੋ ਰੁੱਖ ਬੜੇ ਨੇ, ਪਰ ਉਸ ਬੇਰੀ ਨੂੰ ਸਿੱਖ ਅਦਬ ਤਾਂ ਦਿੰਦਾ ਹੈ ਕਿਉਂਕਿ ਉਸ ਬੇਰੀ ਦੇ ਥੱਲੇ ਮੇਰਾ ਸਤਿਗੁਰੂ ਬੈਠਾ ਹੋਇਆ ਹੈ, ਉਸ ਬੇਰੀ ਦੇ ਥੱਲੇ ਸਿੱਖ ਬੈਠਾ ਹੈ। ਤੁਸੀਂ ਜੇ ਗੁਰੂ ਨੂੰ ਤੋੜ ਕੇ ਅਰਥ ਕਰੋਗੇ ਤੇ ਸੱਚ ਇਵੇਂ ਅੰਦਰ ਖੁਸ਼ਕੀ ਪੈਦਾ ਹੋਵੇਗੀ, ਜੇ ਗੁਰੂ ਨਾਲ ਜੋੜ ਕੇ ਅਰਥ ਕਰੋਗੇ ਤੇ ਗੁਰੂ ਦੀ ਦਹਿਲੀਜ਼ ਤੇ ਲੰਘਦੇ ਵੀ ਤੁਹਾਨੂੰ ਉਹ ਦਹਿਲੀਜ਼ ਵਿੱਚੋਂ ਵੀ ਸਾਹਿਬ ਦੀ ਝਲਕ ਮਿਲਦੀ ਹੋਵੇਗੀ ਜੇ ਗੁਰੂ ਨਾਲ ਜੋੜ ਕੇ ਦੇਖੋ। ਸੋਹਣਾ ਇਸ ਨੂੰ ਖੁੱਲੇ ਦਿਲ ਨਾਲ ਬੇਨਤੀ ਨੂੰ ਸੁਣਿਓ। ਗੁਰੂ ਗ੍ਰੰਥ ਸਾਹਿਬ 'ਚ ਬਾਣੀ ਹੈ ਜਪ ਨਿਸ਼ਾਨ, ਸਿੱਖ ਕਦੀ ਜਪ ਨਿਸ਼ਾਨ ਨਹੀਂ ਕਹਿੰਦੇ, ਸਿੱਖ ਜਪਜੀ ਸਾਹਿਬ ਕਹਿੰਦੇ। ਗੁਰੂ ਗ੍ਰੰਥ ਸਾਹਿਬ 'ਚ ਬਾਣੀ ਹੈ ਸੁਖਮਨੀ, ਪਰ ਸਿੱਖ ਕਦੀ ਸੁਖਮਨੀ ਇਕੱਲੀ ਨਹੀਂ ਕਹਿੰਦਾ, ਸੁਖਮਨੀ ਸਾਹਿਬ ਕਹਿੰਦਾ ਹੈ। ਅਸੀਂ ਆਨੰਦ ਸਾਹਿਬ ਪੜ੍ਹਦੇ ਹਾਂ, ਸਿਰਫ ਬਾਣੀ ਦਾ ਨਾਮ ਆਨੰਦ ਹੈ ਸਾਹਿਬ ਹੈ ਹੀ ਨਹੀਂ, ਪਰ ਆਪ ਸਾਰੇ ਕਹਿੰਦੇ ਹੋ ਆਨੰਦ ਸਾਹਿਬ, ਆਨੰਦ ਸਾਹਿਬ ਦਾ ਪਾਠ ਕਰ ਲਓ। ਕਦੀ ਕਹਿੰਦੇ ਹੋ ਆਨੰਦ ਦੀਆਂ ਪੌੜੀਆਂ ਪੰਜ ਪੜ੍ਹ ਲਓ? ਕਦੀ ਤੁਸੀਂ ਦੱਸੋ ਸਟੇਜ ਤੇ ਮੰਨ ਲਓ ਬੋਲਦਿਆਂ ਕਹਿ ਦਿਓ ਭਾਈ ਸਾਹਿਬ ਜੀ ਆਨੰਦ ਦੀਆਂ ਪੰਜ ਪੌੜੀਆਂ ਪੜ੍ਹ ਦਿਓ? ਕਦੀ ਨੀ ਕੋਈ ਕਹੇਗਾ। ਆਪਾਂ ਬਾਹਰ ਨਿਕਲ ਕੇ ਕਹਾਂਗੇ ਕਿ ਆਨੰਦ ਸਾਹਿਬ ਕਹੋ ਤੇ ਅਗਲਾ ਕਹਿ ਦੇ ਵੀ ਸਾਹਿਬ ਤਾਂ ਲਿਖੇ ਹੀ ਨਹੀਂ। ਸਿੱਧਾ ਪਾਠ ਹੈ ਰਾਮ ਕਲੀ ਮਹੱਲਾ ਤੀਜਾ ਆਨੰਦ ਕਿਉਂ ਸਾਹਿਬ ਵਰਤਿਆ? ਕੀ ਇਹ ਗੁਰਬਾਣੀ ਦੀ ਬੇਅਦਬੀ ਹੈ? ਨਹੀਂ ਪਿਆਰਿਓ, ਬੇਅਦਬੀ ਨਹੀਂ, ਸਿੱਖ ਦੇ ਅੰਦਰ ਦੀ ਆਸਥਾ ਇੰਨੀ ਹੈ, ਜਿਹੜਾ ਅੱਖਰ ਜਿਹੜਾ ਸ਼ਬਦ ਗੁਰੂ ਨਾਲ ਜੁੜ ਜਾਏ ਸੱਚ ਇਵੇਂ ਬਦੋ ਬਦੀ ਉਹਦੇ ਅੰਦਰੋਂ ਸਾਹਿਬ ਸ਼ਬਦ ਨਿਕਲੇ। ਪਾਠ ਦੀਦਾਰ ਵਿੱਚ ਸਭ ਤੋਂ ਪਹਿਲਾਂ ਗੁਰਦੇਵ ਨੇ ਉਸ ਵੇਲੇ ਦੇ ਨਿਤਨੇਮ ਦੀ ਬਾਣੀ ਰੱਖੀ, ਸਭ ਤੋਂ ਪਹਿਲਾਂ ਰਾਗ ਨਹੀਂ ਸ਼ੁਰੂ ਕੀਤਾ, ਸਭ ਤੋਂ ਪਹਿਲਾਂ ਸਤਿਗੁਰੂ ਨੇ ਜਪ ਨਿਸ਼ਾਨ ਰੱਖਿਆ। ਚਲੋ ਇਹਦੇ ਅਰਥ ਵੈਸੇ ਮੇਰਾ ਖਿਆਲ ਕਾਫੀ ਸਮਾਂ ਪਹਿਲਾਂ, ਕਿਉਂਕਿ ਬੜੇ ਸਮੇਂ ਬਾਅਦ ਮੈਂ ਸਟੇਜ ਤੇ ਕਥਾ ਕਰਨਾ ਆ, ਦਾਸ ਨੇ ਇੱਕ ਵਾਰ ਬੇਨਤੀ ਕੀਤੀ ਸੀ ਨਿਸ਼ਾਨ ਸ਼ਬਦ ਦੇ ਅਰਥ ਬੜੇ ਕਮਾਲ ਦੇ, ਜੇ ਕੋਈ ਸ਼ੌਂਕ ਰੱਖਦਾ ਗੁਰਬਾਣੀ ਦੇ ਦਰਸ਼ਨ ਕਰਨ ਲਈ। ਹੁਣ ਤਾਂ ਕਿਤਾਬਾਂ ਬੜੀਆਂ ਹੋ ਗਈਆਂ, ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਦੇ ਪਾਠ ਦੀਦਾਰ ਬਾਰੇ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੇ ਪਿਤਾ ਡਾਕਟਰ ਚਰਨ ਸਿੰਘ ਨੇ ਇੱਕ ਕਿਤਾਬ ਲਿਖੀ ਸੀ, ਉਹਦਾ ਨਾਮ ਹੈ ਬਾਣੀ ਬਿਓਰਾ। ਉਹ ਸਾਰਾ ਬਿਓਰਾ ਦਿੱਤਾ ਵੀ ਗੁਰੂ ਗ੍ਰੰਥ ਸਾਹਿਬ 'ਚ ਕੀ ਕੁਛ ਹੈ। ਉਸ ਤੋਂ ਬਾਅਦ ਅੱਜ ਸਾਡੇ ਕੋਲ ਬੜੇ ਬੜੇ ਗ੍ਰੰਥ ਨੇ ਜੀ ਜਿਨ੍ਹਾਂ ਵਿੱਚ ਬਾਣੀ ਦਾ ਸਾਰਾ ਦਿੱਤਾ ਗਿਆ ਬਿਓਰਾ, ਪਰ ਜੇ ਕਿਸੇ ਅੱਜ ਤੱਕ ਗੁਰੂ ਸਾਹਿਬ ਤੋਂ ਲੈ ਕੇ ਅੱਜ ਤੱਕ ਗੁਰਬਾਣੀ ਦੀ ਵਿਆਖਿਆ ਕੀ ਹੁੰਦੀ ਰਹੀ, ਇਹਨੂੰ ਡਿਟੇਲ ਨਾਲ ਪੜ੍ਹਨਾ ਹੈ, ਇੱਕ ਕਿਤਾਬ ਹੈ ਗੁਰੂ ਗ੍ਰੰਥ ਗੁਰਬਾਣੀ ਦੀਆਂ ਵਿਆਖਿਆ ਪ੍ਰਣਾਲੀਆਂ ਡਾਕਟਰ ਤਾਰਨ ਸਿੰਘ ਦੀ, ਉਹ ਕਿਤਾਬ ਜ਼ਰੂਰ ਪੜ੍ਹਿਓ।
ਸਾਨੂੰ ਸਮਝ ਪੈ ਜਾਏਗੀ ਟੀਕਾਕਾਰੀ ਕਿਵੇਂ ਹੁੰਦੀ ਰਹੀ ਬਾਣੀ ਦੀ। ਉਹਦੇ ਵਿੱਚ ਉਹਨਾਂ ਨੇ ਜਪ ਨਿਸ਼ਾਨ ਦੇ ਅਰਥ ਕੀਤੇ ਨੇ। ਖੈਰ ਮੈਂ ਸ਼ਬਦ ਕਹਿਣ ਤੋਂ ਗੁਰੇਜ਼ ਨਹੀਂ ਕਰਦਾ, ਇਸ ਨਿਸ਼ਾਨ ਦੇ ਅਰਥ ਪਿਰਥੀਏ ਦੇ ਪੁੱਤਰ ਮਿਹਰਵਾਨ ਨੇ ਕੀਤੇ। ਗੁਣ ਲੈਣਾ ਕੋਈ ਮਾੜੀ ਗੱਲ ਨਹੀਂ। ਜੇ ਕੋਈ ਕਹੇ ਜੀ ਉਹ ਕੱਚੀ ਬਾਣੀ, ਕੱਚੀ ਬਾਣੀ ਉਹਨਾਂ ਰਚੀ ਪਰ ਉਹਨੇ ਬਾਣੀ ਦਾ ਟੀਕਾ ਕੀਤਾ। ਜੇ ਭਾਈ ਗੁਰਦਾਸ ਸਾਹਿਬ ਦਾ ਸਮਕਾਲੀ ਕੋਈ ਬਾਣੀਆਂ ਦਾ ਟੀਕਾ ਸ਼ੁਰੂ ਕਰਦਾ ਤੇ ਉਹ ਬਾਬਾ ਮਿਹਰਬਾਨ ਪਹਿਲਾਂ ਸ਼ੁਰੂ ਕਰਦਾ। ਉਹਨਾਂ ਨੇ ਜਪ ਨਿਸ਼ਾਨ ਦੇ ਅਰਥ ਕੀਤੇ। ਮੈਂ ਸ਼ਬਦ ਵਰਤਿਆ ਨਿਸ਼ਾਨ। ਨਿਸ਼ਾਨ ਨੰਨੇ ਨੂੰ ਬਿਹਾਰੀ, ਸੱਸੇ ਨੂੰ ਕੰਨਾ ਤੇ ਨੰਨਾ, ਨਿਸ਼ਾਨ ਤੇ ਨਾਨੇ ਨਾਲ ਵੀ ਆਉਂਦਾ। ਉਹਨਾਂ ਨਿਸ਼ਾਨ ਦੇ ਬਹੁ ਅਰਥ ਕੀਤੇ ਕਿਉਂਕਿ ਪੰਜਾਬੀ ਵਿੱਚ ਨਾ ਜੀ ਇੱਕ ਅਰਥਾਂ ਦੇ ਬਹੁ ਅਰਥ ਬੜੇ ਬਣਦੇ ਤੇ ਗੁਰੂ ਗ੍ਰੰਥ ਸਾਹਿਬ ਦੀ ਵਿਲੱਖਣਤਾ ਉਹ ਆਪਣੇ ਅਰਥਾਂ ਨਾਲ ਇੰਨਾ ਕੁ ਰਸ ਦਿੰਦਾ ਹੈ। ਇੱਕ ਸ਼ਬਦ ਕਈ ਅਰਥ ਦੇ ਜਾਂਦਾ ਹੈ। ਜਿਵੇਂ ਅਕਸਰ ਸਾਡੇ ਪੜ੍ਹਾਇਆ ਜਾਂਦਾ ਸੀ ਸਾਨੂੰ ਆਹਰ ਸਭ ਕਰਦਾ ਫਿਰੈ, ਆਹਰ ਇੱਕ ਨਾ ਹੋਏ, ਨਾਨਕ ਜਿੱਤ ਆਹਰ ਜਗ ਉਧਰੈ ਬਿਰਲਾ ਬੂਝੈ ਕੋਇ। ਉੱਥੇ ਬਹੁ ਵਚਨ ਇੱਕ ਵਚਨ ਅਰਥ ਵੱਖਰੇ ਵੱਖਰੇ ਹੋ ਜਾਂਦੇ। ਉਹਨਾਂ ਨਿਸ਼ਾਨ ਦੇ ਜਿਹੜੇ ਅਰਥ ਕੀਤੇ ਉਹ ਪੰਜ ਕੀਤੇ ਪਰ ਆਪਾਂ ਇੱਕ ਲਾਂਗੇ। ਇੱਕ ਨਿਸ਼ਾਨ ਦਾ ਅਰਥ ਹੈ ਜੀ ਝੰਡਾ, ਜਿਹਨੂੰ ਆਪਾਂ ਨਿਸ਼ਾਨ ਸਾਹਿਬ ਕਹਿੰਦੇ। ਦੂਜਾ ਨਿਸ਼ਾਨ ਦਾ ਅਰਥ ਹੈ ਨਗਾਰਾ, ਯਾਦ ਰੱਖਿਓ ਨਿਸ਼ਾਨ ਦਾ ਅਰਥ ਨਗਾਰਾ ਵੀ ਹੈ। ਤੀਸਰਾ ਨਿਸ਼ਾਨ ਦਾ ਅਰਥ ਹੈ ਨਿਸ਼ਾਨੀ, ਚਿੰਨ, ਆਪਾਂ ਕਹਿੰਦੇ ਹਾਂ ਨਿਸ਼ਾਨ ਪੈ ਗਿਆ। ਚੌਥਾ ਨਿਸ਼ਾਨ ਦਾ ਅਰਥ ਹੈ ਸਿਗਨੇਚਰ ਕਰਨੇ, ਸਹੀ ਪਾਣੀ। ਉਹ ਤੁਸੀਂ ਪੁਰਾਣੇ ਸਮੇਂ ਦੇਖਿਆ ਹੋਣਾ ਜਦੋਂ ਫਾਰਮ ਸੀ ਲਿਖਿਆ ਹੁੰਦਾ ਸੀ ਸਹੀ ਜਾਂ ਨਿਸ਼ਾਨ, ਇਹਦਾ ਮਤਲਬ ਸੀ ਇੱਥੇ ਸਾਈਨ ਕਰੋ। ਪੰਜਵਾਂ ਨਿਸ਼ਾਨ ਦਾ ਅਰਥ ਹੈ ਰਾਹਦਾਰੀ। ਉਹਨਾਂ ਨੇ ਅਰਥ ਕੀਤੇ, ਉਹ ਕਹਿੰਦੇ ਨੇ ਜਪ ਨਿਸ਼ਾਨ ਕਿਉਂ ਹੈ। ਕੋਈ ਇਨਸਾਨ ਕੋਈ ਚੀਜ਼ ਖਰੀਦਦਾ ਤੇ ਉਸਦਾ ਨਿਸ਼ਾਨ ਬਣਾਇਆ ਜਾਂਦਾ, ਰਾਹਦਾਰੀ ਬਣਾਈ ਜਾਂਦੀ। ਫਲਾਣੇ ਤੋਂ ਚੀਜ਼ ਖਰੀਦੀ, ਫਲਾਣੀ ਜਗ੍ਹਾ ਲਿਜਾ ਰਹੇ ਹਾਂ। ਈਵਨ ਕਿ ਪਸ਼ੂਆਂ ਦੀ ਵੀ ਰਾਹਦਾਰੀ ਬਣਾਈ ਜਾਂਦੀ ਸੀ। ਮੰਨ ਲਓ ਕੋਈ ਸਮਾਨ ਲੈ ਕੇ, ਪਸ਼ੂ ਲੈ ਕੇ ਜਾ ਰਿਹਾ, ਕੋਈ ਸਮਾਨ ਲਿਜਾ ਰਿਹਾ, ਰਸਤੇ ਵਿੱਚ ਹਕੂਮਤ ਖੜਿਆਂ ਕਰਕੇ ਪੁੱਛ ਲਏ ਇਹ ਕਿੱਥੋਂ ਲੈ ਕੇ ਆਏ ਹੈ, ਕਿੱਥੇ ਲਿਜਾਣਾ। ਉਹ ਬੋਲਣ ਦੀ ਥਾਂ ਤੇ ਕਾਗਜ਼ ਕੱਢ ਦਿੰਦਾ ਸੀ, ਉਸ ਕਾਗਜ਼ ਤੇ ਵੇਰਵਾ ਸੀ, ਰਾਹਦਾਰੀ ਸੀ, ਉਹਦਾ ਰਸਤਾ ਛੱਡ ਦਿੰਦੇ ਸਨ। ਗੁਰਮੁਖੋ, ਜਿਸ ਬੰਦੇ ਕੋਲ ਆਪਣੇ ਸਮਾਨ ਦੀ ਰਾਹਦਾਰੀ ਹੈ ਉਹਦੀ ਮੰਜ਼ਿਲ ਤੋਂ ਉਹਨੂੰ ਕੋਈ ਰੋਕ ਨਹੀਂ ਸਕਦਾ, ਉਹ ਜ਼ਰੂਰ ਪਹੁੰਚੇਗਾ। ਜਿਸ ਬੰਦੇ ਕੋਲ ਗੁਰੂ ਨਾਨਕ ਦੇ ਜਪ ਦੀ ਰਾਹਦਾਰੀ ਹੈ, ਰੱਬ ਦੀ ਦਰਗਾਹ ਵਿੱਚ ਉਹਨੂੰ ਕੋਈ ਰੋਕ ਸਕਦਾ, ਇੱਕ ਦਿਨ ਰੱਬ ਦੇ ਘਰ 'ਚ ਜ਼ਰੂਰ ਪਹੁੰਚੇਗਾ। ਜਪ ਰਾਹਦਾਰੀ ਹੈ। ਸਭ ਤੋਂ ਪਹਿਲਾਂ ਪਾਠ ਦੀਦਾਰ ਵਿੱਚ ਜਪ ਨਿਸ਼ਾਨ ਹੈ। ਬੇਨਤੀ ਕਰਾਂਗਾ, ਮੈਂ ਅੱਜ ਸੁਬਾਹ ਵੀ ਕਿਹਾ, ਵਕਤ ਨਹੀਂ ਮੇਰੇ ਕੋਲ ਹੁੰਦਾ ਇੱਕ ਥਾਂ ਨਿੱਠ ਕੇ ਬਹਿਣ ਨੂੰ, ਸਿਰਫ ਗੁਰੂ ਗ੍ਰੰਥ ਸਾਹਿਬ ਦੇ ਸਟਰੈਕਚਰ ਦੀ ਕਥਾ ਕਰੋ। ਤੁਸੀਂ ਮੱਥਾ ਟੇਕੋਗੇ, ਧੰਨ ਗੁਰੂ ਅਰਜਨ ਦੇਵ, ਕਿੰਨੀ ਸਾਡੇ ਤੇ ਤੁਸੀਂ ਕਿਰਪਾ ਕੀਤੀ। ਹੁਣ ਜਪਜੀ ਸਾਹਿਬ ਦੀਆਂ 38 ਪੌੜੀਆਂ ਨੇ। ਇਹ ਰਾਤ ਵੀ ਮੈਂ ਕਿਹਾ ਪੌੜੀ ਸਿਰਲੇਖ ਤਾਂ ਹੈ ਹੀ ਨਹੀਂ ਜਪਜੀ ਸਾਹਿਬ ਉੱਤੇ, ਵਾਰ ਦੀਆਂ ਪੌੜੀਆਂ ਨੇ, ਉਹ ਵੀ ਚੇਤੇ ਰੱਖਿਓ। 20 ਵਾਰਾਂ ਵਿੱਚ ਕੇਵਲ ਪੌੜੀਆਂ ਸ਼ਬਦ ਆਇਆ, 2 ਵਾਰਾਂ ਵਿੱਚ ਪੌੜੀਆਂ ਸ਼ਬਦ ਵੀ ਨਹੀਂ ਆਇਆ। ਬਸੰਤ ਕੀ ਵਾਰ ਮਹੱਲ ਪੰਜਵਾਂ, ਹਰ ਕਾ ਨਾਮ ਧਿਆਇ ਕਹਿ ਕੋ ਹਰਿਆ ਭਾਈ, ਪੌੜੀ ਖਾਈ ਕੋਈ ਨਹੀਂ, ਪੌੜੀਆਂ 3 ਨੇ, ਪੌੜੀ ਸਿਰਲੇਖ ਨੇ। ਅਸੀਂ ਪਾਠ ਕਰਦੇ ਹਾਂ ਰਾਮ ਕਲੀ ਕੀ ਵਾਰ ਰਾਏ ਬਲਵੰਡ ਤਥਾ ਸੱਤੈ ਡੂਮ ਆਖੀ, ਹੈ ਵਾਰ ਪਰ 8 ਪੌੜੀਆਂ ਨੇ, ਸਿਰਲੇਖ ਪੌੜੀ ਕੋਈ ਨਹੀਂ। ਜਪਜੀ ਸਾਹਿਬ ਲਈ ਸਾਡੇ ਪ੍ਰਚਲਿਤ ਸ਼ਬਦ ਹੈ ਪੌੜੀ, ਅਸੀਂ ਪੜ੍ਹਨੇ। ਆਸਾਂ ਕੀ ਵਾਰ ਦੀਆਂ 24 ਪੌੜੀਆਂ ਨੇ, 23 ਪੌੜੀਆਂ ਦੀਆਂ 5-5 ਤੁਕਾਂ ਨੇ, 1 ਪੌੜੀ ਐਸੀ ਹੈ ਜਿਹਦੀਆਂ 6 ਤੁਕਾਂ ਨੇ। ਪਰ ਯਾਦ ਰੱਖਿਓ ਜਪਜੀ ਸਾਹਿਬ ਦੀ ਸਾਰੀ ਬਾਣੀ, ਇਹਦੇ ਵਿੱਚ ਕਿਸੇ ਬਾਣੀ ਪੌੜੀ ਦੀਆਂ ਕਿੰਨੀਆਂ ਤੁਕਾਂ, ਕਿਸੇ ਦੀਆਂ 6 ਤੁਕਾਂ, ਸਾਰੀਆਂ ਪੌੜੀਆਂ ਦੀਆਂ ਤੁਕਾਂ ਇੱਕੋ ਜਿਹੀਆਂ ਨਹੀਂ ਤੇ ਸਾਰੀਆਂ ਪੌੜੀਆਂ ਦੀ ਬਣਤਰ ਵੀ ਇੱਕੋ ਜਿਹੀ ਨੇ ਜਪਜੀ ਸਾਹਿਬ 'ਚ। ਮੈਂ ਰਾਤ ਕਿਹਾ ਕਿ ਜਪਜੀ ਸਾਹਿਬ 'ਚ ਚੌਪਈ ਹੈ। ਸ਼ਾਇਦ ਆਪ ਮੈਂ ਇਹ ਵਿਸ਼ਾ ਤਾਂ ਸ਼ੁਰੂ ਕਰ ਲਿਆ, ਮੈਂ ਸਾਖੀ ਵੀ ਕੋਈ ਸ਼ੁਰੂ ਕਰ ਸਕਦਾ ਸਾਂ। ਮੈਨੂੰ ਪਤਾ ਤੁਸੀਂ ਪਾਠ ਕਰਨ ਵਾਲੇ ਬੈਠੇ ਹੋ ਤੇ ਮੈਂ ਅਰਜ਼ ਕਰਨੀ ਚਾਹੁੰਦਾ ਗੁਰੂ ਗ੍ਰੰਥ ਸਾਹਿਬ ਦੇ ਪਾਠ ਦੀਦਾਰ ਘੱਟੋ ਘੱਟ ਹਰ ਸਿੱਖ ਦੇ ਬੱਚੇ ਨੂੰ, ਹਰ ਸਿੱਖ ਨੂੰ ਇਹ ਪਤਾ ਹੋਣਾ ਚਾਹੀਦਾ ਜਿਹਨੂੰ ਮੈਂ ਮੱਥਾ ਟੇਕਣਾ ਇਸ ਗੁਰੂ ਗ੍ਰੰਥ ਸਾਹਿਬ 'ਚ ਹੈ ਕੀ, ਇਹਦਾ ਢਾਂਚਾ ਕੀ ਹੈ। ਪੌੜੀਆਂ ਨਹੀਂ। ਹੁਣ ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਧਰਤ ਧਵਲ ਆਕਾਸ਼, ਸੁਣਿਆ ਦੀਪ ਲੋ ਪਾਤਾਲ, ਇਹ ਬਿਲਕੁਲ ਚੌਪਈ ਹੈ।
ਇਹਦੀ ਬਣਤਰ ਚੌਪਈ ਦੀ ਹੈ ਜੀ, ਹਮਰੀ ਕਰੋ ਹੱਥ ਰੱਛਾ ਸੁਣਿਆ ਸਿੱਧ ਪੀਰ ਸੁਣਾ, ਉਹ ਇੱਕੋ ਜੀ ਮਾਤਰਾ ਹੈ, ਇਹ ਗੁਰੂ ਨਾਨਕ ਸਾਹਿਬ ਦੀ ਕਿਰਪਾ ਹੈ ਜੀ। ਜਪਜੀ ਸਾਹਿਬ ਜਪਣ ਵਾਸਤੇ ਹੈ, ਜਪ ਗਾਉਣ ਵਾਸਤੇ ਨਹੀਂ। ਭਾਵਾਂ ਕਿਆ ਜਗਾਇਆ ਜਾਂਦਾ ਪਰ ਸਿਰਫ ਜਪ ਪੜਨ ਵਾਸਤੇ ਸੀ, ਜਪਣ ਲਿਖਿਆ ਇਹਦੇ ਉੱਤੇ ਰਾਗ ਦੀ ਕੋਈ ਪਾਬੰਦੀ ਨਹੀਂ। ਇੱਥੋਂ ਤੱਕ ਇਹਦੇ ਉੱਤੇ ਮਹੱਲਾ ਪਹਿਲਾ ਵੀ ਲਿਖਿਆ, ਸਭ ਤੋਂ ਪਹਿਲਾਂ ਪਾਠ ਦੀਦਾਰ ਨੇ ਗੁਰੂ ਨਾਨਕ ਸਾਹਿਬ ਦਾ ਜਪ। ਸਭ ਤੋਂ ਮਹਿੰਗੀ ਕਥਾ, ਔਖੀ ਸ਼ਬਦ ਨਹੀਂ ਅਸੀਂ ਵਰਤਣਾ, ਕਦੀ ਨਾ ਵਰਤਿਓ, ਆਪਣੀ ਪੁਰਾਤਨ ਬੋਲੀ ਨੂੰ ਕਦੇ ਨਾ ਮਰਨ ਦਿਓ। ਮੈਂ ਬੇਨਤੀ ਕਰਾਂਗਾ ਹੁਣ ਨੈੱਟ ਤੇ ਜਾਓ, ਵੈਸੇ ਤਾਂ ਭਾਈ ਕਾਨ ਸਿੰਘ ਨਾਭਾ ਜੀ ਨੇ ਖਾਲਸੇ ਦੇ ਬੋਲੇ ਲਿਖੇ ਆ, ਉਹ ਜ਼ਰੂਰ ਪੜ੍ਹਿਓ। ਅੱਜ ਨਹੀਂ ਪਤਾ ਹੁੰਦਾ, ਮੇਰਾ ਖਿਆਲ ਹੀ ਸ਼ਹਿਰ ਵਿੱਚ ਆ ਕੇ ਕੋਈ ਸਿੰਘ ਕਹੇ, ਉਹਨੂੰ ਪੁੱਛੋ ਚਾਹ ਪੀਣੀ ਹੈ, ਉਹ ਕਹੇਗਾ ਨਹੀਂ ਜੀ ਮੈਨੂੰ ਤੁਸੀਂ ਸਮੁੰਦਰ ਛਕਾ ਦਿਓ, ਤੇ ਨਿਆਣਾ ਦੇਖਣ ਲੱਗ ਪਏਗਾ ਸਮੁੰਦਰ ਕਿੱਥੋਂ ਲੈ ਕੇ ਆਵਾਂਗਾ। ਇਹ ਉਹਨੂੰ ਸਮਝ ਪਏਗੀ ਜਿਹਨੂੰ ਖਾਲਸੇ ਦੇ ਬੋਲੇ ਦਾ ਪਤਾ ਹੈ, ਸਮੁੰਦਰ ਦਾ ਅਰਥ ਹੈ ਦੁੱਧ। ਮੰਨ ਲਓ ਉਸ ਪ੍ਰਸ਼ਾਦਾ ਛਕ ਰਿਹਾ, ਉਹ ਕਹੇ ਵੀ ਇਹ ਸਰਬਰਸ ਲਿਆਇਓ ਥੋੜਾ ਜਿਹਾ, ਤੇ ਜਿਸ ਕੁੜੀ ਨੇ ਜਿਸ ਬੀਬੀ ਭੈਣ ਨੇ ਕਦੀ ਪੜ੍ਹੀ ਨੀ ਗੁਰਬਤ, ਉਹ ਪੁੱਛਣ ਲੱਗ ਪੈਗੀ ਸੱਸ ਨੂੰ ਸਰਬਰਸ ਕੀ ਹੁੰਦਾ, ਤੇ ਸੱਸ ਨੂੰ ਵੀ ਪਤਾ ਕੋਈ ਲੱਗਣਾ ਸਰਬਰਸ, ਉਹਨੇ ਕਹਿ ਦੇਣਾ ਵੀ ਬਾਕੀ ਤਾਂ ਰਸੋਈ ਸਭ ਕੁਝ ਹੈ, ਸਰਬਰਸ ਕੀ ਹੁੰਦਾ, ਉਹ ਅੱਗੋਂ ਕਹੇਗਾ ਲੂਣ ਨੂੰ ਕਹਿੰਦੇ ਆ। ਜੇ ਮੰਨ ਲਓ ਪ੍ਰਸ਼ਾਦਾ ਛਕਦਾ ਕਹਿੰਦਾ ਕਿ ਲੜਾਕੀ ਘਰ ਹੈ, ਹੁਣ ਬੰਦਾ ਅਰਥ ਕਰੇਗਾ ਵੀ ਲੜਾਕੀ ਸਾਡੇ ਘਰ ਚ ਲੜਨ ਵਾਲਾ ਕੀ, ਜਿਹਨੂੰ ਸਮਝ ਏ ਬੋਲਿਆਂ ਦੀ ਉਹ ਕਹੇਗਾ ਵੀ ਕੌੜੀ ਮਰਚ ਹੈ ਘਰ ਖਾਣ ਨੂੰ, ਉਹਨੂੰ ਲੜਾਕੀ ਕਹਿੰਦੇ। ਹੁਣ ਅਸੀਂ ਸ਼ਬਦ ਵਰਤਨੇ ਆ, ਡੰਡਾ ਲਿਆਓ ਪਕੜ ਕੇ, ਖਾਲਸਾ ਜੀ ਬੋਲ ਕੇ ਕਹਿਣਗੇ ਘਰ ਚ ਅਕਲਦਾਨ ਪਿਆ, ਉਹ ਡੰਡੇ ਨੂੰ ਅਕਲਦਾਨ ਕਹਿੰਦੇ। ਮੇਰੇ ਕਹਿਣ ਤੋਂ ਮੁਰਾਦ ਦੇਵੇ ਵੀ ਉਹ ਸ਼ਬਦਾਵਲੀ ਜਿਹੜੀ ਹੈ, ਮੈਂ ਜਿਹੜੀ ਅਰਜ਼ ਕਰਨ ਲੱਗਾ ਵਿਸ਼ੇ ਤੋਂ ਦੂਰ ਨਾ ਜਾਵਾਂ, ਕਿ ਅਸੀਂ ਜਪਜੀ ਸਾਹਿਬ ਦੀ ਬਾਣੀ ਨੂੰ ਮਹਿੰਗੀ ਕਥਾ ਕਿਉਂ ਕਹਿੰਦੇ ਆ, ਔਖੀ ਨਹੀਂ ਕਹਿੰਦੇ, ਕਿਉਂਕਿ ਸਭ ਤੋਂ ਮਹਿੰਗੀ ਕਥਾ ਜਪਜੀ ਸਾਹਿਬ ਦੀ ਹੈ ਜੀ। ਆਪ ਜੀ ਕਹੋਗੇ ਤਾਂ ਬੜਾ ਸੌਖਾ ਹੈ, ਜਪਜੀ ਸਾਹਿਬ ਸਾਨੂੰ ਚੇਤੇ ਸੌਖਾ ਹੈ, ਪਰ ਜਪਜੀ ਸਾਹਿਬ ਦੀ ਬਾਣੀ ਚ ਗੁਰੂ ਨਾਨਕ ਦੇ ਚਰਨਾਂ ਚ ਨਮਸਕਾਰ ਕਰੋ, ਸਭ ਕੁਝ ਦੱਸ ਕੇ ਵੀ ਬਾਬਾ ਕਦੀ ਦਾਵਾ ਨਹੀਂ ਕਰਦਾ, ਸਭ ਕੁਝ ਦੱਸ ਕੇ ਵੀ ਕਹਿੰਦਾ ਨਹੀਂ ਪਰਮਾਤਮਾ ਅਜੇ ਵੀ ਬੋਲਣ ਤੋਂ ਬਿਨਾਂ ਰਹਿ ਗਿਆ, ਮੈਂ ਕੁਛ ਨਹੀਂ ਦੱਸ ਸਕਦਾ ਤੇਰੇ ਬਾਰੇ। ਆਪ ਜੀ ਦੇਖੋ ਜਪਜੀ ਸਾਹਿਬ ਦਾ ਪਾਠ ਕਰਦੇ ਹੋ, ਹੁਕਮੀ ਹੋਵਣ ਆਕਾਰ ਕਹਿ ਦਿੱਤਾ, ਦੱਸ ਦਿੱਤਾ, ਹਰ ਢਾਂਚਾ ਹੁਕਮ ਚ ਬਣਿਆ, ਪਰ ਨਾਲ ਕਹਿ ਦਿੱਤਾ ਹੁਕਮ ਨਾ ਕਹਿਆ ਜਾਈ। ਜਿਸ ਹੁਕਮ ਨੂੰ ਗੁਰੂ ਨਾਨਕ ਨਹੀਂ ਕਹਿ ਸਕਦਾ, ਕਥਾ ਵਾਲੇ ਦੀ ਕੀ ਤਾਕਤ, ਕਿੰਨੇ ਕੁ ਪ੍ਰਮਾਣ ਲਿਆ ਕੇ ਦੱਸ ਜੂਗਾ ਕਿ ਉਹਦਾ ਹੁਕਮ ਕੀ ਹੈ। ਇਹ ਬੋਲ ਕੇ ਵੀ ਅਬੋਲ ਹੈ ਜਪਜੀ ਸਾਹਿਬ। ਆਪ ਜਪਜੀ ਸਾਹਿਬ ਦੀ ਪੰਜਵੀਂ ਪੌੜੀ ਪੜ੍ਹਦੇ, ਇਹ ਅਖੀਰਲੀਆਂ ਤੁਕਾਂ ਜਪਜੀ ਸਾਹਿਬ ਦੀਆਂ ਪੰਜਵੀਂ ਪੌੜੀ ਦੀਆਂ, ਕਿ ਜੇ ਖਾਉ ਜਾਣਾ ਅਨੁਭਵ ਹੈ, ਮੈਂ ਜਾਣ ਲਵਾਂ ਪਰ ਆਖਾਂ ਨਾ ਹੀ। ਹੁਣ ਆਖਾਂ ਨਾ ਹੀ ਸ਼ਬਦ ਦੇ ਅਰਥ ਕੀ ਕਰਾਂਗੇ, ਇਹਨੂੰ ਫਿਰ ਸੁਣਿਓ, ਆਖਾਂ ਆਪਾਂ ਕਹਾਂਗੇ ਬੜੇ ਅਰਥ ਸੌਖੇ ਨੇ, ਥੋੜੀ ਜਿਹੀ ਸੂਖਸ਼ਮਤਾਈ ਨਾਲ ਗੱਲ ਬਰੀਕ ਹੈ। ਜੇ ਖਾਉ ਜਾਣਾ ਮੈਂ ਅਨੁਭਵ ਕਰ ਲਿਆ, ਪਰ ਮੈਂ ਅਨੁਭਵ ਤੋਂ ਬਾਅਦ ਵੀ ਨਹੀਂ ਬੋਲਾਂਗਾ, ਕਿਉਂਕਿ ਬੋਲਣ ਦਾ ਵਿਸ਼ੇ ਨਹੀਂ। ਜਿਹਨੂੰ ਬਾਬਾ ਖਾਮੋਸ਼ ਹੋ ਜਾਂਦਾ, ਕਥਾ ਵੱਜ ਕੀ ਬੋਲੂਗਾ ਜੀ। ਜੇ ਖਾਉ ਜਾਣਾ ਆਖਾਂ ਨਾ ਹੀ, ਕਹਿਣਾ ਕਥਨ ਨਾ ਜਾਈ, ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰਨਾ ਜਾਈ। ਮੇਰੇ ਕਹਿਣ ਤੋਂ ਮੁਰਾਦ ਜਪਜੀ ਸਾਹਿਬ ਸਭ ਤੋਂ ਪਹਿਲਾਂ ਜਪ ਨਿਸ਼ਾਨ ਹੈ। ਉਸ ਤੋਂ ਬਾਅਦ ਮਹਾਰਾਜ ਜੀ ਨੇ ਜਿਹੜੀ ਬਾਣੀ ਰੱਖੀ ਉਸ ਦਾ ਸਰਲੇਖ ਦਿੱਤਾ ਸੋ ਦਰ, ਪਾਠ ਦੀਦਾਰ ਕੀ ਦੀ। ਸੋ ਦਰ ਦਾ ਅਰਥ ਹੈ ਉਹ ਦਰਵਾਜ਼ਾ। ਮਹਾਰਾਜ ਜੀ ਨੇ ਸ਼ਬਦ ਘਰ ਨਹੀਂ ਵਰਤਿਆ, ਨਾ ਸੋ ਪੁਰਖ ਪਹਿਲਾਂ ਲਿਖਿਆ ਗੁਰੂ ਅਰਜਨ ਦੇਵ, ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਸਰਲੇਖ ਵਿੱਚ ਵੀ ਸਿੱਖੀ ਦਾ ਜੀਵਨ ਦਿੱਤਾ। ਜਪ ਤੋਂ ਬਾਅਦ ਸੋ ਦਰ ਆਉਂਦਾ, ਹਾਲਾਂਕਿ ਪੌੜੀ ਜਪਜੀ ਸਾਹਿਬ ਦੇ ਵਿੱਚ ਵੀ ਆਉਂਦੀ, ਅਮੁੱਲ ਤੋਂ ਬਾਅਦ ਇਹ ਪੌੜੀ ਹੈ, ਅਮੁੱਲ ਗੁਣ ਅਮੁੱਲ ਵਪਾਰ। ਸੋ ਦਰ ਦੂਸਰਾ ਸਰਲੇਖ ਹੈ, ਸੋ ਦਰ ਤੇਰਾ ਕਿਹਾ, ਸੋ ਘਰ ਕਿਹਾ, ਜਿਤ ਬਹਿ ਸਰਬ ਸੰਭਾਲੇ। ਗੁਰਮੁਖੋ ਤੇਰਾ ਦਰਵਾਜ਼ਾ ਕੀ ਹੋ ਜਾਏ, ਤੇਰਾ ਘਰ ਕੀ ਹੋ ਜਾ ਕੇ। ਜਿਸ ਬੰਦੇ ਕੋਲ ਜਪ ਹੈ ਸੱਚ ਇਹ ਵੇ, ਉਹ ਹੀ ਸੋ ਦਰ ਤੇ ਪਹੁੰਚੇਗਾ। ਜਿਸ ਬੰਦੇ ਕੋਲ ਜਪ ਕੋਈ ਨਹੀਂ, ਉਹ ਸੋ ਦਰ ਤੇ ਕਿਵੇਂ ਪਹੁੰਚ ਜਾਏਗਾ। ਅਗਲੀ ਬੇਨਤੀ, ਅਗਲਾ ਸਰਲੇਖ ਸੋਹਿਲਾ ਨਹੀਂ, ਅਗਲਾ ਸਰਲੇਖ ਸੋ ਪੁਰਖ ਹੈ।
ਸੌ ਦਰ ਤੋਂ ਬਾਅਦ ਸੋਹਲਾ ਨਹੀਂ ਹੁੰਦਾ, ਸੌ ਦਰ ਤੋਂ ਬਾਅਦ ਸਿਰਲੇਖ ਹੁੰਦਾ ਹੈ ਸੌ ਪੁਰਖ। ਸੌ ਦਰ ਦੇ ਪੰਜ ਸ਼ਬਦ ਨੇ, ਸੌ ਪੁਰਖ ਦੇ ਚਾਰ ਸ਼ਬਦ ਨੇ। ਅਸੀਂ ਸੌ ਦਰ ਦੇ ਕਹਿੰਦੇ ਹਾਂ, ਸੌ ਦਰ ਦੇ ਸਿਰ ਪੰਜ ਨੇ। ਇੱਕ ਸੌ ਦਰ ਤੇਰਾ ਕਿਹਾ, ਦੂਸਰਾ ਸੁਣ ਵੱਡਾ ਅੱਖ ਹੈ ਸਭ ਕੋਏ, ਤੀਸਰਾ ਆਖਾਂ ਜੀਵਾਂ ਵਿਸਰੈ ਮਰ ਜਾਊ, ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾਂ, ਤੇ ਪੰਜਵਾਂ ਕਾਹੇ ਰੇ ਮਨ ਚਿਤਵੈ। ਇਹ ਸੌ ਦਰ ਦੇ ਸਿਰਲੇਖ ਥੱਲੇ ਨੇ। ਸੌ ਪੁਰਖ ਦਾ ਵੱਖਰਾ ਸਿਰਲੇਖ, ਸਤਿਗੁਰੂ ਬਖਸ਼ਿਸ਼ ਕੀਤੀ। ਸੌ ਦਰ ਤੇ ਜਾਵਾਂਗੇ ਤੇ ਜਿਹਦੇ ਦਰ ਤੇ ਜਾਓਗੇ ਉਹਦੇ ਘਰ ਚ ਪ੍ਰਵੇਸ਼ ਕਰਾਂਗੇ। ਉੱਥੇ ਹੈ ਸੌ ਪੁਰਖ, ਗੁਰਮੁਖੋ ਜਪ ਹੈ ਤੇ ਸੌ ਦਰ ਮਿਲੇਗਾ। ਜੇ ਸੌ ਦਰ ਤੇ ਪਹੁੰਚਾਂਗੇ ਤੇ ਸੌ ਪੁਰਖ ਮਿਲੇਗਾ। ਸੌ ਪੁਰਖ ਦੇ ਚਾਰ ਸ਼ਬਦ ਨੇ ਕਿ ਸੌ ਪੁਰਖ, ਇੱਕ ਤੂੰ ਕਰਤਾ ਸਚਿਆਰ ਮਹਿਡਾ ਸਾਈਂ ਦੂਜਾ, ਤੀਸਰਾ ਤਿਤ ਸਰਵਰਣੈ ਭਈਲੈ ਨਿਵਾਸਾ, ਤੇ ਚੌਥਾ ਭਈ ਪ੍ਰਾਪਤ ਮਾਨਕ ਦੇ ਕਰੀਆ। ਇਹ ਸੌ ਪੁਰਖ ਦੇ ਸ਼ਬਦ ਨੇ, ਪਾਠ ਦੀਦਾਰ ਨੇ। ਉਸ ਤੋਂ ਬਾਅਦ ਜਿਹੜਾ ਸਿਰਲੇਖ ਹੁੰਦਾ ਹੈ ਜਪ, ਸੌ ਦਰ, ਸੌ ਪੁਰਖ, ਤੇ ਚੌਥਾ ਸਿਰਲੇਖ ਹੁੰਦਾ ਹੈ ਸੋਹਿਲਾ, ਜਿਹਨੂੰ ਭਾਈ ਸਾਹਿਬ ਨੇ ਕੀਰਤ ਸੋਹਿਲਾ ਕਿਹਾ, ਭਾਈ ਗੁਰਦਾਸ ਜੀ ਨੇ, ਜਿਹਨੂੰ ਬਾਅਦ ਵਿੱਚ ਕੀਰਤਨ ਸੋਹਿਲਾ ਸ਼ਬਦ ਵਰਤਿਆ ਜਾਣ ਲੱਗ ਪਿਆ। ਸੋਹਿਲਾ ਸਾਹਿਬ ਦੇ ਪੰਜ ਸ਼ਬਦ ਨੇ। ਉਂਝ ਵੈਸੇ ਸੋਹਿਲੇ ਦਾ ਲਫ਼ਜ਼ੀ ਅਰਥ ਹੈ ਮੰਗਲਮਈ ਗੀਤ, ਸੋਗ ਵਾਲਾ ਗੀਤ ਨਹੀਂ, ਅਲਾਣੀਆਂ ਸੋਗ ਨਾਲ ਸੰਬੰਧਿਤ ਨੇ। ਪਰ ਯਾਦ ਰੱਖਿਓ, ਸੋਹਿਲਾ ਸੋਗ ਨਾਲ ਸੰਬੰਧਿਤ ਨੇ। ਆਪ ਸਾਰੇ ਸੋਹਿਲਾ ਸਾਹਿਬ ਦਾ ਪਾਠ ਰਾਤ ਕਰਦੇ ਹੋ। ਕਈ ਵਾਰੀ ਮੈਂ ਮ੍ਰਿਤਕ ਭੋਗ ਤੇ ਬੋਲਦਿਆਂ ਕਿਹਾ ਕਿ ਸੋਹਿਲਾ ਸਾਹਿਬ ਦੀ ਬਾਣੀ ਦੇ ਪੜ੍ਹਨ ਦਾ ਸਮਾਂ ਨਿਰਧਾਰਿਤ ਨਹੀਂ ਕੀਤਾ। ਸੋਦਰ ਦਾ ਟਾਈਮ ਹੈ, ਸੂਰਜ ਛਿਪਿਆਂ ਸ਼ੁਰੂ ਕਰ ਦਿਓ। ਆਸਾ ਕੀ ਵਾਰ ਦਾ ਸਮਾਂ ਨਿਰਧਾਰਿਤ ਹੈ। ਸੋਹਿਲਾ ਸਾਹਿਬ ਦਾ ਟਾਈਮ ਨਹੀਂ ਲਿਖਿਆ ਕਿ ਪੈਰ ਰਾਤ ਰਹਿੰਦਿਆਂ, ਉੱਥੇ ਇੱਕੋ ਗੱਲ ਲਿਖੀ ਹੈ ਕਿ ਰਾਤ ਨੂੰ ਸੌਣ ਲੱਗਿਆਂ ਬਾਣੀ ਪੜ੍ਹਿਓ। ਸੋਹਿਲਾ ਦੇ ਸਿਰਲੇਖ ਥੱਲੇ ਪੰਜ ਸ਼ਬਦ ਨੇ, ਇੱਕ ਸੋਹਿਲਾ ਰਾਗ ਗੌੜੀ ਦੀਪਕੀ ਮਹੱਲਾ ਪਹਿਲਾ, ਦੂਜਾ ਛੇ ਘਰ ਛੇ ਗੁਰ, ਤੀਸਰਾ ਗਗਨ ਮੈਂ ਥਾਲ, ਚੌਥਾ ਕਾਮ ਕ੍ਰੋਧ ਨਗਰ ਬੋ ਭਰਿਆ, ਤੇ ਪੰਜਵਾਂ ਕਰੋ ਬੇਨੰਤੀ ਸੁਣੋ ਮੇਰੇ ਮੀਤਾ। ਸੋਹਿਲਾ ਪੰਜਾਬ ਦਾ ਫੋਕ ਹੈ। ਇਹ ਪੇਂਡੂ ਲੋਕ ਉਦੋਂ ਗਾਇਆ ਜਾਂਦਾ ਜਦੋਂ ਬੱਚੇ ਦਾ ਵਿਆਹ ਹੁੰਦਾ ਹੈ। ਇਹ ਮਿਲਾਪ ਦਾ ਗੀਤ ਹੈ। ਮੈਂ ਇੱਕ ਦਿਨ ਅਰਜ਼ ਕੀਤੀ ਸੀ, ਗੁਰੂ ਸਾਹਿਬ ਤੋਂ ਕੁਰਬਾਨ ਜਾਓ, ਸੋਈ ਰਾਗ ਵਿੱਚ ਲਾਵਾਂ ਕਿਉਂ ਰੱਖੀਆਂ? ਸੋਈ ਰਾਗ ਜਿਹੜਾ ਇਹ ਮਿਲਾਪ ਦਾ ਰਾਗ ਹੈ, ਇਹ ਵਿਛੋੜੇ ਦਾ ਰਾਗ ਨਹੀਂ। ਇਹ ਕਾਰਨ ਲਾਵਾਂ ਵੀ ਸੂਈ ਵਿੱਚ, ਕੁੜਮਾਈ ਵਿੱਚ ਵੀ ਸੂਈ ਵਿੱਚ, ਹਮ ਕਰ ਸਾਜਨ ਆਏ ਇਹ ਵੀ ਸੂਈ ਵਿੱਚ, ਧਨ ਫਿਰ ਇਹ ਨਾ ਆਖੀਆਂ ਗੁਰੂ ਸਾਹਿਬ ਨੇ ਇਹ ਵੀ ਸੂਈ ਵਿੱਚ ਰੱਖਿਆ। ਮਹਾਰਾਜ ਨੇ ਬੜੀ ਕਿਰਪਾ ਕੀਤੀ ਬਾਣੀ ਦਰਜ ਕਰਦਿਆਂ। ਸੋਹਿਲੇ ਦਾ ਅਰਥ ਹੈ ਮੰਗਲਮਈ ਗੀਤ। ਪਰ ਮੈਂ ਕਈ ਵਾਰੀ ਕਹਿਣਾ, ਸਤਿਗੁਰੂ ਕੁਰਬਾਨ ਜਾਈਏ ਤੁਹਾਡੇ ਤੋਂ, ਜਦੋਂ ਕਿਸੇ ਦੀ ਮੌਤ ਹੁੰਦੀ ਅਸੀਂ ਅਫਸੋਸ ਕਰਦੇ ਹਾਂ, ਪਰ ਗੁਰੂ ਨੇ ਰਾਤ ਨੂੰ ਸੌਣ ਲੱਗਿਆਂ ਪਹਿਲਾ ਸ਼ਬਦ ਵਿਆਹ ਨਾਲ ਸੰਬੰਧਿਤ ਰੱਖਿਆ। ਉਦਾਹਰਨਾਂ ਵਿਆਹ ਦੀਆਂ ਦਿੱਤੀਆਂ ਤੇ ਚੇਤੇ ਮੌਤ ਕਰਾਈ ਗਈ। ਸੰਬਤ ਸਾਹਾ ਲਿਖਿਆ, ਮਿਲ ਕਰ ਪਾਵੋ ਤੇਲ, ਦਿਓ ਸੱਜਣ ਆਸੀਸਰੀਆਂ, ਜਿਉ ਹੋਵੇ ਸਾਹਿਬ ਸੁਮੇਲ, ਘਰ ਘਰ ਇਹੋ ਪਹੁੰਚਾ। ਟਿੱਪੀ ਨਹੀਂ ਲਾਣੀ, ਪਹੁੰਚਾ ਪਾਠ ਨਹੀਂ ਕਰਨਾ, ਪਹੁੰਚਾ, ਪਹੁੰਚਾ ਦਰ ਤੇ ਸਾਹਿਬ ਚਿੱਠੀ ਆਉਣੀ, ਘਰ ਘਰ ਇਹੋ ਪਹੁੰਚਾ, ਸਦੜੇ ਨਿਤ ਪਵਨ, ਸਦਨ ਖਾਰਾ ਸਿਮਰੀਏ ਨਾਨਕ ਸੇ ਦੇਹੇ ਆਵਨ। ਮਹਾਰਾਜ ਨੇ ਪਾਠ ਦੀਦਾਰ ਵਿੱਚ ਸ੍ਰੀ ਰਾਗ ਤੋਂ ਪਹਿਲਾਂ ਸਤਿਗੁਰੂ ਨੇ ਚਾਰ ਸਿਰਲੇਖ ਦਰਜ ਕੀਤੇ, ਉਸ ਤੋਂ ਬਾਅਦ ਰਾਗ ਸ਼ੁਰੂ ਹੋਇਆ। ਹਾਲਾਂਕਿ ਜਪਜੀ ਸਾਹਿਬ ਤੋਂ ਬਾਅਦ ਰਾਗ ਸ਼ੁਰੂ ਹੋ ਜਾਂਦਾ, ਸੋਦਰ ਰਾਗ ਆਸਾ ਮਹਿਲਾ ਪਹਿਲਾ, ਪਰ ਜਿਹੜੀ ਰਾਗਬੱਧ ਬਾਣੀ ਦਰਜ ਕੀਤੀ ਮਹਾਰਾਜ ਨੇ ਸਭ ਤੋਂ ਪਹਿਲਾਂ ਸ੍ਰੀ ਰਾਗ ਰੱਖਿਆ। ਦਾਸ ਨੇ ਸਵੇਰੇ ਬੇਨਤੀ ਕੀਤੀ, ਕੀਰਤਨੀਏ ਬੈਠੇ ਆ ਗੁਰਸਿੱਖ, ਸ੍ਰੀ ਰਾਗ ਦੇ ਗਾਉਣ ਦਾ ਵੇਲਾ ਆ ਹੈ, ਜਦੋਂ ਹੁਣ ਅਸੀਂ ਬੈਠੇ ਹਾਂ, ਥੋੜਾ ਜਿਹਾ ਸਮਾਂ ਹੋਰ ਪਹਿਲਾਂ ਚਲੇ ਜਾਈਏ। ਸ੍ਰੀ ਰਾਗ ਰਾਤ ਦੇ ਪਹਿਲੇ ਪਹਿਰ ਗਾਉਣ ਦਾ ਰਾਗ ਹੈ। ਮਹਾਰਾਜ ਨੇ ਬਖਸ਼ਿਸ਼ ਕੀਤੀ, ਸਭ ਤੋਂ ਪਹਿਲਾਂ ਸ਼ਬਦ ਜਿਹੜਾ ਸ੍ਰੀ ਰਾਗ ਦਾ ਰੱਖਿਆ, ਉਹ ਸਿੱਖ ਨੂੰ ਸਮਝਾ ਦਿੱਤਾ ਕਿ ਹਰ ਹਾਲਤ ਵਿੱਚ ਤੇਰੇ ਕੋਲ ਜਿਤਨੀ ਮਰਜ਼ੀ ਤਾਕਤ ਆ ਜਾਏ, ਪਰ ਇੱਕ ਅਰਦਾਸ ਕਰੀ, ਤੈਨੂੰ ਕਰਤਾਰ ਕਦੀ ਨਾ ਭੁੱਲੇ। ਦਾਸ ਕਹਿੰਦਾ ਚਾਰ ਚੀਜ਼ਾਂ ਪਹਿਲੇ ਸ਼ਬਦ 'ਚ ਰੱਖੀਆਂ ਨੇ, ਇੱਕ ਦਾਮ, ਦੂਜਾ ਚਾਮ, ਤੀਸਰਾ ਕਾਮ, ਤੇ ਚੌਥਾ ਨਾਮ। ਪ੍ਰਿੰਸੀਪਲ ਸਤਬੀਰ ਸਿੰਘ ਦੇ ਬੜੇ ਪਿਆਰੇ ਅਰਥ ਕਰਦੇ ਸਨ, ਸਭ ਤੋਂ ਪਹਿਲਾਂ ਦਾਮ, ਦਾਮ ਦਰ ਤੇ ਦਮੜੀ, ਉਸ ਤੋਂ ਬਾਅਦ ਚਾਮ, ਚਾਮ ਦਰ ਤੇ ਚਮੜੀ, ਤੀਸਰਾ ਸ਼ਬਦ ਵਰਤਿਆ ਹੈ
ਕਾਮ ਕਾਮਨਾਵਾਂ ਤੇ ਚੌਥਾ ਸ਼ਬਦ ਵਰਤਿਆ ਹੈ ਕਿ ਨਾਮ ਨਾਮ ਦਾ ਅਰਥ ਹੈ ਪ੍ਰਭਤਾ ਗੁਰੂ ਨੇ ਤਿੰਨੇ ਚਾਰੇ ਗੱਲਾਂ ਕਹਿ ਦਿੱਤੀਆਂ ਆਪ ਨੂੰ ਪਤਾ ਹੈ ਕਿ ਜਪਜੀ ਸਾਹਿਬ ਵਾਹਿਗੁਰੂ ਸ੍ਰੀ ਰਾਗ ਦੇ ਪਹਿਲੇ ਸ਼ਬਦ ਦੇ ਚਾਰ ਪਦੇ ਨੇ ਚਾਰ ਪਦਿਆਂ ਦੀ ਸੰਪੂਰਨਤਾ ਤਿੰਨ ਗੱਲਾਂ ਨਾਲ ਕੀਤੀ ਮਤਾ ਰੱਬ ਭੁੱਲ ਨਾ ਜਾਏ ਮਤਾ ਰੱਬ ਵਿਸਰ ਨਾ ਜਾਏ ਮਤਾ ਪਰਮਾਤਮਾ ਤੇਰੇ ਚੇਤੇ ਵਿੱਚੋਂ ਨਾ ਨਿਕਲ ਜਾਏ ਪਹਿਲਾ ਸ਼ਬਦ ਪੜ੍ਹੋ ਮੋਤੀ ਤਾਂ ਮੰਦਰ ਉਸ ਰ ਮੇਰਾ ਖਿਆਲ ਹੈ ਸਾਨੂੰ ਸਭ ਨੂੰ ਚੇਤੇ ਕਰ ਲੈਣਾ ਚਾਹੀਦਾ ਸ਼ਬਦ ਘੱਟੋ ਘੱਟ ਇਹਦੇ ਲਈ ਯਾਦ ਰਹਿੰਦਾ ਹੈ ਮਹਾਰਾਜ ਕਹਿੰਦੇ ਤੇਰਾ ਘਰ ਮੈਂ ਅਰਥ ਨੂੰ ਯਾਦ ਕਰਾਂਗਾ ਮੋਤੀਆਂ ਦਾ ਬਣਿਆ ਹੋਵੇ ਰਤਨ ਜੜੇ ਹੋਣ ਅਗਰ ਚੰਦੂ ਚੰਦਨ ਕਪੂਰ ਦੀ ਸੁਗੰਧ ਹੀ ਆਵੇ ਪਰ ਜਦੋਂ ਘਰ ਵਿੱਚ ਪ੍ਰਵੇਸ਼ ਕਰੇ ਇੱਕ ਅਰਦਾਸ ਕਰੀ ਕਿ ਉਹ ਸਾਈਂ ਤੈਨੂੰ ਭੁੱਲ ਨਾ ਜਾਏ ਜਿਹਨੇ ਤੈਨੂੰ ਘਰ ਦਿੱਤਾ ਮਹਾਰਾਜ ਜੀ ਨੂੰ ਬੜਾ ਉੱਚਾ ਕਰਕੇ ਹੁਣ ਸਾਡੀ ਨਿਮਰਤਾ ਹੋਰ ਤਰ੍ਹਾਂ ਨਾਲ ਹੋ ਗਈ ਯਾਦ ਹੈ ਸਬਜ਼ੀ ਮੰਡੀ ਸਰ ਮੈਂ ਇੱਕ ਵਾਰ ਇੱਥੇ ਗੱਲ ਕੀ ਕਰਕੇ ਗਿਆ ਦਇਆ ਸਿੰਘ ਦਿਰਬਲ ਆਏ ਤੇ ਮੈਂ ਜਲੰਧਰ ਕਥਾ ਕਰਦਾ ਸੀ ਤੇ ਉਹਨਾਂ ਨੇ ਗੱਲ ਬੜੀ ਸੋਹਣੀ ਕਹੀ ਉਹ ਕਹਿੰਦੇ ਸਾਡੇ ਸਿੱਖਾਂ ਦਾ ਹਾਲ ਕੀ ਹੋ ਗਿਆ ਬੰਗਲਾ ਹੁੰਦਾ 10 ਕਰੋੜ ਦਾ ਤੇ ਸ਼ਬਦ ਕਹੀ ਜਾਂਦੇ ਆ ਨਿੱਕੀ ਜੀ ਝੌਂਪੜੀ ਗੁਰੂ ਨਾਨਕ ਨੇ ਬਖਸ਼ੀ ਉਹ ਕਹਿੰਦਾ ਕਿਉਂ ਨੀ ਮੰਨਦਾ ਤੈਨੂੰ 10 ਕਰੋੜ ਦਾ ਬੰਗਲਾ ਦਿੱਤਾ ਕਹਿੰਦਾ ਜਿਹੜੀ ਗੁਰੂ ਨੇ ਦਾਤ ਦਿੱਤੀ ਉਹ ਫਿਰ ਵੀ ਝੌਂਪੜੀ ਰਹਿਣ ਦਿੱਤੀ ਆਪਣੇ ਰੁਪਈਆ ਇੱਕ ਕੱਢਦਾ ਤੇ ਕਹਿੰਦਾ ਢਾਡੀ ਸਿੰਘ ਜੀ 1.25 ਲੱਖ ਮੇਰੇ ਵੱਲੋਂ ਕਹਿੰਦਾ ਆਪਣਾ ਇੱਕ ਰੁਪਈਆ 1.25 ਲੱਖ ਜਿਹਨੇ 1.25 ਕਰੋੜ ਦੀ ਕੋਠੀ ਦੇ ਦਿੱਤੀ ਉਹ ਝੌਂਪੜੀ ਦੀ ਝੌਂਪੜੀ ਕਿਉਂ ਨਾ ਕਹੀਏ ਜੇ ਗੁਰੂ ਨੇ ਦਾਤ ਦਿੱਤੀ ਹੈ ਤੇ ਕਹੀਏ ਇਹ ਮਹੱਲ ਗੁਰੂ ਨੇ ਬਖਸ਼ਿਸ਼ ਕੀਤਾ ਹੈ ਇਹ ਦਾਤੇ ਨਹੀਂ ਦਿੱਤਾ ਹੈ ਗੁਰੂ ਨੇ ਸਭ ਤੋਂ ਪਹਿਲਾਂ ਜਿਹੜੀਆਂ ਸਾਡੀਆਂ ਘਰ ਦੀਆਂ ਲੋੜਾਂ ਨੇ ਉਹ ਸ਼ਬਦ ਰੱਖਿਆ ਮੋਤੀ ਤਾਂ ਮੰਦਰ ਉਸਰੈ ਰਤਨੀ ਤਾਂ ਹੋਏ ਜੜਾਓ ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ ਚਾਓ ਇਹਨਾਂ ਕੀਮਤੀ ਘਰ ਦੇ ਕੇ ਦਾਤਾ ਮਤ ਦੇਖ ਭੂਲਾ ਵਿਸਰੈ ਤੇਰਾ ਚਿੱਤ ਨਾ ਆਵੇ ਨਾ ਦੇਖ ਇਹ ਤਿੰਨ ਗੱਲਾਂ ਕਹੀਆਂ ਮਤ ਮਤਾਂ ਭੂਲਾਂ ਨਾ ਵਿਸਰੈ ਚਿੱਤ ਨਾ ਆਵੇ ਨਾ ਤਿੰਨਾਂ ਦੇ ਅਰਥ ਇੱਕੋ ਨੇ ਭੂਲਾਂ ਚਿੱਤ ਨਾ ਆਵੇ ਵਿਸਰਾਂ ਤਿੰਨ ਵਾਰੀ ਕਿਹਾ ਭਲਾ ਦੇਖੀ ਭੁੱਲ ਨਾ ਜਾਈ ਵਿਸਰ ਨਾ ਜਾਈ ਤੇਰੇ ਚੇਤੇ ਵਿੱਚੋਂ ਨਿਕਲ ਨਾ ਜਾਏ ਜਿਹਨੇ ਤੈਨੂੰ ਦਾਤ ਦਿੱਤੀ ਪਹਿਲਾ ਸ਼ਬਦ ਮਹਾਰਾਜ ਰੱਖਦੇ ਆ ਮੋਤੀ ਤਾਂ ਮੰਦਰ ਉਸਰੈ ਰਤਨੀ ਤਾਂ ਹੋਏ ਜੜਾਓ ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ ਚਾਹੋ ਮਤ ਦੇਖ ਭੂਲਾ ਵਿਸਰੈ ਤੇਰਾ ਚਿੱਤ ਨਾ ਆਵੇ ਨਾ ਕੋਈ ਨੀ ਹੁਣ ਅਗਲੇ ਲੇਟ ਹੋ ਜਾਣਗੇ ਥੋੜਾ ਜਿਹਾ ਚੱਲਣ ਦੇ ਦੂਜਾ ਸ਼ਬਦ ਰਹਾਓ ਦੀ ਤੋਕੇ ਹਰ ਬਿਨ ਜੀਓ ਜਲ ਬਲ ਜਾਓ ਮੈਂ ਆਪਣਾ ਗੁਰਪੂਛ ਦੇਖਿਆ ਸਤਿਗੁਰੂ ਗੁਰੂ ਨਾਨਕ ਸਾਹਿਬ ਕੁਰਬਾਨ ਜਾਈਏ ਉਹਨਾਂ ਦਾ ਗੁਰੂ ਕੌਣ ਹੈ ਗੁਰੂ ਨਾਨਕ ਸਾਹਿਬ ਦਾ ਗੁਰੂ ਤਾਂ ਦੇਹਧਾਰੀ ਕੋਈ ਹੈ ਨਹੀਂ ਅਪਰੰਪਰ ਪਾਰ ਬ੍ਰਹਮ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਈ ਜੀਉ ਬਾਬਾ ਜੀ ਕਹਿੰਦੇ ਆ ਸ਼ਬਦ ਗੁਰੂ ਸੁਰਤ ਤੁਨ ਚੇਲਾ ਕਹਿੰਦੇ ਨੇ ਸਿੱਖਾਂ ਮੈਂ ਆਪਣੇ ਗੁਰੂ ਪਰਮਾਤਮਾ ਨੂੰ ਪੁੱਛ ਕੇ ਆਇਆ ਤੇ ਪਰਮਾਤਮਾ ਨੇ ਮੈਨੂੰ ਕਿਹਾ ਹੈ ਕਿ ਸਿੱਖ ਨੂੰ ਜਾ ਕੇ ਦੱਸ ਦੇਈ ਮਨੁੱਖ ਨੂੰ ਦੱਸ ਦੇਈ ਜੇ ਨਾਮ ਭੁੱਲ ਗਿਆ ਤੇ ਸੜ ਜਾਓਗੇ ਜੇ ਰੱਬ ਦੀਆਂ ਦਾਤਾਂ ਲੈ ਕੇ ਰੱਬ ਚੇਤੇ ਰੱਖੋਗੇ ਤੇ ਕਦੀ ਅੱਗ ਨਹੀਂ ਲੱਗੇਗੀ ਹਰ ਬਿਨ ਜੀਓ ਜਲ ਵੱਲ ਜਾਓ ਮੈਂ ਆਪਣਾ ਗੁਰਪੋਚ ਦੇਖਿਆ ਅਵਰ ਨਾਗੀ ਥਾਂ ਰਹਾਓ ਪਹਿਲੀ ਗੱਲ ਸੀ ਦਾਮ ਦੀ ਦਮੜੇ ਹੋਣਗੇ ਤੇ ਘਰ ਬਣੇਗਾ ਦੂਜੀ ਗੱਲ ਹੈ ਚਾਮ ਦੀ ਚਮੜੀ ਵੇਖੋ ਉਹਦੇ ਅਰਥ ਹਰ ਟੀਕਾਕਾਰ ਨੇ ਕੀਤੇ ਮਹਾਰਾਜ ਜੀ ਨੇ ਵਚਨ ਕੀਤਾ ਕਹਿਣ ਲੱਗੇ ਧਰਤੀ ਤਾਂ ਹੀਰੇ ਲਾਲ ਜੜਤੀ ਪਲੰਗ ਲਾਲ ਜੜਾਓ ਮੋਹਣੀ ਮੁੱਖ ਮਣੀ ਸੋਹੈ ਕਰੇ ਰੰਗ ਪਸਾਓ ਇਹਦੇ ਅਰਥ ਸਾਰੇ ਵਿਦਵਾਨਾਂ ਨੂੰ ਤੁਸੀਂ ਪੜ੍ਹ ਲਓ ਜਿਹਨੂੰ ਅਸੀਂ ਆਪਣੇ ਅੱਜ ਕੱਲ੍ਹ ਅੰਗਰੇਜ਼ੀ ਦੀ ਸ਼ਬਦਾਵਲੀ 'ਚ ਕਹਿੰਦੇ ਨਾ ਮਾਸਟਰ ਬੈਡਰੂਮ ਸੱਚੀ ਮੁੱਚੀ ਬਾਬਾ ਜੀ ਨੇ ਉਹਦੀ ਗੱਲ ਕੀਤੀ ਕਹਿੰਦੇ ਨੇ ਜਿਸ ਪਲੰਗ ਤੇ ਮੈਂ ਸੌਣਾ ਉਸ ਪਲੰਗ ਨੂੰ ਸੋਨੇ ਦੀਆਂ ਤਾਰਾਂ ਦੀ ਕਢਾਈ ਹੋਵੇ ਉਹਦੀ ਲੱਕੜ 'ਚ ਹੀਰੇ ਜੜੇ ਹੋਣ ਅਗਲਾ ਸ਼ਬਦ ਸੁਣਿਓ ਧਰਤੀ ਤਾਂ ਹੀਰੇ ਲਾਲ ਜੜਤੀ ਪਲੰਗ ਲਾਲ ਜੜਾਓ ਮੋਹਣੀ ਮੁੱਖ ਮਣੀ ਸੁੱਖ ਹੈ ਕਰੇ ਰੰਗ ਪਸਾਓ ਦੇ ਅਰਥ ਮੈਂ ਬਿਲਕੁਲ ਲੋਕੇ ਨਹੀਂ ਕਰਾਂਗਾ ਕਹਿੰਦੇ ਜੀਵਨ ਸਾਥਨ ਉਹ ਹੋਵੇ ਜਿਹਨੂੰ ਰੱਬ ਨੇ ਜੋਬਨ ਦਿੱਤਾ ਹੋਵੇ ਉਹਦਾ ਮੱਥਾ ਵੀ ਚਮਕਦਾ ਹੋਵੇ ਪਰ ਉਸ ਕਮਰੇ ਵਿੱਚ ਵੀ ਪ੍ਰਵੇਸ਼ ਕਰਦਿਆਂ ਤੈਨੂੰ ਉਸ ਰੱਬ ਦੀ ਯਾਦ ਨਾ ਭੁੱਲੇ ਜਿਹਨੂੰ ਤੇ ਜਿਹਨੇ ਤੈਨੂੰ ਦਾਤਾਂ ਦਿੱਤੀਆਂ ਮੋਹਣੀ ਮੁੱਖ ਮਣੀ ਸੋਹੈ ਕਰੇ ਰੰਗ ਪਸਾਓ ਮਤ ਦੇਖ ਭੂਲਾਂ ਵਿਸਰੈ ਤੇਰਾ ਚੇਤਨਾ ਆਵੇ ਨਾ ਤੀਸਰਾ ਬਚਨ ਜੀ ਕਾਮਨਾ
ਇਹ ਭੁੱਖ ਕੱਲੀ ਪੈਸੇ ਦੀ ਨਹੀਂ ਹੁੰਦੀ। ਯਾਦ ਰੱਖੋ, ਪੈਸੇ ਦੀ ਭੁੱਖ ਵੀ ਕਿਤੇ ਬੰਦਾ ਟਿਕ ਜਾਂਦਾ। ਜਿਸ ਬੰਦੇ ਨੂੰ ਪ੍ਰਭਤਾ ਦੀ ਭੁੱਖ ਲੱਗਦਾ ਉਸ ਬੰਦੇ ਨੂੰ ਰੋਕਣਾ ਬੜੀ ਮੁਸ਼ਕਲ ਹੈ। ਮੇਰੀ ਮਸ਼ਹੂਰੀ ਹੋਵੇ, ਮੈਨੂੰ ਲੋਕ ਜਾਣਨ। ਮਹਾਰਾਜ ਨੇ ਤੀਸਰਾ ਬਚਨ ਕਿਹਾ, ਸਿੱਧ ਕੂਵਾਂ ਸਿੱਧ ਲਾਈ। ਦੋ ਸ਼ਬਦ ਨੇ, ਇੱਕ ਮੈਂ ਸਿੱਧ ਬਣ ਜਾ, ਦੂਜੇ ਸਿੱਧ ਅਰ ਤੇ ਸਮਾਧੀ ਲਾਵਾਂ। ਰਿੱਧ ਆਖਾਂ ਆਓ ਗੁਪਤ ਪ੍ਰਗਟ ਹੋਏ, ਵੈਸਾ ਲੋਕ ਰਾਖੈ ਪਾਓ। ਇੰਨਾ ਮੈਂ ਸੂਖਸ਼ਮ ਹੋ ਜਾ, ਜਿੱਥੇ ਮਰਜ਼ੀ ਸਰੀਰ ਲੁਕਾ ਲਾ, ਜਿੱਥੇ ਮਰਜ਼ੀ ਸਰੀਰ ਪ੍ਰਗਟ ਕਰ ਦਿਆਂ। ਕਹਿਣ ਲੱਗੇ, ਵਾਹਿਗੁਰੂ ਇਹ ਕਰਾਮਾਤਾਂ ਦੀਆਂ ਖੇਡਾਂ ਨਾਲ ਤੇਰੀ ਯਾਦ ਨਾ ਭੁੱਲ ਜਾਏ, ਮੈਨੂੰ ਕਰਾਮਾਤ ਨਹੀਂ ਤੇਰੀ ਬੰਦਗੀ ਚਾਹੀਦੀ ਹੈ। ਗੁਪਤ ਪ੍ਰਗਟ ਹੋਏ ਵੈਸਾ ਲੋਕ ਰਾਖੈ ਪਾਓ, ਮਤ ਦੇਖ ਭੁੱਲਾਂ ਵਿਸਰੈ ਤੇਰਾ ਚੇਤਨਾ ਆਵੇ ਨਾ। ਚੌਥਾ ਬਚਨ ਕਿਹਾ ਮਹਾਰਾਜ ਜੀ ਨੇ ਕਿ ਸੁਲਤਾਨ ਹੋਵਾਂ ਮੇਲ ਲਸ਼ਕਰ। ਇਹ ਸਾਰੀਆਂ ਗੱਲਾਂ ਕਰ ਦਿੱਤੀਆਂ, ਇਹਦੇ ਚ ਨਾਮ ਵੀ ਆ ਗਿਆ, ਘਰ ਵੀ ਆ ਗਿਆ, ਘਰ ਵਾਲੀ ਵੀ ਆ ਗਈ, ਰਾਜ ਪ੍ਰਬੰਧ ਵੀ ਆ ਗਿਆ। ਸੁਲਤਾਨ ਹੋਵਾਂ ਮੇਲ ਲਸ਼ਕਰ, ਤਖ਼ਤ ਰਾਖਾਂ ਪਾਓ, ਹੁਕਮ ਹਾਸਲ ਕਰੀ ਬੈਠਾ ਨਾਨਕਾ ਸਭ ਵਾਓ। ਸਭ ਬਹੁ ਵਚਨ ਸਾਰੇ ਜਿਹੜੇ ਉੱਤੇ ਗਿਣੇ ਨੇ, ਨਾਨਕਾ ਸਭ ਵਾਓ, ਮਤ ਦੇਖ ਭੁੱਲਾਂ ਵਿਸਰੈ ਤੇਰਾ ਚੇਤਨਾ ਆਵੇ ਨਾ। ਮੇਰੇ ਕਹਿਣ ਤੋਂ ਮੁਰਾਦ ਪਹਿਲਾ ਰਾਗ ਸ੍ਰੀ ਰਾਗ ਰੱਖਿਆ। ਪਹਿਲਾ ਸ਼ਬਦ ਗੁਰੂ ਅਰਜਨ ਦੇਵ ਨੇ ਚਾਮ ਦਾਮ ਕਾਮ ਨਾਮ ਵਿੱਚ ਰਹਿ ਕੇ ਕਿਵੇਂ ਪਰਮਾਤਮਾ ਨੂੰ ਜਪਣਾ ਉਹਦਾ ਜ਼ਿਕਰ ਕੀਤਾ। ਦੂਜਾ ਰਾਗ ਮਹਾਰਾਜ ਜੀ ਨੇ ਮਾਝ ਰੱਖਿਆ। ਤੀਸਰਾ ਰਾਗ ਗੁਰਦੇਵ ਨੇ ਗੌੜੀ ਰੱਖਿਆ। ਤਰਤੀਬ ਅਨੁਸਾਰ ਗੁਰੂ ਜੀ ਨੇ 30 ਰਾਗਾਂ ਚ ਬਾਣੀ ਦਰਜ ਕੀਤੀ ਗੁਰੂ ਅਰਜਨ ਦੇਵ ਜੀ ਨੇ। ਗੌੜੀ ਇਕੱਲੀ ਵਿੱਚ ਮਹਾਰਾਜ ਨੇ 12 ਰਾਗ ਰੱਖ ਦਿੱਤੇ। ਇਸ ਤੋਂ ਅਗਲੀ ਬੇਨਤੀ ਕਰਾਂ ਕਿ ਗੁਰੂ ਸਾਹਿਬ ਨੇ ਆਪ ਪਾਠ ਕਰੋ, ਜਿੰਨੀ ਟਾਈਮ ਦੇ ਸਰਲੇਖ ਥੱਲੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇੰਨੀ ਸ਼ਾਇਦ ਕਿਸੇ ਹੋਰ ਥਾਂ ਤੇ ਮਿਲੇ। ਸਮੇਂ ਦੇ ਸਰਲੇਖ ਥੱਲੇ ਬੜੀ ਬਾਣੀ। ਟਾਈਮ ਨੂੰ ਪੂਜਣ ਲਈ ਨਹੀਂ ਕਿਹਾ, ਟਾਈਮ ਨੂੰ ਸਫਲ ਕਰਨ ਵਾਸਤੇ ਕਿਹਾ। ਅਸੀਂ ਜਦੋਂ ਟਾਈਮ ਦੀ ਗੱਲ ਕਰਨੇ, ਮੈਂ ਇੱਕ ਵਾਰ ਕਿਹਾ ਸੀ 31 ਦਸੰਬਰ ਕਥਾ ਕਰਦੇ ਹਾਂ, ਟਾਈਮ ਦੀ ਸਭ ਤੋਂ ਛੋਟੀ ਇਕਾਈ ਹੈ ਨਿਮਖ। ਉਸ ਤੋਂ ਬਾਅਦ ਅਸੀਂ ਪੈਰਿਆਂ ਦੀ ਗੱਲ ਕਰਨੇ। ਆਪ ਨੂੰ ਪਤਾ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ 4 ਪੈਰਾਂ ਦੇ ਸਰਲੇਖ ਥੱਲੇ ਬਾਣੀ ਹੈ। ਇਹ ਸਮੇਂ ਦਾ ਸਰਲੇਖ ਹੈ। ਗੁਰੂ ਗ੍ਰੰਥ ਸਾਹਿਬ ਦੇ ਅੰਦਰ 7 ਵਾਰ ਦੇ ਸਰਲੇਖ ਥੱਲੇ ਬਾਣੀ, 2 ਵਾਰ ਇਹ ਸਮਾਂ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਦਿਨ ਤੇ ਰਾਤ ਦੇ ਸਰਲੇਖ ਥੱਲੇ ਬਾਣੀ ਹੈ। ਗੁਰੂ ਗ੍ਰੰਥ ਸਾਹਿਬ ਦੇ ਅੰਦਰ 6 ਰੁੱਤਾਂ ਦੇ ਸਰਲੇਖ ਥੱਲੇ ਬਾਣੀ ਹੈ। ਗੁਰੂ ਗ੍ਰੰਥ ਸਾਹਿਬ ਵਿੱਚ 15 ਥਿੱਤਾਂ ਦੇ ਸਰਲੇਖ ਥੱਲੇ ਬਾਣੀ ਹੈ। ਗੁਰੂ ਗ੍ਰੰਥ ਸਾਹਿਬ ਅੰਦਰ 12 ਮਾਹ ਦੇ ਸਰਲੇਖ ਥੱਲੇ ਬਾਣੀ ਹੈ। ਗੁਰੂ ਨੇ ਟਾਈਮ ਨੂੰ ਆਧਾਰ ਬਣਾ ਕੇ ਵੀ ਬਾਣੀ ਨੂੰ ਸਰਲੇਖ ਦਿੱਤਾ ਟਾਈਮ ਦਾ, ਕਿ ਤੇਰੀਆਂ 15 ਥਿੱਤਾਂ ਕਿਵੇਂ ਸਫਲ ਹੋਣ, ਤੇਰਾ ਦਿਨ ਰਾਤ ਕਿਵੇਂ ਨਿਕਲੇ, ਤੇਰੀ ਜ਼ਿੰਦਗੀ ਵੀ 4 ਪੈਰ ਹੈ। ਇਸ ਤੋਂ ਬਾਅਦ ਮਹਾਰਾਜ ਨੇ ਕਿਰਪਾ ਕੀਤੀ, ਜਿਹੜੇ ਸ਼ਬਦ ਅਸੀਂ ਘਰਾਂ ਚ ਖਾਸ ਕਰਕੇ ਪੰਜਾਬੀ ਘਰਾਂ ਚ ਵਰਤਨੇ ਆ, ਗੁਰੂ ਨੇ ਉਹ ਸਾਡਾ ਪੇਂਡੂ ਕਲਚਰ ਘਰਾਂ ਦਾ ਸ਼ਬਦਾਵਲੀ ਵੀ ਲੈ ਲਈ। ਇਹ 3 ਸ਼ਬਦ ਇਕੱਠੇ ਆਉਂਦੇ ਨੇ ਜੀ, ਗੁਣਵੰਤੀ, ਕੁਚੱਜੀ ਤੇ ਸੁਚੱਜੀ। ਇਹ 3 ਸ਼ਬਦ ਘਰਾਂ ਚ ਵਰਤੇ ਜਾਂਦੇ ਇਸਤਰੀ ਲਈ ਨੇ। ਜੇ ਗੁਣਾਂ ਵਾਲੀ ਅਸੀਂ ਕਹਿੰਦੇ ਹਾਂ ਗੁਣਵੰਤੀ ਹੈ, ਜਿਹਨੂੰ ਚੰਗਾ ਜੀਵਨ ਜੀਣ ਦਾ ਤਰੀਕਾ ਆਉਂਦਾ ਵਾ ਕਹਿੰਦੇ ਹਾਂ ਸੁਚੱਜੀ ਹੈ, ਜਿਹਨੂੰ ਸਮਝ ਕੋਈ ਨਹੀਂ ਆਪਾਂ ਕਹਿੰਦੇ ਹਾਂ ਕੁਚੱਜੀ। ਮਹਾਰਾਜ ਨੇ ਇਹ ਸ਼ਬਦ ਵੀ ਵਰਤੇ। ਦਾਸ ਨੇ ਤਾਂ ਇੱਕ ਵਾਰ ਇਹ ਵੀ ਬੇਨਤੀ ਕੀਤੀ, ਗੁਰਮੁਖੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਪੰਜਾਬ ਦਾ ਜਿਹੜਾ ਫੋਕ ਸੀ ਗੁਰੂ ਅਰਜਨ ਦੇਵ ਨੇ ਬਦਲ ਕੇ ਰੱਖ ਦਿੱਤਾ। ਆਪ ਨੂੰ ਪਤਾ ਹੈ ਅਲਾਣੀਆਂ ਇੱਕ ਤਰਜ ਹੈ, ਗੁਰੂ ਸਾਹਿਬ ਨੇ ਅਲਾਣੀਆਂ ਦੇ ਸਰਲੇਖ ਥੱਲੇ ਬਾਣੀ ਰੱਖੀ। ਘੋੜੀਆਂ ਪੰਜਾਬ ਦਾ ਫੋਕ ਹੈ, ਗੁਰੂ ਅਰਜਨ ਦੇਵ ਨੇ ਘੋੜੀਆਂ ਸਰਲੇਖ ਲਿਖਿਆ। ਤੇ ਇੱਕ ਇੱਕ ਕਮਾਲ ਹੋਰ ਕੀਤੀ, ਪਹਿਲਾਂ ਘੋੜੀਆਂ ਲਿਖੀਆਂ, ਬਾਅਦ ਚ ਅਲਾਣੀਆਂ ਲਿਖੀਆਂ। ਰਾਗ ਇੱਕੋ ਹੀ, ਵਡਹੰਸ ਰਾਗ ਵਿੱਚ ਪਹਿਲਾਂ ਆਉਂਦੀਆਂ ਨੇ ਘੋੜੀਆਂ। ਅਸੀਂ ਪੜ੍ਹਨੇ ਆ ਦੇ ਤੇਜਣ ਜੀ ਰਾਮ ਉਪਾਈਆ ਰਾਮ। ਜਦੋਂ ਘੋੜੀਆਂ ਸੰਪੂਰਨ ਹੁੰਦੀਆਂ ਨੇ ਉਸ ਤੋਂ ਬਾਅਦ ਆਉਂਦੀਆਂ ਨੇ ਅਲਾਹਣੀਆਂ। ਧਨ ਸਰਨ ਦਾ ਸੱਚਾ ਪਾਤਸ਼ਾਹ ਜਿਨ ਜਗ ਧੰਦਾ ਲਾਇਆ, ਮੋਲਤ ਪੁੰਨੀ ਪਾਈ ਭਰੀ ਜਾਨੀਅੜਾ ਕੱਤ ਚ ਲਾਇਆ। ਇਹ ਇਕੱਠੀਆਂ ਕਿਉਂ ਰੱਖ ਦਿੱਤੀਆਂ, ਪਹਿਲਾਂ ਘੋੜੀਆਂ ਫਿਰ ਅਲਾਹਣੀਆਂ। ਘੋੜੀ ਦਾ ਸੰਬੰਧ ਭਾਵੇਂ ਉਸ ਘੋੜੀ ਨਾਲ ਨਹੀਂ, ਜਦੋਂ ਵੇਖੋ ਇਹਨਾਂ ਗੱਲਾਂ ਨੂੰ ਤੁਸੀਂ ਇਨਕਾਰ ਨਹੀਂ ਕਰ ਸਕਦੇ। ਹੁਣ ਮੈਂ ਹੋ ਸਕਦਾ ਘੋੜੀ ਚੋਂ ਪੰਜਾਬੀ ਚੋਂ ਕੋਈ ਤੁਕ ਪੜ੍ਹਦੇ ਆ, ਕਈਆਂ ਨੇ ਕਹਿ ਦੇਣਾ ਕੀ ਕਰਨ ਲੱਗ ਪਿਆ, ਕੱਚੀ ਬਾਣੀ ਗਾਉਣ ਲੱਗ ਪਿਆ। ਉਹ ਗੁਰਮੁਖੋ ਕੱਲਾ ਵਾਹਿਗੁਰੂ ਵਾਹਿਗੁਰੂ ਜਪ ਕੇ ਨਾ ਜਪਣਾ ਚਾਹੀਦਾ ਵਾਹਿਗੁਰੂ। ਯਾਦ ਰੱਖਿਓ ਅੱਜ ਕੀਰਤਨ ਦਾ ਢਾਂਚਾ ਵੀ ਗਿਆ ਤੇ ਕਥਾ ਦਾ ਵੀ ਗਿਆ।
इस गल का गुस्सा ना करो। दरबार साहब च कोई कीर्तनिया 5 मिनट वाहगुरू वाहगुरू बोल के दिखाए कभी सुने? असी शब्द की कीर्तन की शैली मार के रख दी, सिमरन की अपनी थां है, जप की अपनी थां है, ध्यान की अपनी थां है। दरबार साहब च कोई कीर्तनिया तुसी इत्थे बैठे हो, कोई दो वारी वाहगुरू वाहगुरू बोल के दिखाए नाल ही कहणगे कीर्तन बंद कर। कीर्तन की अपनी शैली है, पहला शब्द गाया जाए, शब्द गाउन तो बाद ढुकमे प्रवान दिते जान। अज कोई सानू पुछण वाला नहीं, एक तो कितो बड़ी दूजी कितो बड़ी, रो के असी बाहर निकल गए। एडा अमीर विरसा सी रोड़ के रख दिता, क्योंकि साडा संबंध गोलक नाल ही, साडा संबंध कीर्तन की शैली नाल लगी। कथा का अपना मुकाम है। हुण घोड़ियां पंजाब का फोक है, जदों बेटी का विआह हुंदा उदों घोड़ियां नहीं गाईआं जांदियां, धी दे विआह वेले सुहाग गाए जांदे आ, बेटे दे विआह वेले वीर दे विआह वेले घोड़ियां गाईआं जांदियां ने। गुरु ने कहा कि इस बाणी नूं उस तर्ज च गाई जिहदे च पंजाब का फोक घोड़ियां गाईआं जांदियां ने, पर उत्थे विआह दी घोड़ी नहीं, उत्थे शरीर घोड़ी है, अलाणियां ने। यह भी एक तर्ज है, शायद आपनूं पता होवे बजुर्गां नूं कि पुराने समय अलाणियां पाण वास्ते जां विरासन आउंदी सी जां नैण आउंदी सी, ते जदों अलाणियां पांदियां सन, ये गुरमत च नहीं मन्निया भी अलाणियां तुसी पाणियां ने रोणा है उस तरह पिटना है, अलाणी गाई जांदी सी। गुरमुखो अलाणी एक तर्ज कहे, गुरु ने उस तर्ज नूं लै लिया। ध्यान दे के सुनियो, पहला घोड़ियां, जदों घोड़ियां संपूर्ण हुंदियां ने नाल अलाणियां, अलाणी है कि धन सिरन दा सच्चा पातशाह जिन जग धंदा लाया, मोलत पुन्नी पाई भरी जानियड़ा घत चलाया। ये कट्ठे क्यों रख दिते घोड़ियां? मैं सिर्फ अज यह कह लो भी स्ट्रक्चर विचों एक तिल जिनी भी तुहानू कथा दी सुना के चलिया। हां, सतगुरु की कृपा नाल दाते ने तरस किया, हर चीज की व्याख्या है। पहला घोड़ियां, बाद विच अलाणियां। घोड़ी का संबंध खुशी नाल है, अलाणी का संबंध गमी नाल है। गुरु ने कहा कि जदों घर विच कोई घोड़ी चढ़े ओदी अलाणी कदी भुली ना, ते जे किते अलाणियां चेते आ जाण ते घोड़ी कदी भुली ना, खुशी ते गमी दोनों सामने रख के चले। तुसी पाठ कर दिओ रामकली राग च पहुंच दे, मैं कोई रागां दा वेरवा नहीं दिता। रामकली राग च 917 अंग च, हुण आ जिहड़े अंग ने ना गुरु ग्रंथ साहिब दे, इह दरबार साहिब नहीं प्रकाश हुंदा है। दरबार साहिब जदों सवेरे सिंह साहिब हुक्मनामा लैंदे आ ते तुसी 1430 अंग चो पढ़ो, ओह हुक्मनामा विचकारों हुंदा है। कल मैं कथा की थी, वो खब्बे पासे विचकार सी 1430 अंग, अज भाई साहिब अज प्रकाश दूजा सी स्वरूप दा, अज सज्जे पासे विचकारों आ गया, क्योंकि 1430 अंग जिहड़े ने ਇਹ ਉਦੋਂ ਨਿਰਧਾਰਤ ਹੋਏ ਆ ਜਦੋਂ ਮਸ਼ੀਨੀ ਛਾਪਾ ਆਇਆ। ਹੱਥ ਲਿਖਤ ਗੁਰੂ ਗ੍ਰੰਥ ਸਾਹਿਬ ਦੀ ਬੀੜ ਦੇ ਅੰਗ ਕਦੀ ਇੱਕ ਨਹੀਂ ਹੁੰਦੇ, ਅੰਗ ਇੱਕ ਨਹੀਂ ਕੀਤੇ ਮਹਾਰਾਜ ਨੇ। ਹੁਣ ਚਲੋ ਠੀਕ ਹੈ, 1430 ਸਾਰੇ ਕਹਿੰਦੇ ਮਹਾਰਾਜ ਨੇ 1430 ਅੰਗ ਲਿਖ ਦਿੱਤੇ, ਕਿੱਥੇ 1430 ਅੰਗ ਲਿਖੇ ਉਦੋਂ? ਜਿੰਨੀ ਕਲਮ ਬਰੀਕ ਹੋਵੇਗੀ ਕਾਗਜ਼ ਘੱਟ ਲੱਗੇਗਾ, ਅੰਗ ਘੱਟ ਲੱਗਣਗੇ। ਜਿੰਨੀ ਲਿਖਾਰੀ ਦੀ ਕਲਮ ਮੋਟੀ ਹੋਵੇਗੀ ਤੇ ਅੱਖਰ ਵੱਡਾ ਲਿਖੇਗਾ ਤੇ ਕਾਗਜ਼ ਜ਼ਿਆਦਾ ਲਿਖੇਗਾ। ਅਸੀਂ ਵੀ ਸੁਣੀ ਜਾਂਦੇ ਹਾਂ 1430 ਅੰਗ ਮਹਾਰਾਜ ਨੇ ਰਚੇ, 1430 ਅੰਗ ਬਾਅਦ ਵਿੱਚ ਨੇ, ਮਸ਼ੀਨੀ ਛਾਪਾ ਹੈ। ਅਸੀਂ ਨਿਰਧਾਰਿਤ ਕੀਤਾ ਹੈ ਤੂੰ ਹੁਕਮਨਾਮਾ ਲੈਣਾ। ਵਾਹਿਗੁਰੂ ਜੀ ਇਹ ਕਦੀ ਗੱਲ ਧਿਆਨ ਨਾਲ ਸੁਣਿਓ, ਤਰਕ ਚ ਨਹੀਂ। ਸਾਡੇ ਆ ਬੰਦਿਆਂ ਨੇ ਹੁਕਮਨਾਮਿਆਂ ਦੀ ਕਥਾ ਲਿਖ ਦਿੱਤੀ, ਉਹਨਾਂ ਨੂੰ ਪਤਾ ਲੱਗ ਗਿਆ ਜਿਹੜਾ ਹੁਕਮਨਾਮਾ ਆਉਣਾ। ਉਦੋਂ ਇਹ ਸਮਾਂ ਨਹੀਂ ਸੀ, ਇਸ ਤਰੀਕਾ ਨਹੀਂ ਸੀ ਇਹ ਵਿਚਾਰਿਆ ਜਾ ਸਕਦਾ ਹੁਕਮ ਸੰਬੰਧੀ। ਪਰ ਗੁਰੂ ਸਾਹਿਬ ਨੇ ਰਾਮਕਲੀ ਰਾਗ ਚ ਜੋ ਹੁਣ ਸਰੂਪ ਹੈ, 917 ਅੰਗ ਤੇ ਹੁੰਦਾ ਆਨੰਦ ਸਾਹਿਬ, ਸ਼ੁਰੂ ਹੁੰਦਾ ਆਨੰਦ। ਜਦੋਂ ਆਨੰਦ ਸਾਹਿਬ ਸੰਪੂਰਨ ਹੁੰਦਾ ਹੈ ਉਸ ਤੋਂ ਬਾਅਦ ਬਾਣੀ ਕਿਹੜੀ ਆਉਂਦੀ? ਬਾਣੀ ਦੀ ਤਰਤੀਬ ਇਵੇਂ, ਪਹਿਲਾਂ ਗੁਰੂ ਨਾਨਕ ਸਾਹਿਬ ਦੇ ਸ਼ਬਦ, ਫਿਰ ਗੁਰੂ ਅਮਰਦਾਸ ਦੇ ਸ਼ਬਦ, ਕਿਉਂਕਿ ਗੁਰੂ ਅੰਗਦ ਦੇਵ ਦਾ ਸ਼ਬਦ ਕੋਈ ਨਹੀਂ, ਉਹਨਾਂ ਦੇ ਸਿਰਫ 63 ਸ਼ਲੋਕ ਨੇ ਜਿਹੜੇ ਵਾਰਾਂ ਨਾਲ ਆਉਂਦੇ। ਸੁਣੋ, ਫਿਰ ਗੁਰੂ ਰਾਮਦਾਸ ਦੇ, ਗੁਰੂ ਅਰਜਨ ਦੇਵ ਦੇ, ਫਿਰ ਜੇ ਹੁਣ ਸਰੂਪ ਦੇ ਦਰਸ਼ਨ ਕਰੋ ਗੁਰੂ ਤੇਗ ਬਹਾਦਰ ਦੇ। ਸ਼ਬਦਾਂ ਤੋਂ ਬਾਅਦ ਅਸ਼ਟਪਦੀਆਂ, ਇਹੀ ਤਰਤੀਬ ਰਹਿ ਗਈ। ਅਸ਼ਟਪਦੀਆਂ ਤੋਂ ਬਾਅਦ ਸ਼ੰਤ, ਸ਼ੰਤ ਤੋਂ ਬਾਅਦ ਵਾਰ, ਵਾਰ ਤੋਂ ਬਾਅਦ ਭਗਤ ਬਾਣੀ, ਜੇ ਉਸ ਰਾਗ ਚ ਕਹੇ ਤਾਂ। ਇਹਦਾ ਮਤਲਬ ਕਿ ਆਨੰਦ ਸਾਹਿਬ ਤੋਂ ਬਾਅਦ ਜਿਹੜੀ ਬਾਣੀ ਆਉਂਦੀ ਹੈ ਉੱਥੇ ਤਰਤੀਬ ਗੁਰਦੇਵ ਨੇ ਉਹ ਨਹੀਂ ਰੱਖੀ। ਆਨੰਦ ਸਾਹਿਬ ਤੋਂ ਬਾਅਦ ਆਉਂਦਾ ਰਾਮਕਲੀ ਸ਼ਬਦ,
ਸੱਦ ਹੈ ਬਾਬੇ ਅਮਰਦਾਸ ਦੇ, ਗੁਰੂ ਅਮਰਦਾਸ ਦੇ ਪੜਪੋਤੇ ਦਾ। ਸੱਦ ਦੀਆਂ 6 ਪੌੜੀਆਂ ਤੋਂ ਬਾਅਦ ਜਿਹੜੀ ਬਾਣੀ ਆਉਂਦੀ ਏ ਉਹ ਮਹੱਲਾ 5 ਸਾਜਣੜਾ ਮੇਰਾ ਸਾਜਣੜਾ ਨਿਕਟ ਖਲੋਇੜਾ ਮੇਰਾ ਸਾਜਣਾ। ਪਰ ਮਨ ਚ ਮੇਰੇ ਚ ਵੀ ਬੜੀ ਵਾਰੀ ਆਇਆ ਕਿ ਜਿਹੜਾ ਰਾਮਕਲੀ ਸੱਦ ਹੈ ਇਹ ਬਾਬਾ ਸੁੰਦਰ ਜੀ ਦਾ, ਤੇ ਰਾਮਕਲੀ ਕੀ ਵਾਰ ਜਿਹੜੀ ਇਹ ਸੱਤੇ ਬਲਵੰਡ ਦੀ। ਸੱਦ ਚਾਹੀਦਾ ਸੀ ਸੱਤੇ ਬਲਵੰਡ ਜੀ ਦੀ ਵਾਰ ਕੋਲ ਤਰਤੀਬ ਅਨੁਸਾਰ, ਪਰ ਇੱਥੇ ਮਹਾਰਾਜ ਜੀ ਨੇ ਆਨੰਦ ਤੋਂ ਬਾਅਦ ਸੱਦ। ਸੱਦ ਦੇ ਅਰਥ ਵੈਸੇ ਅਸੀਂ ਕਰਨੇ ਆ ਜੀ ਸੱਦੜਾ ਰੱਬੀ ਸੱਦਾ, ਪਰ ਯਾਦ ਰੱਖਿਓ ਸੱਦ ਕੱਲਾ ਸੱਦੜਾ ਨਹੀਂ, ਸੱਦ ਇੱਕ ਫੋਕ ਹੈ ਪੰਜਾਬ ਦਾ। ਤੁਹਾਨੂੰ ਪਤਾ ਹੋਣਾ ਬਜ਼ੁਰਗਾਂ ਨੂੰ, ਹੁਣ ਤਾਂ ਨਹੀਂ ਆਉਂਦੇ ਬੰਦੇ, ਪਹਿਲਾਂ ਕੀ ਹੁੰਦਾ ਸੀ ਅੰਮ੍ਰਿਤ ਵੇਲੇ ਗਾਉਣ ਵਾਲੇ ਹੁੰਦੇ ਸਨ ਫਕੀਰ, ਮੂੰਹ ਹਨੇਰਾ ਹੁੰਦਾ ਸੀ ਨਾ, ਉਹ ਉੱਚੀ ਸਾਰੀ ਸੱਦ ਲਾਉਂਦਾ ਸੀ ਗਾਉਂਦਾ ਸੀ, ਤੇ ਜਦੋਂ ਦਿਨ ਚੜ੍ਹਦਾ ਸੀ ਦੁਬਾਰਾ ਲੋਕਾਂ ਦੇ ਘਰਾਂ ਅੱਗੇ ਫਿਰ ਸੱਦ ਲਾਉਂਦਾ ਸੀ। ਉਹ ਕਦੀ ਝੋਲੀ ਅੱਡ ਕੇ ਨਹੀਂ ਸੀ ਕਹਿੰਦਾ ਮੈਨੂੰ ਆਟਾ ਪਾਓ, ਸਿਰਫ ਸੱਦ ਲਾਉਂਦਾ ਸੀ ਕਿਸੇ ਦੀ ਮਰਜ਼ੀ ਦੇ ਦਿਓ ਨਾ ਦਿਓ। ਯਾਦ ਰੱਖਿਓ ਸੱਦ ਪੰਜਾਬ ਦਾ ਫੋਕ ਹੈ। ਜਦੋਂ ਵੈਸਾਖ ਨੂੰ ਕਿਸਾਨ ਕਣਕ ਵੱਢਦਾ ਉਹ ਢੋਲ ਲੈ ਕੇ ਆਉਂਦਾ ਸੀ, ਉਹਨੇ ਕੀ ਕਰਨਾ, ਉਹਨੇ ਉੱਚੀ ਸਾਰੀ ਸੱਦ ਲਾਣੀ, ਇੱਕ ਹੱਥ ਕੰਨ ਤੇ ਰੱਖ ਕੇ ਦੂਜਾ ਹੱਥ ਉੱਚਾ ਚੁੱਕ ਕੇ ਸੱਦ ਦਿੰਦਾ ਸੀ। ਗੁਰੂ ਨੇ ਕਿਹਾ ਇਸ ਸੱਦ ਨੂੰ ਉਸ ਤਰਜ ਵਿੱਚ ਗਾਇਓ ਜਿਹੜਾ ਪੰਜਾਬ ਦੇ ਫੋਕ ਵਿੱਚ ਸੱਦ ਗਾਇਆ ਜਾਂਦਾ ਹੈ, ਪਰ ਅੱਜ ਸਾਡੇ ਕੋਲ ਨਹੀਂ ਹੈਗੀ ਤਰਜ। ਆਨੰਦ ਨਾਲ ਸੱਦ ਕਿਉਂ, ਆਨੰਦ ਦਾ ਅਰਥ ਹੈ ਖੁਸ਼ੀ, ਸੱਦ ਦਾ ਅਰਥ ਹੈ ਰੱਬ ਦੇ ਸੱਦੜੇ। ਦੋਨਾਂ ਨੂੰ ਤਾਂ ਇਕੱਠਿਆਂ ਕੀਤਾ ਜੇ ਤੇਰੇ ਘਰ ਵਿੱਚ ਖੁਸ਼ੀ ਹੈ, ਜਨਮ ਦੀ ਖੁਸ਼ੀ ਹੈ, ਤੇ ਰੱਬ ਦਾ ਸੱਦਾ ਮੌਤ ਕਦੀ ਨਾ ਭੁੱਲੀ। ਜਿੱਦਣ ਤੇਰੇ ਘਰ ਮੌਤ ਦਾ ਸੱਦਾ ਪੈ ਜਾ ਉਦਣ ਆਨੰਦ ਕਦੀ ਨਾ ਭੁੱਲੀ। ਦੋਨਾਂ ਨੂੰ ਇੱਕ ਇਕੱਠਿਆਂ ਰੱਖ ਦਿੱਤਾ ਮਹਾਰਾਜ ਨੇ। ਗੁਰੂ ਅਰਜਨ ਦੇਵ ਨੇ ਢਾਂਚੇ 'ਚ ਬੜੀ ਬਖਸ਼ਿਸ਼ ਕੀਤੀ, ਇਹ 9 ਧੁਨੀਆਂ ਨੇ ਗੁਰੂ ਗ੍ਰੰਥ ਸਾਹਿਬ 'ਚ। ਆਹ ਜਿਹੜੀ ਆਸਾ ਕੀ ਵਾਰ ਤੁਸੀਂ ਗਾਉਂਦੇ ਹੋ, ਟੁੰਡਾ ਅਸਰਾਜ ਕੀ ਧੁਨੀ ਹੈ, ਚਲੋ ਇਹ ਬੜੀ ਬੜੇ ਕਮਾਲ ਦੀ ਕਹਾਣੀ ਹੈ। ਟੁੰਡਾ ਅਸਰਾਜ ਕੌਣ ਹੈ, ਮੈਂ ਫਿਰ ਕਦੀ ਬੇਨਤੀ ਕਰਾਂਗਾ। ਔਰ ਟੁੰਡੇ ਅਸਰਾਜ ਦੀ ਮੈਂ ਵਾਰ ਪੜ੍ਹੀ, ਇਹ ਚਰਨ ਸਿੰਘ ਹੋਣਾ ਨੇ ਦਿੱਤੀ ਹੈ, ਇਹ ਅਸੀਂ ਪੜ੍ਹਦੇ ਹਾਂ। ਆਪੀ ਨੇ ਆਪ ਸਾਜਿਓ ਆਪੀ ਨੇ ਰਚਿਓ ਨਾਉ, ਉਹ ਸ਼ੁਰੂ ਹੁੰਦੀ ਭਬਕਿਆ ਸ਼ੇਰ ਸਰਦੂਲ ਰਣ ਮਾਰੂ ਵੱਜੇ, ਖਾਨ ਸੁਲਤਾਨ ਵੜ ਸੂਰਮੇ ਵਿੱਚ ਰਣ ਦੇ ਗੱਜੇ। ਉਹਦੀਆਂ ਵੀ 5 ਤੁਕਾਂ ਨੇ ਤੇ ਇਹਦੀਆਂ ਵੀ 5 ਤੁਕਾਂ ਨੇ। ਮਹਾਰਾਜ ਜੀ ਨੇ ਕਿਰਪਾ ਕੀਤੀ, ਗੁਰੂ ਗ੍ਰੰਥ ਸਾਹਿਬ 'ਚ ਕੋਈ ਉਤੇਜਨਾ ਨਹੀਂ ਰੱਖੀ। ਦੀਪਕ ਰਾਗ ਉਤੇਜਨਾ ਹੈ, ਗੁਰੂ ਸਾਹਿਬ ਨੇ ਦੀਪਕੀ ਨਾਲ ਗੌੜੀ ਰੱਖ ਦਿੱਤਾ, ਮੇਘ ਰਾਗ ਨਹੀਂ ਰੱਖਿਆ, ਮਹਾਰਾਜ ਜੀ ਨੇ ਮਲਾਰ ਰੱਖ ਦਿੱਤਾ। ਸਤਿਗੁਰੂ ਗੁਰੂ ਅਰਜਨ ਦੇਵ ਦਾ ਪਰਉਪਕਾਰ ਕਦੀ ਭੁੱਲਿਓ ਨਾ। ਗੁਰ ਸਿੱਖੋ, ਅੱਜ ਗੁਰੂ ਗ੍ਰੰਥ ਸਾਹਿਬ ਨਾ ਹੁੰਦਾ, ਚਲੋ ਕਹਿਣਾ ਨਹੀਂ ਚਾਹੀਦਾ, ਸਿੱਖ ਕੌਮ ਦਾ ਵਜੂਦ ਹੀ ਨਹੀਂ ਸੀ ਹੋਣਾ। ਗ੍ਰੰਥ ਹੈ ਤੇ ਪੰਥ ਹੈ, ਪੰਥ ਤਾਂ ਬਚੇਗਾ ਜੇ ਗ੍ਰੰਥ ਦੀ ਅਗਵਾਈ ਵੀ ਚੱਲੇਗਾ, ਸ਼ਬਦ ਅਗਵਾਈ ਕਰੇਗਾ ਤੇ ਪੰਥ ਚੱਲੇਗਾ। ਮੈਂ ਸੁਭਾ ਵੀ ਕਿਹਾ, ਇਹ ਮੈਂ ਹੰਕਾਰ ਚ ਨਹੀਂ ਕਹਿੰਦਾ, ਇਸ ਪਲੈਨਟ ਦੇ, ਕਿਉਂਕਿ ਪਤਾ ਨਹੀਂ ਕਿੰਨੇ ਕੁ ਧਰਮ ਨੇ, ਇਹ ਇਸ ਧਰਤੀ ਦਾ ਥੋੜਾ ਧਰਮ, ਨਾਲੇ ਸ਼ਬਦ ਨੂੰ ਕੱਲਾ ਪੰਜਾਬ ਦੇ ਲੋਕਾਂ ਦਾ ਨਾ ਸਮਝਿਓ, ਸ਼ਬਦ ਤੇ ਉੱਥੇ ਜਾਂਦਾ ਜਿੱਥੇ ਖੰਡ ਮੰਡਲ ਵਰਪੰਡ, ਜੇ ਕੋ ਕਥਾ ਤਾਂ ਅੰਤ ਨਾ ਅੰਤ। ਸੱਚ ਏਵੇ ਜਿੰਨੇ ਮਰਜ਼ੀ ਇਸ ਪਲੈਨਟ ਤੇ ਧਰਮ ਨੇ, ਕੇਵਲ ਇੱਕ ਸਿੱਖ ਧਰਮ ਹੈ ਜਿਹਦੇ ਮੁਰਸ਼ਦ ਨੇ, ਜਿਹਦੇ ਮਾਸਟਰ ਨੇ, ਜਿਹਦੇ ਗੁਰੂ ਨੇ ਆਪਣੀ ਹਯਾਤੀ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਾਇਆ ਤੇ ਆਪਣੇ ਸਰੀਰ ਛੱਡਣ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਕੇ ਗੁਰਤਾ ਗੱਦੀ ਦਿੱਤੀ। ਗੀਤਾ ਨੂੰ ਸੁਣੋ ਯਾਰਾ, ਕੁਰਾਨ ਨਾਜ਼ਲ ਹੋਈ ਏ, ਮੈਂ ਸੁਭਾ ਵੀ ਕਿਹਾ ਵਹੀ ਆਉਂਦੀ। ਹਜ਼ਰਤ ਮੁਹੰਮਦ ਸਾਹਿਬ ਨੂੰ ਫਰਿਸ਼ਤਾ ਕਹਿੰਦਾ, ਮੈਂ ਇਹ ਤੇਰੇ ਲਈ ਲੈ ਕੇ ਆਇਆ, ਗੁਰੂ ਨਾਨਕ ਦੇ ਘਰ ਵਿੱਚ ਕੋਈ ਦੇਵਤਾ ਕੋਈ ਫਰਿਸ਼ਤਾ ਵਿਚੋਲਾ ਨਹੀਂ, ਡਾਇਰੈਕਟ ਰੱਬ ਨਾਲ ਸੰਬੰਧ ਹੈ। ਗੁਰੂ ਆਵਾਜ਼ ਦੇ ਕੇ ਕਹਿੰਦਾ, ਮਰਦਾਨਿਆ ਰਬਾਬ ਛੇੜ ਬਾਣੀ ਆਈ ਹੈ। ਇਹ ਥੋੜਾ ਕਿਹਾ ਫਰਿਸ਼ਤਾ ਆਇਆ ਹੈ, ਸਿੱਧਾ ਧੁਰ ਨਾਲ ਸੰਬੰਧ ਹੈ ਗੁਰੂ ਦਾ। ਫਿਰ ਜਦੋਂ ਇਹ ਕਾਰਨ ਕਿ ਅਜ਼ਰਾਈਲ ਵੀ ਫਰਿਸ਼ਤਾ ਹੈ, ਜਮਦੂਤ ਵੀ ਕੈਟਾਗਰੀ ਚ ਆਉਂਦਾ, ਜਮਗਨ ਮੈਂ ਸਮਾਪਤੀ ਕਰ ਦੇਣ, ਕਿਉਂਕਿ ਮੈਨੂੰ ਸੱਦੇ ਹੀ ਇੰਨਾ ਹੋਣੇ ਨਾ, ਪਹਿਲਾਂ ਕਦੀ ਸੱਦਿਆ ਵੀ ਨਹੀਂ, ਲੋਕਲ ਆ ਨਾ, ਤਾਂ ਮੈਂ ਲੋਕਲ ਨਹੀਂ ਜੇ ਵੈਸੇ। ਮੇਰੀ ਬੇਨਤੀ ਹੈ, ਸਿੱਖ ਕਦੀ ਲੋਕਲ ਹੁੰਦਾ ਹੀ ਨਹੀਂ, ਉਹ ਜਿਉਂਦਾ ਧਰਤੀ ਤੇ ਵੇ
सुरत करके परमात्मा दे घर च जांदा है। गुरु साहिब सच्चे पातशाह उन्होंने कृपा की साडे ते, गुरु ग्रंथ साहिब की बख्शिश कर दिती। समाप्ति ते मैं कहांगा हाँ समा मिलिया फिर कितने तरतीब अनुसार श्री राग च की कोजे वार्तक भी है गुरु ग्रंथ साहिब सतारा अष्टपदियां महले पहले किया यह शलोक आदि अंत गावना नौ धुनिया ने गुरु ग्रंथ साहिब अंदर सब कुछ दे के क्या सिखा मैं तेनू लिख के दे जाना जिनी बाणी गाएगा तेरे घर च तोटा नहीं पाएगा वाधा ही पाएगा। तिचर मूल ना थोड़ी दो जिचर आप कृपाल शब्द अखुट बाबा नानका खाए कर्ज तनमाल। मैं सुबह भी बेनती की साध संगत जी आप सारे नितन बाणी पढ़ो आप सहज पाठ करो जेडे पति पत्नी बाणी पढ़ लेने उन्होंने तो एक मौज ही बड़ी है जे दोनों जने भी अंग रोज करी जान चाली अंक सवे महीने च गुरु ग्रंथ साहिब एक साल च बारह सहज पाठ जेडी दंपति कर ले उस घर च गुरु क्यों नहीं वरतेगा। इनिया को बेनतियां प्रवान करो मैं अपने अति सत्कार योग बजुर्ग भावे नहीं आए प्रधान अवतार सिंह जी उन्हां दा तह दिलो धन्नवादी हाँ क्योंकि उंज नहीं मैं जदों प्रधान सन उदो कदी नहीं सी कीता मंजी साहब भी नहीं किया मैनूं पता सी सिखां कहना है बटरिंग करदे पर जिस दी इन्नी सेवा होवे ना उहनूं जरूर चेते कर लैणा। कौम दा हाल वैसे साडी दा ही जे मैं दमदमा साहब कहा लाइव चलदा मैनूं गल भुल गई एक दिन सारे कहण हुण प्रचार की मुहिम शुरू होण लगी कौन होण लगी मेरे मन च आया भी इन्हां पुछो भी पहला भी तां कमेटी तुहाडी सी पहला सुते सारे अपनी स्ट्रैटर्जी नूं आप ही खंडन करी जांदे यह साडा हाल है कौम का। सतगुरु कृपा करियो बजुर्ग सट्टां उन्हां बड़ियां खादियां अपने पिंडे ते पर रब मेहर करे उन्हां नूं तंदुरुस्ती बख्शे गुरु की सेवा करते रहन। सब का बहुत बहुत धन्यवाद प्रबंधक वीरां दा इत्थों दे ग्रंथी साहब जी का जी जिन्ने सिंह ने कीर्तनियां का धन्यवाद। वाहिगुरु जी का खालसा वाहिगुरु।